ਹਾਂਜੀ, ਸਵਾਗਤ ਹੈ ਜੀ ਤੁਹਾਡਾ ਮੁੜ ਤੋਂ। ਆਪਾਂ ਗੱਲਬਾਤ ਜਿਹੜੀ ਹਰਪਾਲ ਸਿੰਘ ਵਾਲੀ ਵੀਡੀਓ ਆ ਕਰ ਰਹੇ ਹਾਂ ਅਤੇ ਉਹਨੂੰ ਆਪਾਂ ਅੱਗੇ ਤੋਰ ਲੈਂਦੇ ਹਾਂ, ਜਿੰਨਾ ਵੀ ਟਾਈਮ ਦਾ ਲਾਲਚ ਜਿਹੜਾ ਉਹ ਪਹਿਲਾਂ ਗਲਤੀ ਹੋ ਗਈ ਸਾਤੋਂ ਅੱਗੇ ਵੀ ਹੋ ਜਾਂਦੀ ਆ, ਪਰ ਅੱਜ ਉਸ ਵੇਲੇ ਜ਼ਿਆਦਾ ਹੋ ਗਿਆ। ਇੱਕ ਫੋਨ ਜ਼ਰੂਰੀ ਆਉਣਾ ਸੀ ਸਾਨੂੰ ਜੀ, ਇਹਨੂੰ ਆਪਾਂ ਸੁਣ ਲੈਂਦੇ ਪਹਿਲਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਾਲਰ ਨਾਲ ਸ਼ੁਰੂ ਕੀਤੀ ਸੀ, ਉਹਦੇ ਉੱਤੇ ਥੋੜੀ ਜਿਹੀ ਤੁਸੀਂ ਪਿਛਲੇ ਇੱਕ ਬੁੱਧਵਾਰ ਗੱਲ ਕੀਤੀ ਸੀ, ਉਹਦੇ ਉੱਤੇ ਗੱਲ ਕਰਨੀ ਮੈਂ। ਹਾਂਜੀ। ਤੇ ਤੁਸੀਂ ਉਹ ਨਾਭੇ ਵਾਲੀਆਂ ਬੀਬੀਆਂ ਦੀ ਗੱਲ ਕੀਤੀ ਸੀ ਸਾਡੀਆਂ ਭੈਣਾਂ ਸੀਗੀਆਂ, ਸਾਡਾ ਹੀ ਸੀਗਾ ਸਾਰੇ, ਸਾਨੂੰ ਵੀ ਉਨਾ ਹੀ ਦੁੱਖ ਆ ਜਿੰਨਾ ਹੋਰ ਆ ਲੋਕਾਂ ਨੂੰ। ਨਹੀਂ, ਹੰਡ ਕੇ ਵਿੱਚੋਂ ਚੱਲ ਕੇ ਆਏ ਆ ਜੀ। ਹਾਂਜੀ ਹਾਂਜੀ ਹਾਂਜੀ। ਮੈਂ ਨਾ ਉਹ ਪਹਿਲਾਂ ਗੱਲ ਕਰ ਦਵਾਂ, ਇੱਕ ਨਾ ਅਕਸ਼ੇ ਕੁਮਾਰ ਦੀ ਮੂਵੀ ਆ ਬੇਬੀ, ਕਿਹੜੀ ਵਿੱਚ ਨਾ ਉਹ ਬੰਦਾ ਅਕਸ਼ੇ ਕੁਮਾਰ ਦੀ ਬੇਬੀ ਮੂਵੀ, ਹਾਂ ਹਾਂ ਹਾਂ, ਯਾ ਉਹਦੇ ਵਿੱਚ ਨਾ ਉਹ ਮਿਸ਼ਨ ਲਈ ਕੰਮ ਕਰਦੇ ਹੁੰਦੇ ਆ, ਜਿੱਦਾਂ ਐਫਬੀਆ ਉਹਨਾਂ ਦੀ ਰਾਹ ਦੇ ਕੰਮ ਜਿਹੜੀ ਏਜੰਸੀ ਲਈ ਗੱਲ, ਯਾ ਉਹ ਪ੍ਰਧਾਨ ਮੰਤਰੀ ਕੋਲ ਜਾਂਦੇ ਆ ਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਅਸੀਂ ਆਹ ਕੰਮ ਕਰਨਾ ਕਮਿਸ਼ਨ, ਮਤਲਬ ਮੈਂ ਮਾੜੀ ਐਗਜ਼ਾਮਪਲ ਦੇਣ ਲੱਗਾ ਜਿਹੜੀ ਮੈਂ ਗੱਲ ਕਰਨੀ ਕਹਾ ਜਾ। ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਦੱਸਦੇ ਵੀ ਅਸੀਂ ਆਹ ਕੰਮ, ਉਹ ਕਹਿੰਦਾ ਵੀ ਜੇ ਬੰਦਾ ਫੜਿਆ ਗਿਆ, ਕਹਿੰਦੇ ਜੇ ਇੱਥੇ ਜਾ ਕੇ ਮਿਸ਼ਨ ਕੋਈ ਚੇਂਜ ਕਰਨਾ ਪਏਗਾ ਫਿਰ ਇਹ ਸਾਡਾ ਬੰਦਾ ਨੀ ਹੈਗਾ, ਅਸੀਂ ਮਾਰ ਦੇਣਾ ਇਹਨੂੰ, ਜੇ ਸਾਨੂੰ ਵੀ ਮਾਰਨਾ ਪੈ ਗਿਆ ਨਾ ਬੰਦਾ, ਉਹਨਾਂ ਦਾ ਨੀ ਹੁੰਦਾ ਜਦੋਂ ਜੀ ਮਤਲਬ ਤੁਹਾਡਾ ਕੰਮ ਉਹਨੇ ਪਲਾਨ ਚੇਂਜ ਕਰਨਾ ਪੈ ਗਿਆ ਫਿਰ ਉਹਨੇ ਮਾਰ ਦੇਣਾ ਉਹਨੂੰ। ਨਹੀਂ ਹੁੰਦੇ, ਏਜੰਸੀਆਂ ਦੇ ਕੰਮ ਹੁੰਦੇ ਇੱਦਾਂ ਆ, ਬਸ ਬਸ ਇੱਦਾਂ ਹੁੰਦੇ ਆ। ਉਹ ਇੱਥੇ ਇੱਕ ਮੇਰਾ ਫਰੈਂਡ ਆ ਵੈਨਕੂਵਰ ਅਮਰੀਕਾ ਦੇ ਵਿੱਚ ਨਾ, ਉਹਦਾ ਰਿਸ਼ਤੇਦਾਰ ਪੜਦਾ ਆ ਤੇ ਉਹ ਪੜਿਆ ਚੰਗਾ ਤੇ ਉਹਨੂੰ FBI ਵਾਲਾ ਆ ਗਿਆ ਉਹਦੇ ਕੋਲ ਵੀ ਤੈਨੂੰ ਸਾਡੇ ਨਾਲ ਕੰਮ ਕਰ ਲਿਆ, ਕੋਈ ਵੈਬਸਾਈਟ ਤੇ ਭਰਿਆ ਹੋਣਾ ਆਪਣਾ, ਕਹਿੰਦੇ ਵੀ ਤੈਨੂੰ ਨਾ ਅਸੀਂ 5 ਸਾਲ ਤੱਕ ਤੈਨੂੰ ਕਿਸੇ ਨਾਲ ਮਿਲਾਪ ਨੀ ਕਰਨ ਦੇਣਾ, ਵੀ ਤੈਨੂੰ ਤੇਰੀਆਂ ਆਈਡੀਆਂ ਸਾਰਾ ਕੁਛ ਬਦਲਣਾ ਹੈ, ਤੇਰਾ ਨਾਂ ਵੀ ਸਾਡਾ ਰੱਖਿਆ ਹੋਣਾ। ਤੇ ਹੁਣ ਸੋਚੋ ਤੇ ਜੇ ਉਹ ਕਿਸੇ ਕਿਸੇ ਪਾਸੇ ਕਿਸੇ ਉਦਾਂ ਦੇ ਬੰਦੇ ਨੂੰ ਮਿਸ਼ਨ ਤੇ ਤੋਰ ਦੇਣ, ਮੁੜ ਕੇ ਆਪ ਵੀ ਇਹ, ਕਿਉਂਕਿ ਉਹਦੇ ਉੱਪਰ ਉਹ ਜਦੋਂ ਨਾ ਹੁਣ ਅਕਸ਼ੇ ਕੁਮਾਰ ਦੀ ਮੂਵੀ ਦੇਖੀ, ਉਹ ਕਹਿੰਦਾ ਪ੍ਰਧਾਨ ਮੰਤਰੀ ਕਹਿੰਦਾ ਤੈਨੂੰ ਵੀ ਨੀ ਦੱਸ ਸਕਦੇ ਅਸੀਂ ਕੀ ਕਰਨਾ। ਤੁਸੀਂ ਦੇਖੋ ਵੀ 78 ਦੇ ਵਿੱਚ ਨਾ ਜਦੋਂ ਨਿਰੰਕਾਰੀ ਕਾਂਡ ਵਾਪਰਿਆ ਭਾਜੀ, ਉਦੋਂ ਨਾ ਫਿਰ ਬਾਅਦ ਦੇ ਵਿੱਚ ਇਸਕ ਦੇਵ ਸਿੰਘ ਨੇ ਆਪਣੇ ਕਿਤੇ ਨਿਰੰਕਾਰੀ ਕੋਈ ਕਾਂਡ ਹੋਇਆ ਉਹਦੇ ਵਿੱਚ ਇਹਦਾ ਨਾਂ ਆਇਆ, ਇਹਦੇ ਵਾਰੰਟ ਜਾਰੀ ਹੋ ਗਏ। ਇਹ ਔਨ ਰਿਕਾਰਡ ਗੱਲਾਂ ਜਿਹੜੀ ਮੈਂ ਕਰਦਾ ਨਾ, ਸਾਰਾ ਕੁਛ ਪਿਆ ਅਖਬਾਰਾਂ ਦੇ ਵਿੱਚ, ਤੇ ਬਾਬਾ ਜਰਨੈਲ ਸਿੰਘ ਦੀਆਂ ਸੀਡੀਆਂ ਚ ਵੀ ਸਾਰਾ ਕੁਛ ਹੈਗਾ ਇਹ। ਉਥੋਂ ਜੀ ਇਹ ਸਿੱਧਾ ਹੀ ਆ ਗਿਆ ਜਰਨੈਲ ਸਿੰਘ ਕੋਲ, ਬਾਬਾ ਜਰਨੈਲ ਸਿੰਘ ਹਨਾ, ਉਹਨੇ ਰੱਖ ਲਿਆ ਨਾਲ, ਵਾਰੰਟ ਜਾਰੀ ਹੋਏ ਸੀਗੇ ਉਹਨੇ ਰੱਖ ਲਿਆ ਜਦੋਂ ਦਿੱਲੀ, ਬਾਬਾ ਜਰਨੈਲ ਸਿੰਘ ਛੁੱਟ ਕੇ ਆਉਣ ਤੋਂ ਬਾਅਦ ਦਿੱਲੀ ਨੀ ਗਏ ਜਦੋਂ ਇੱਕ ਬਾਅਦ ਦੇ ਵਿੱਚ, ਆਹੋ ਉਹਦੇ ਵਿੱਚ ਵੀ ਉਹ ਸੁਖਦੇਵ ਸਿੰਘ ਉਦੋਂ ਉਹਦੇ ਨਾਲ ਸੀਗਾ। ਅੱਛਾ। ਉਦੋਂ ਬਾਅਦ ਨਾ ਜਦੋਂ ਫਿਰ ਅੰਮ੍ਰਿਤਸਰ ਆ ਗਏ ਤੇ ਇਹਨਾਂ ਦੀ ਆਪਸ ਵਿੱਚ ਹੀ ਆਣ ਬਣ ਹੋ ਗਈ।
ਸੁਖਦੇਵ ਸਿੰਘ ਨੇ ਇਲਜ਼ਾਮ ਲਾਤਾ ਭਿੰਡਰਾਂਵਾਲੇ ਤੇ ਕਿ ਇਹ ਮੈਨੂੰ ਮਰਵਾਉਣਾ ਚਾਹੁੰਦਾ। ਭਿੰਡਰਾਂਵਾਲਾ ਜੋ ਅਣਬਣ ਇਹਨਾਂ ਦੀ ਹੋਈ ਆ ਉਸ ਵਿੱਚ ਹੀ। ਅੱਛਾ ਉਹ ਨਾ ਰਿਕਾਰਡ ਪਈ ਹੈ ਭਿੰਡਰਾਂਵਾਲੇ ਦੀ, ਹਲੇ ਵੀ ਉਹ ਹੈਗੀ ਹੈ ਇਹਨਾਂ ਦੇ ਕੋਲ, ਸਾਰੇ ਮੈਂ ਵੀ ਸੁਣੀ, ਬਹੁਤਿਆਂ ਨੇ ਸੁਣੀ ਹੋਣੀ ਆ। ਉਹਦੇ ਵਿੱਚ ਭਿੰਡਰਾਂਵਾਲਾ ਕਹਿੰਦਾ ਵੀ ਇੱਕ ਸੁਖਦੇਵ ਸਿੰਘ ਸੁੱਖਾ ਸੁੱਖਾ ਕਹਿੰਦਾ ਕਹਿੰਦਾ ਉਹਨ ਮੇਰੇ ਤੇ ਇਲਜ਼ਾਮ ਲਾਇਆ ਕਿ ਵੀ ਮੈਨੂੰ ਭਿੰਡਰਾਂਵਾਲਾ ਮਰਵਾਉਣਾ ਚਾਹੁੰਦਾ, ਪਰ ਕਹਿੰਦਾ ਵੀ ਜੇ ਮੈਂ ਮਾਰਨਾ ਹੋਊਗਾ ਚੱਜ ਦਾ ਬੰਦਾ ਮਾਰੂੰਗਾ, ਮੈਂ ਇਹਨੂੰ ਨੀ ਮਾਰਨਾ। ਮੈਂ ਗੱਲ ਹੋਰ ਗਾਹਾਂ ਲਿਆਣੀ ਹੈ, ਮੈਂ ਮਹਿਲਾ ਦੱਸਦਾ ਵੀ ਇੱਦਾਂ ਹੋਇਆ ਹੈ ਨਾ। ਉਹ ਜਦੋਂ ਨਾ 78 ਦੇ ਬਾਅਦ ਇਹਨਾਂ ਨੇ ਕੀ ਕੀਤਾ ਸੀਗਾ ਨਾ, ਪੁਲਿਸ ਵਾਲੇ ਜਿਹੜੇ ਲਾਏ ਸੀਗੇ ਉਸ ਵੇਲੇ ਆਲੇ ਦੁਆਲੇ ਦਰਬਾਰ ਅੰਮ੍ਰਿਤਸਰ ਦੇ ਦੁਆਲੇ, ਜ਼ਿਆਦਾਤਰ ਰਾਧਾ ਸਵਾਮੀ ਤੇ ਨਿਰੰਕਾਰੀ ਲਾਏ ਸੀਗੇ ਉਹਨਾਂ, ਕਿਉਂਕਿ ਉਹਨਾਂ ਦੀ ਜਿਹੜੀ ਦੇਖਿਆ ਨਾ ਉਹ ਸਿੱਖਾਂ ਵਾਲੀ ਹੈ, ਸਿੰਘ ਨਾਂ ਵਾਲੀ ਹੈ, ਪਤਾ ਨੀ ਲੱਗਦਾ। ਉਹਨਾਂ ਦੇ ਵਿੱਚੋਂ ਇੱਕ ਮਾਨ ਵੀ, ਸਿਮਰਜੀਤ ਸਿੰਘ ਮਾਨ ਵੀ ਹੈ, ਮੈਂ ਦੱਸ ਦੇਣਾ ਦੱਸਣਾ ਚਾਹੁੰਦਾ। ਤੇ ਇਹ ਜਿਹੜੇ ਅੱਜ ਤੀਕਰ ਸਮਝਦੇ ਆ ਨਾ, ਉਹ ਹੁਣ ਸਮਝ ਜਾਣਾ ਉਹਨੇ ਸਾਰਿਆਂ ਨੇ, ਮੈਨੂੰ ਪਤਾ ਜਿਹਨਾਂ ਨੇ ਸੁਣਦੇ ਨਾ। ਅੱਛਾ ਭਾਜੀ ਜਦੋਂ ਹੋਇਆ ਨਾ ਅਟੈਕ, ਜਦੋਂ ਹੋ ਗਿਆ ਉੱਥੋਂ ਇਹ ਬੱਬਰ ਨਿਕਲ ਗਏ। ਉਹ 1 ਜੂਨ ਨੂੰ ਜਦੋਂ 1 ਜੂਨ ਨੂੰ ਗੋਲੀ ਚੱਲੀ ਸੀਗੀ ਉੱਥੇ ਮਹਿੰਗਾ ਸਿੰਘ ਬੱਬਰ ਮਾਰਿਆ ਗਿਆ ਸੀਗਾ, ਉਹਦਾ ਸੰਸਕਾਰ ਉੱਥੇ ਕੀਤਾ ਸੀਗਾ। ਉਹ ਅਖਬਾਰਾਂ ਚ ਫੋਟੋਆਂ ਛਪੀਆਂ, ਉਹਦੇ ਵਿੱਚ ਵੀ ਸੁਖਦੇਵ ਸਿੰਘ ਖੜਾ ਆਇਆ ਨਾਲ 1 ਜੂਨ ਨੂੰ ਉੱਥੋਂ ਨਿਕਲ ਗਿਆ 1 ਜੂਨ ਨੂੰ। ਜਿਹੜੇ ਇੱਕ ਬੰਦਾ ਮਹਿੰਗਾ ਸਿੰਘ, ਅੱਜ ਵੀ ਉਹਦੀਆਂ ਫੋਟੋਆਂ ਹੈਗੀਆਂ ਇੰਟਰਨੈਟ ਤੇ ਮਿਲ ਜਾਣੀ ਤੁਹਾਨੂੰ, ਹੈਗੀ ਪਈ ਉਹਦੀ ਅਖਬਾਰਾਂ ਛਪੀ ਸੀ, 1 ਜੂਨ ਨੂੰ ਵੀ ਉਹਦੀ ਫੋਟੋ ਛਾਪ ਚੁੱਕੀ ਆ ਬੰਦੇ ਦੀ, ਤੇ ਉਹ ਉੱਥੋਂ ਨਿਕਲ ਗਏ। ਹੁਣ ਜਦੋਂ ਨਾ ਉਹ ਤੋਂ ਬਾਅਦ ਥੋੜੇ ਮਹੀਨਿਆਂ ਬਾਅਦ ਦੇ ਵਿੱਚ 84 ਤੋਂ ਇੱਕ ਕੈਸਟ ਆਈ ਸੀ ਨਾਭੇ ਵਾਲੀਆਂ ਬੀਬੀਆਂ ਦੀ, ਕੋਲ ਬਿਠਾ ਰਣਜੀਤ ਨੂੰ ਪਈ ਇੰਦਰਾ ਕਰਕੇ, ਮੈਨੂੰ ਭਿੰਡਰਾਂਵਾਲਾ ਚਾਹੀਦਾ ਤੁਸੀਂ ਲਿਆਓ, ਲਿਆਓ ਫੜ ਕੇ, ਯਾਦ ਹੋਣੀ ਤੁਹਾਨੂੰ ਹੈਗੀ ਜੀ, ਹੈਗੀ ਬਿਲਕੁਲ ਬਿਲਕੁਲ। ਹਾਂ ਉਹ ਨਾ ਉਹਦੇ ਮਾਮਲੇ ਚ ਉਹਨਾਂ ਨੂੰ ਚੁੱਕ ਲਿਆ ਨਾਭੇ ਵਾਲੀਆਂ ਬੀਬੀਆਂ ਨੂੰ, ਬਲਵੰਤ ਸਿੰਘ ਪ੍ਰੇਮੀ ਨੇ ਲਿਖੀਆਂ ਸੀਗੀਆਂ ਸਾਰੀਆਂ, ਬਲਵੰਤ ਸਿੰਘ ਪ੍ਰੇਮੀ ਨੂੰ ਚੁੱਕ ਲਿਆ ਅੰਦਰ, ਸਾਰਾ ਕੁਛ ਕੀਤਾ ਉਹਨਾਂ ਨੇ, ਜੋ ਵੀ ਹੋਇਆ ਉਹਨੂੰ ਤਸ਼ੱਦਦ ਜੋ ਕਰਨਾ ਸੀਗਾ ਉਹਦੇ ਬਾਅਦ ਉਹ ਛੱਡਿਆ ਨਾ। ਹੁਣ ਉਹ ਨਜ਼ਰਾਂ ਸੀਗੀਆਂ, ਤੇ ਜਿਹੜਾ ਸੁਖਦੇਵ ਸਿੰਘ ਆ ਨਾ, ਹੁਣ ਇਹ ਆਪਣਾ ਦੂਸਰਾ ਵਿਆਹ ਕਰਾ ਕੇ ਨਾਭੇ ਵਾਲੀਆਂ ਬੀਬੀਆਂ ਨਾਲ ਰਿਹਾ, ਜਮਸ਼ੇਰ ਸਿੰਘ ਟੇਕੇਦਾਰ ਬਣ ਕੇ 84 ਤੋਂ 92 ਤੱਕ। ਦੂਜੇ ਪਾਸੇ ਦਲਜੀਤ ਸਿੰਘ ਬਿੱਟੂ, ਇਹ 92 ਦੇ ਵਿੱਚ ਰੂਪ ਲੁਕਦਾ ਆ ਜਾ ਕੇ ਅੰਮ੍ਰਿਤਸਰ ਆਨੰਦਪੁਰ ਸਾਹਿਬ ਦੇ ਕੋਲ, 95-96 ਚ ਫੜਿਆ ਜਾਂਦਾ, ਜਿਹਦਾ ਕਿਸੇ ਨੂੰ ਵੀ ਗੁਰਚਰਨ ਸਿੰਘ ਗਾਮਾ ਕਿਸੇ ਨੂੰ ਕੋਈ ਨੀ ਪਤਾ ਸੀਗਾ। ਹੁਣ ਇੱਕ ਪਾਸੇ ਸੁਖਦੇਵ ਸਿੰਘ ਉੱਥੇ ਰਹਿ ਰਿਹਾ ਆ ਔਰ ਠੇਕੇਦਾਰੀ ਕਰ ਰਿਹਾ, ਲੋਕਾਂ ਚ ਵਿਚਰ ਰਿਹਾ, ਜ਼ਿੰਮੇਵਾਰੀਆਂ ਚੱਕ ਰਿਹਾ, ਸੰਦੇਸ਼ ਜਾਰੀ ਕਰ ਰਿਹਾ, ਪਰ ਕਿਸੇ ਨੂੰ ਕੋਈ ਪਤਾ ਨੀ, ਮਤਲਬ ਪੁਲਿਸ ਨੂੰ ਕੋਈ ਪਤਾ ਨੀ। ਕਿਆ ਤੁਸੀਂ ਕੀ ਸਮਝਦੇ ਕਿ ਬੇਵਕੂਫ ਹੈ ਦੁਨੀਆ? ਹੁਣ ਦੇਖੋ ਜਿੱਦਣ ਨਾ ਜਟਾਣੇ ਨੇ ਸਮੇਤ ਸੈਣੀ ਤੇ ਹਮਲਾ ਹੋਇਆ ਸੀਗਾ, ਪਤਾ ਲੱਗ ਗਿਆ ਵੀ ਜਟਾਣੇ ਨੇ ਕੀਤਾ ਹੈ ਨਾ, ਸਮੇਤ ਸੈਣੀ ਨੇ ਉੱਥੋਂ ਐਲਾਨ ਕਰਤਾ ਵੀ 4 ਦਿਨ ਚ ਮੈਂ ਉਹਨਾਂ ਨੂੰ ਮਾਰਨਾ ਹੈ ਔਰ 4 ਦਿਨ ਦੇ ਵਿੱਚ ਹੀ ਉਹ ਮਾਰਦੇ। ਉਹ ਇਹਨਾਂ ਨੂੰ ਸਭ ਪਤਾ ਸੀਗਾ ਵੀ ਕੌਣ ਕਿੱਥੇ ਜਾਂਦਾ, ਕਿੱਥੋਂ ਆਉਂਦਾ ਔਰ ਕੌਣ ਉਹਨਾਂ ਨੂੰ ਸੀ ਆਈ ਡੀ ਦਿੰਦਾ ਸੀਗਾ, ਇਹ
ਸੋਚਣਾ ਬਣਨਾ, ਸਾਡਾ ਸੋਚਣਾ ਬਣਦਾ, ਸਮਝਣਾ ਬਣਦਾ, ਕਿਉਂਕਿ ਲੋਕ ਕਿਸੇ ਨਾਲ ਜੁੜਦੇ ਗਏ ਤੇ ਮਰਦੇ ਗਏ। ਕੋਈ ਬੈਠਾ ਸੀਗਾ ਮੋਹਰੇ, ਕਿਉਂਕਿ ਮੈਂ ਮੈਂ ਸਿੱਧਾ ਜਿਹਾ ਐਂ ਠੋਕ ਕੇ ਕਹਿ ਦਵਾਂ ਨਾ, ਫਿਰ ਪਿੱਟਦੇ ਆ। ਮੈਂ ਥੋੜਾ ਜਿਹਾ ਸਮਝਣੇ ਵਾਲੇ ਸਾਰੇ ਸਮਝਦੇ ਆ ਤੇ ਉਹ। ਹੁਣ ਤੁਸੀਂ ਦੱਸੋ ਵੀ ਜਦੋਂ ਤੁਸੀਂ ਮੋਹਰੇ ਆ, ਪਿੱਛੇ ਜਿਹਾ ਇੱਕ ਬਿਆਨ ਆਇਆ ਸੀਗਾ ਇਹਨਾਂ ਦਾ, ਜਦੋਂ ਨਾ ਸੁਖਵਿੰਦਰ ਸਿੰਘ ਸੁੱਖੀ ਨੂੰ ਕੈਟ ਕਹਿੰਦੇ ਜੀ, ਕੈਟ ਲੱਭ ਗਿਆ ਜਦੋਂ ਨੀ, ਗਿੱਲ ਨੇ ਤੇ ਵਿਰਕ ਨੇ ਬਿਆਨ ਦਿੱਤਾ ਤੇ ਕਹਿੰਦਾ 300 ਬੰਦਾ ਏਦਾਂ ਦਾ ਆ ਸਾਡੇ ਕੋਲ, ਇੱਕ ਨੀ ਸੁੱਖੀ। ਜਿਹੜਾ ਨਾ ਜਦੋਂ ਤੁਸੀਂ ਕੰਮ ਕਰਦੇ ਆ ਇਹਨਾਂ ਦੇ ਲਈ, ਜਦੋਂ ਮੈਂ ਜਿਹੜੀ ਮੂਵੀ ਦੀ ਗੱਲ ਕੀਤੀ ਸੀਗੀ, ਦੋ ਗੱਲਾਂ ਬਚਦੀਆਂ ਭਾਜੀ ਇਹਨਾਂ ਦੇ ਕੋਲ ਜਦੋਂ ਨਾ ਤੁਸੀਂ ਕਿਸੇ ਤੇ ਕੰਮ ਲੈ ਲੈਣਾ ਹੁੰਦਾ ਨੀ, ਜਾਂ ਤਾਂ ਉਹ ਰਹਿੰਦੀ ਜ਼ਿੰਦਗੀ ਬਿਲਕੁਲ ਰੂਪ ਉਹ ਛੋ ਕੇ ਕੱਢਣੀ ਪੈਂਦੀ ਆ ਉਹਨੂੰ, ਪਤਾ ਨੀ ਮਰਿਆ ਛੋ ਕਰ ਦੇਣਾ ਉਹਨੇ, ਰਹਿਣਾ ਰੂਪ ਉਹ ਛੋ ਕੇ ਪੈਣਾ, ਜਾਂ ਫਿਰ ਸੱਚਮੁੱਚ ਉਹਨਾਂ ਨੂੰ ਮਾਰਨਾ। ਹੁਣ ਦੇਖੋ ਉਹ ਕਹਿੰਦਾ ਅਕਸ਼ੇ ਕੁਮਾਰ ਵੀ ਜਿਹੜੀ ਮੂਵੀ ਦੇ ਵਿੱਚ ਕਹਿੰਦੇ ਵੀ ਜੇ ਨਾ ਅਸੀਂ ਕਿਤੇ ਗਏ ਫੜੇ, ਸਾਡਾ ਪਲਾਨ ਚੇਂਜ ਹੋ ਗਿਆ, ਅਸੀਂ ਵਿੱਚ ਕਰਨ ਵਾਲਾ ਕੰਮ ਕਰਨ ਵਾਲਾ ਬੰਦਾ ਵਿੱਚੇ ਹੀ ਮਾਰਨਾ, ਉਹ ਸਾਡਾ ਨੀ ਹੋਣਾ, ਫਿਰ ਉਹਨਾਂ ਦਾ ਕਰਕੇ ਮਾਰ ਦੇਣਾ। ਹੁਣ ਤੁਸੀਂ ਸੋਚੋ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਬੰਦੇ ਕੰਮ ਕਰਦੇ ਸੀਗੇ ਜਿਹੜੇ ਵਿੱਚ ਮਰੇ ਆ, ਜਿਨ੍ਹਾਂ ਦੇ ਆਪਣੇ ਜਿਹੜੇ ਭੈਣ ਭਰਾ ਪੁੱਤ ਚਾਚੇ ਭਤੀਜੇ ਜੋ ਅੱਜ ਵੀ ਪੁਲਿਸ ਤੇ ਫੌਜ ਦੇ ਬ੍ਰਿਗੇਡੀਅਰ ਤੱਕ ਦੀਆਂ ਨੌਕਰੀਆਂ ਕਰਦੇ ਆ, ਉਹ 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 ਕਿੱਦਾਂ ਵਿੱਚ ਬਾੜੇ ਸੀਗੇ, ਤੇ ਫਿਰ ਉਹ ਜਿਹਨੂੰ ਆਪਾਂ ਸ਼ਹੀਦ ਮੰਨ ਲੈਂਦੇ ਕਈਆਂ ਨੂੰ, ਤੇ ਉਹ ਇਦਾਂ ਨੀ ਹੋ ਸਕਦਾ ਵੀ ਹੁਣ ਉਹਦਾ ਕੋਲ ਰਸਤਾ ਕੋਈ ਨੀ ਸੀਗਾ, ਉਹਨਾਂ ਨੂੰ ਮਾਰਨਾ ਹੀ ਪੈਣਾ ਸੀਗਾ। ਬਸ 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 ਕੀ ਰਸਤਾ ਕੀ ਕਰ ਕੀ ਲੈਂਦੇ, ਮਤਲਬ ਜਦੋਂ ਤੁਸੀਂ ਕਿਸੇ ਕੰਟਰੀ ਦੀ ਬਾਰੇ ਤੁਹਾਨੂੰ ਪੂਰੀ ਨੌਲੇਜ ਹੈ ਵੀ ਫੌਜ ਕੋਲ ਕਿੰਨੇ ਹਥਿਆਰ ਹੈ, ਫੌਜ ਕਿੱਦਾਂ ਕੰਮ ਕਰਦੀ ਆ, ਔਰ ਇੱਥੇ ਤੀਕਰ ਇੰਡੀਆ ਦੀ ਫੌਜ ਸਮਰੱਥਾ ਰੱਖਦੀ ਹੈ ਦੂਜੇ ਦੇਸ਼ ਨੂੰ ਦਬਾਉਣ ਦੀ, ਇੱਕ ਦੇਸ਼ ਨੂੰ ਦਬਾਉਣ ਦੀ ਸਮਰੱਥਾ ਰੱਖਦੀ ਹੈ। ਨਹੀਂ ਨਾਲੇ ਸਵੇਗ ਸਿੰਘ ਨੇ ਜਦੋਂ ਆਪਣਾ 71 ਵਿੱਚ ਬੰਗਲਾਦੇਸ਼ ਦੇ ਵਿੱਚ ਜਿਸ ਮੁਹਿੰਮ ਤੇ ਗਿਆ ਸੀਗਾ ਮੁਕਤੀ ਵਾਹਨ ਸੈਨਾ ਜਿਹੜੀ ਆ, ਉਹਦੇ ਵਿੱਚ ਇਹ ਦੇਖਿਆ ਨੀ ਵੀ ਇਹ ਥੋੜਾ ਹੋਇਆ ਹੋਊਗਾ ਜਦੋਂ ਇਹਨਾਂ ਨੂੰ ਭੇਜਿਆ ਗਿਆ ਹੋਊਗਾ ਇੰਦਰਾ ਗਾਂਧੀ ਵੱਲੋਂ ਸਰਕਾਰ ਵੱਲੋਂ, ਉਦੋਂ ਇਹ ਕਹਿ ਕੇ ਭੇਜਿਆ ਹੋਊਗਾ ਵੀ ਫਲਾਨੀ ਤਰੀਕ ਨੂੰ ਇਸ ਦਿਨ ਨੂੰ ਜਾਂ ਇਸ ਸੰਨ ਦੇ ਵਿੱਚ ਲੜਾਈ ਲੱਗਣੀ ਆ ਤੇ ਬੰਗਲਾਦੇਸ਼ ਵੱਖਰਾ ਬਣਾਉਣਾ। ਉਹ ਤਾਂ ਜਦੋਂ ਤੁਸੀਂ ਨਾ ਲੜਾਈ ਦਾ ਡਿਟੇਲ ਪੜ੍ਹਦੇ ਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਲੜਾਈ ਪਾਕਿਸਤਾਨ ਨੇ ਸ਼ੁਰੂ ਅਸਲ ਵਿੱਚ ਕੀਤੀ ਆ ਉਹ, ਕਿਉਂਕਿ ਇਹ ਤਾਂ ਉੱਥੇ ਭੇਜ ਕੇ ਫੌਜ ਨੂੰ ਤੇ ਇਹ ਇਦਾਂ ਦੇ ਹਾਲਾਤ, ਕਿਉਂਕਿ ਇੰਦਰਾ ਗਾਂਧੀ ਸਮਾਰਟ ਸੀ ਆਪ, ਉਹ ਇਦਾਂ ਦੇ ਹਾਲਾਤ ਪੈਦਾ ਕਰਦੀ ਰਹੀ ਵੀ ਉਹ ਹਰ ਹਾਲਤ ਦੇ ਵਿੱਚ ਪਾਕਿਸਤਾਨ ਦਿਨੋ ਦਿਨ ਬਦਨਾਮ ਹੁੰਦਾ ਜਾਵੇ। ਬਸ ਉਹ ਉਹੀ ਆਹੀ ਤਰੀਕਾ ਇੱਧਰ ਵਰਤਿਆ, ਬਸ ਇਹਨਾਂ ਨੂੰ ਮਿਸ਼ਨ ਤੇ ਭੇਜਿਆ ਗਿਆ ਉੱਥੇ ਬੰਗਲਾਦੇਸ਼ ਵਿੱਚ, ਉਹਨਾਂ ਨੂੰ ਇਹ ਨਹੀਂ ਸੀ ਉਸ ਵੇਲੇ ਪਤਾ ਵੀ ਲੜਾਈ ਲੱਗਣੀ, ਇੱਦਾਂ ਹੀ ਇੱਥੇ ਸਵੇਕ ਸਿੰਘ ਆਇਆ ਉਦੋਂ ਕੋਈ ਨਹੀਂ ਸੀ ਪਤਾ ਵੀ ਅਟੈਕ ਹੋਣਾ ਆ। ਉਹ ਮੈਂ ਇਹ ਵੀ ਦਾਵਾ ਕਰਨਾ ਕਿ ਹੋ ਸਕਦਾ ਉਹਨੂੰ ਵੀ ਨਹੀਂ ਪਤਾ ਸੀਗਾ ਵੀ ਕੀ ਹੋਣਾ। ਨਹੀਂ ਮੈਂ ਉਹੀ ਤਾਂ ਕਹਿਣਾ ਵੀ ਅਗਲੇ ਨੂੰ ਜਦੋਂ ਖੁਦ ਨੂੰ ਨਹੀਂ ਅਗਲੇ ਨੂੰ ਪਤਾ। ਬਿਲਕੁਲ ਜੀ, ਉਹ ਅਗਲੇ ਤਾਂ ਸਮਰੱਥਾ ਆਪਣੇ ਅਫਸਰ ਨੂੰ ਮਾਰਨ ਲਈ ਉਹ ਰੱਖਦੇ ਆ, ਤੱਕ ਤੋਂ ਨੀ ਪਤਾ ਹੈ ਬਈ ਜੇ ਉਹਨਾਂ ਨੂੰ ਦਿਖਦੀ ਸਿਚੁਏਸ਼ਨ, ਉਹਨੇ ਤਾਂ ਉਸ ਹਿਸਾਬ ਨਾਲ ਚੱਲਣਾ ਤੇ ਉੱਥੇ ਕੀ ਕਰਨਾ ਹੈ। ਹਾਂ ਉਹਨਾਂ ਨੂੰ ਤਾਂ ਰਿਵਾਰਡ ਜਿਹੜੇ ਨਾ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਆ ਪੈਨਸ਼ਨਾਂ ਆ ਉਹ ਏਡੀ ਵੱਡੀ ਪਟੱਬਰ ਨੂੰ ਸੰਭਾਲਣ ਦੀਆਂ ਜ਼ਿੰਮੇਵਾਰੀਆਂ ਸਰਕਾਰ ਪਹਿਲਾਂ ਇੱਦਾਂ ਲੈਂਦੀ ਏਜੰਸੀ ਦੇ ਬੰਦਿਆਂ ਦੀਆਂ, ਇਹ ਮੰਨ ਕੇ ਵੀ ਹੋ ਸਕਦਾ ਕੱਲ ਨੂੰ ਤੂੰ ਉੱਥੇ ਖਤਮ ਹੋ ਜਾਵੇ।
ਬਸ ਉਹ ਆਹੀ ਚੀਜ਼ ਦਿਖਾਈ ਹੈ ਵੀ ਉਹਨੂੰ ਮਾਰਨਾ ਤੁਹਾਨੂੰ ਉਹ ਕਹਿੰਦਾ ਵੀ ਤੂੰ ਇਹਦੇ ਸਾਹਮਣੇ ਕਹਿੰਦਾ ਕੋਈ ਗੱਲ ਨੀ ਅਸੀਂ ਪਹਿਲੇ ਤਿਆਰ ਇਸ ਕੰਮ ਨਾਲ ਕੀਤਾ ਵਾ ਤੇ ਬਿਲਕੁਲ ਬਚ ਗਿਆ ਠੀਕ ਹੈ ਬਈ ਕੁਛ ਉੱਤੇ ਕੀ ਸਿਚੁਏਸ਼ਨ ਬਣਨੀ ਹੈ ਤੂੰ ਸਾਡੇ ਜੇ ਸਾਡੇ ਲਈ ਮਤਲਬ ਜੇ ਤੈਨੂੰ ਮਾਰਨਾ ਅਸੀਂ ਮਾਰਿਆ ਨਾ ਤਾਂ ਤੂੰ ਸਾਡਾ ਬੰਦਾ ਨੀ ਹੈਗਾ ਬਸ ਤੇ ਉਹਨਾਂ ਦਾ ਕਰਕੇ ਮਾਰਨਾ ਹੁਣ ਦੇਖੋ ਇੱਕ ਪਾਸੇ ਅੱਠ ਸਾਲ ਤੁਸੀਂ ਅੱਠ ਸਾਲ ਲਈ ਬੰਦਾ ਉੱਥੇ ਬੈਠ ਰਿਹਾ ਉਸੇ ਦੇਸ਼ ਦੇ ਵਿੱਚ ਉੱਥੇ ਉਹਨਾਂ ਦੇ ਰੋਪੜ ਦੇ ਏਰੀਏ ਦੇ ਵਿੱਚ ਠੇਕੇਦਾਰੀ ਕਰਦਾ ਰਿਹਾ ਰੋਜ਼ ਉਹਨਾਂ ਦੀਆਂ ਮਤਲਬ ਅਖਬਾਰ ਦੇ ਵਿੱਚ ਸੰਦੇਸ਼ ਛਪਦੇ ਸੀਗੇ ਰੋਜ਼ ਜ਼ਿੰਮੇਵਾਰੀਆਂ ਛਪਦੀਆਂ ਇੰਟਰ ਉੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਕਮਾਲ ਹੈ ਇੰਟੈਲੀਜੈਂਸੀ ਨੂੰ ਉਹਨੂੰ ਪਤਾ ਨੀ ਲੱਗਾ ਆਨੰਦਪੁਰ ਸਾਹਿਬ ਦੇ ਵਿੱਚ ਸਿਰਫ ਤਿੰਨਾਂ ਸਾਲਾਂ ਦੇ ਵਿੱਚ ਜਾ ਕੇ ਉਹਨੇ ਫੜ ਲਿਆ ਜਾ ਕੇ ਇੱਕ ਪਾਸੇ ਤਿੰਨ ਸਾਲ ਨਹੀਂ ਕੱਟਣ ਦਿੱਤੇ ਇੱਥੇ ਤਿੱਕਰ ਵੀ ਭਾਜੀ ਹੋਇਆ ਜਿਹੜਾ ਬੰਦਾ ਨਾ ਹੁਣ ਅੰਡ ਚ ਆ ਕੇ ਹੋ ਗਿਆ ਸੀਗਾ ਜਿਹੜਾ ਬੰਦਾ ਸਿਰਫ ਹਲੇ ਸੋਚ ਹੀ ਰਿਹਾ ਸੀਗਾ ਕਿ ਮੈਂ ਇੱਧਰ ਨੂੰ ਤੁਰਨਾ ਆ ਹਥਿਆਰ ਚੱਕਣੇ ਵਾਲੇ ਪਾਸੇ ਨੂੰ ਉਹਨੇ ਉਹ ਵੀ ਦਬੋਚ ਲਿਆ ਉਹਨਾਂ ਨੂੰ ਉਹ ਵੀ ਪਤਾ ਸੀਗਾ ਤੇ ਜਿਹੜੇ ਸਾਡੇ ਮੁਖੀ ਸੀਗੇ ਉਹਨਾਂ ਬਾਰੇ ਕਿਸੇ ਉਹਨਾਂ ਨੂੰ ਉਹਨਾਂ ਬਾਰੇ ਪਤਾ ਨੀ ਸੀਗਾ ਕਿਸੇ ਨੂੰ ਮਤਲਬ ਪੁਲਿਸ ਨੂੰ ਪਤਾ ਨੀ ਸੀਗਾ ਤੁਹਾਨੂੰ ਕੀ ਲੱਗਦਾ ਵੀ ਇੰਨੇ ਬੇਵਕੂਫ ਸੀ ਉਹਨਾਂ ਨੂੰ ਸਭ ਪਤਾ ਸੀਗਾ ਅਸਲ ਵਿੱਚ ਦੋ ਇਹ ਕਾਰਨ ਹੋ ਸਕਦੇ ਆ ਦੋ ਬੰਦੇ ਜਿਹੜੇ ਮੈਂ ਦੱਸੇ ਆ ਵੀ ਜਾਂ ਤਾਂ ਉਹਨੂੰ ਰੂਪੋ ਚੋਕੇ ਬੰਦੇ ਨੂੰ ਬਚਾਉਂਦੇ ਆ ਜਾਂ ਫਿਰ ਹੁਣ ਇੱਥੇ ਨਾ ਕੈਨੇਡਾ ਮੈਂ ਤੁਹਾਡੇ ਵੀ ਹੋਣੀ ਆ ਨਾ ਲੋਕ ਕੀ ਕਰਦੇ ਆ ਨਾ ਕੰਪਨੀ ਇੱਕ ਘਲਾ ਲੈਂਦੇ ਆ ਜਿੱਦਾਂ ਕੰਪਨੀ ਕੰਮ ਦੇ ਖਾਤੇ ਲਈ ਵਾਧਾ ਘਾਟਾ ਉਹ ਫਿਰ ਖਰਚਾ ਪਾ ਕੇ ਮੁੜ ਕੇ ਕੰਪਨੀ ਬੰਦ ਕਰ ਦਿੰਦੇ ਆ ਬਸ ਉਹ ਇਹਨੀ ਜਦੋਂ ਜਿਹਦੇ ਸਿਰ ਵਾਧਾ ਘਾਟਾ ਮਰਡਰ ਪਾ ਕੇ ਪਹਿਲਾਂ ਉਹਨੂੰ ਮਸ਼ਹੂਰ ਕਰਤਾ ਸਮਝ ਗਏ ਤੁਸੀਂ ਬਾਅਦ ਵਿੱਚ ਉਹਨੂੰ ਖਤਮ ਕਰਕੇ ਸਾਰੇ ਉਹਦੇ ਜਿੰਮੇ ਪੜ ਕੇ ਬਸ ਪੱਤਾ ਕਰੋ ਸਾਫ ਬਸ ਜਿਹੜੇ ਉਹ ਦੇਖੋ ਬੇਅੰਤ ਸਿੰਘ ਬੇਅੰਤ ਸਿੰਘ ਨਾਲ ਵੀ ਇੱਦੇ ਹੋਇਆ ਮਾਰਨ ਨਾਲ ਬੇਅੰਤ ਸਿੰਘ ਨਾਲ ਕੀ ਹੋਇਆ ਬਸ 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 ਪੰਜਾਬ ਨੂੰ ਖਤਮ ਕੀਤਾ ਤਬਾਹ ਕੀਤਾ ਤੇ ਜੁੰਮੇ ਕਿਨ ਮਾਰਿਆ ਬੇਅੰਤ ਸਿੰਘ ਤੇ ਮੁੜ ਕੇ ਬੇਅੰਤ ਸਿੰਘ ਦਾ ਪੱਤਾ ਕੱਟ ਕੱਟ ਕੇ ਸਦਾ ਲਈ ਫੈਲੇ ਹੀ ਬੰਦ ਕਰਤੀ ਖਤਮ ਹੋ ਗਈ ਕਹਾਣੀ ਬਸ ਔਰ ਹੈਰਾਨੀ ਅੱਜ ਵੀ ਹੈਰਾਨੀ ਇਹ ਹੋਈ ਆ ਵੀ ਜਿਹੜੇ ਅਸੀਂ ਆ ਨਾ ਅਸੀਂ ਖੁਸ਼ ਹੋਈ ਜਾਂਦੇ ਆ ਵੀ ਦੇਖੋ ਜੇ ਬੇਅੰਤ ਸਿੰਘ ਨੂੰ ਨਾ ਮਾਰਦੇ ਤਾਂ ਸਾਰੀ ਨੌਜਵਾਨੀ ਖਤਮ ਹੋ ਜਾਣੀ ਸੀ ਨਹੀਂ ਜਦੋਂ ਇੱਕ ਹੋਰ ਆਹੀ ਗੱਲ ਚੰਗਾ ਹੋ ਗਿਆ ਚੇਤਾ ਭਾਜੀ ਬੇਅੰਤ ਸਿੰਘ 95 ਚ ਮਰਿਆ 93 ਦੇ ਬਾਅਦ ਤਾਂ 2 ਸਾਲ ਤੋਂ ਉਦਾਂ ਹੀ ਸ਼ਾਂਤੀ ਆ ਗਈ ਸੀ ਉੱਥੇ ਉਸ ਵੇਲੇ ਦਾ ਜਿਹੜਾ ਬੰਦਾ ਕਹਿੰਦਾ ਨਾ ਵੀ ਜੇ ਬੇਅੰਤ ਸਿੰਘ ਨਾ ਮਰਦਾ ਪੰਜਾਬ ਧੁੰਦਾ ਵੀ ਇਹ ਗੱਲ ਕਹਿੰਦਾ ਧੁੰਦਾ ਅੱਜ ਵੀ ਅਖਬਾਰਾਂ ਕੱਢ ਕੇ ਦੱਸ ਦੇਵੇ ਤੇ 93 ਤੋਂ ਬਾਅਦ ਤੇ ਇੱਕ ਜਿਹੜੇ ਉੱਥੇ ਉਹ ਬੇਅੰਤ ਸਿੰਘ ਦੇ ਮਰਨ ਤੱਕ ਉੱਥੇ ਤਾਂ ਬਿਲਕੁਲ ਉਹਨੇ ਜਸ਼ਨ ਵੀ ਬਣਾਤਾ ਤਾਂ ਜਿੱਤ ਦਾ ਵੀ ਸ਼ਾਂਤੀ ਹੋ ਗਈ ਖਤਮ ਕਹਾਣੀ ਤੇ ਉਹਦਾ ਡਰਾਮਾ ਤੁਹਾਨੂੰ ਉਹਦਾ ਯਾਰ ਉੱਥੇ ਇੰਨਾ ਕੁਛ ਆ ਜੇ ਉਹਨਾਂ ਨੂੰ ਇੱਕ ਇੰਨੇ ਇੱਦਾਂ ਦੇ ਹੋਰ ਵੀ ਮਾਰਨੇ ਪਏ ਨੇ ਤਾਂ ਵੀ ਉਹਨਾਂ ਉੱਥੇ ਕੋਈ ਫਰਕ ਨੀ ਪੈਂਦਾ ਕੋਈ ਉੱਥੇ ਨੀ ਹਰ ਦੇਸ਼ ਦੇ ਵਿੱਚ ਇੱਦਾਂ ਬਿਲਕੁਲ ਡੈਮੋਕ੍ਰੇਸੀ ਦੇ ਵਿੱਚ ਤਾਂ ਜੀ ਜਿਹੜੀ ਉਹ ਖੇਡ ਆ ਉਹ ਤਾਂ ਬੜੀ 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 ਦੇਸ਼ ਚੱਲਦੇ ਭਾਜੀ ਚੱਲਦੇ ਹੀ ਇੱਦਾਂ ਉਦੇ ਥੋੜੇ ਚਲਾਏ ਉਹ ਨੀ ਦੇਸ਼ ਬੈਠੇ ਇੰਨੇ ਬੇਵਕੂਫ ਥੋੜੇ ਬੈਠੇ ਏਦਾਂ ਤਾਂ ਉਦੇ ਹਿੱਲ ਹੁਣ ਮੈਂ ਜਿਹੜੀ ਗੱਲ ਕਰਦਾ ਨਾ ਮਾਨ ਦੀ ਜਿਹੜੀ ਮੈਂ ਗੱਲ ਛੇੜੀ ਸੀਗੀ ਨਾ ਤੁਹਾਨੂੰ ਪਤਾ ਹੋਣਾ ਭਾਜੀ ਤੁਸੀਂ ਸ਼ਾਇਦ ਪੜਿਆ ਜਾਂ ਇੱਕ ਇੰਟਰਵਿਊ ਘੁੰਮਦੀ ਹੈ ਕਿਤੇ ਨਾ ਕਿਤੇ ਸਰੋਤੇ ਨੇ ਸੁਣ ਲੈਣੀ ਕਿਸੇ ਵੀਰ ਨਾਲ ਉਹ ਭੇਜ ਵੀ ਦੇਣੀ ਆ ਜਿਹੜਾ ਅੱਜ ਮਾਨ ਸਿਮਰਨਜੀਤ ਸਿੰਘ ਮਾਨ ਲੜਦਾ ਫਿਰਦਾ ਨਾ ਕਿ ਸਾਡੇ ਗੁਰਦੁਆਰੇ ਤੇ ਅਟੈਕ ਕੀਤਾ ਸਭ ਤੋਂ ਪਹਿਲਾਂ 4 ਨਿਹੰਗ ਗੁਰਦੁਆਰੇ ਚ ਇਹਨੇ ਮਾਰੇ ਆ ਖੁਦ ਮਾਨ ਅੱਛਾ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਨਿਹੰਗਾਂ ਨੇ ਚੋਰੀ ਕਰ ਲਈ ਸੀ ਨਿਹੰਗ ਬਾਣੇ ਚ ਸੀਗੇ ਉਹ ਬੰਦੇ ਨਿਹੰਗ ਸੀਗੇ ਉਹ ਉਨੀ ਇਹਨਾਂ ਦੇ ਮਗਰ ਪਏ ਤੇ ਉਨੀ ਗੁਰਦੁਆਰੇ ਚ ਸ਼ਰਨ ਲਈ ਕਿਤੇ ਜਾ ਕੇ ਸੰਗਰੂਰ ਦੀ ਕਿਤੇ ਗੱਲ ਹੈ ਨਾ ਅੱਛਾ ਇਨੀ ਵਾਰ ਉਹਨਾਂ ਨੂੰ ਰੋਕ ਫੜਨ ਲਈ ਮੰਗਾਰਿਆ ਉਹਨੇ ਅੰਦਰੋਂ ਫਾਇਰ ਕਰਤਾ ਹੈ ਨਾ ਜਵਾਬ
ਫਿਰ ਗੁਰਦੁਆਰੇ ਵੱਲ ਨੂੰ ਫੈਰ ਕਰਕੇ ਚਾਰ ਨਿਹੰਗ ਮਾਰੇ ਸੀਗੇ ਉਸ ਵੇਲੇ ਪ੍ਰੀਤ ਸੀਗਾ। ਹੁਣ ਬਾਕੀਆਂ ਨੂੰ ਪਿੱਟੀ ਜਾਂਦੇ ਆ ਭਾਜੀ, ਮੈਨੂੰ ਤਾਂ ਇੱਦਾਂ ਲੱਗਦਾ, ਮੈਨੂੰ ਜਿਹੜਾ ਮੈਂ ਆਪਣਾ ਓਪੀਨੀਅਨ ਦੇਣਾ ਚਾਹੁੰਦਾ, ਮੈਨੂੰ ਇੱਦਾਂ ਲੱਗਦਾ, ਮੈਂ ਬਹੁਤ ਚਿਰ ਦਾ ਇਹ ਤਾਂ ਸੋਚੀ ਜਾਂਦਾ ਵੀ ਯਾਰ ਆਹ ਜਿਹੜੀ ਨਾ, ਮੈਂ ਪਹਿਲੇ ਵੀ ਸੁਖਦੇਵ ਸਿੰਘ ਵਾਲੀ ਗੱਲ ਕੀਤੀ ਹੈ, ਇੱਕ ਵਾਰੀ 2010 ਦੇ ਵਿੱਚ ਮੈਂ ਲਿਖ ਦਿੱਤੀ ਸੀਗੀ ਉਦਾਂ ਤੇ ਸਰਬਜੀਤ ਸਿੰਘ ਘੁਮਾਣ ਨੀ ਹੈਗਾ ਜਿਹੜਾ, ਆਹੋ ਉਹਨੇ ਮੈਨੂੰ ਬਹੁਤ ਮੈਸੇਜ ਕੀਤੇ ਵੀ ਤੂੰ ਬਹੁਤ ਗਲਤ ਬੋਲਦਾ, ਤੂੰ ਏਦਾਂ, ਉਹਨੇ ਮੈਨੂੰ, ਮੇਰੇ ਕੋਲ ਹਜੇ ਵੀ ਪਏ ਹੋਣੇ ਆ ਤੇ ਉਹ ਲੋਕਾਂ ਨੂੰ ਭੜਕਾ ਦੇਗਾ, ਦੇਖੋ ਇਹ ਕਿੱਦਾਂ ਬੋਲਦਾ, ਇਹ ਨੀ, ਇਹ ਸਤਿਕਾਰ ਨੀ ਕਰਦਾ ਹੈ ਨਾ, ਮੈਂ ਮੁੜ ਕੇ ਕੁਛ ਨੀ ਬੋਲਿਆ। ਮੈਂ ਕਿਹਾ ਬਈ ਕੋਈ ਗੱਲ ਨੀ, ਮੈਨੂੰ ਕੀ ਆ ਯਾਰ, ਮੇਰੀ ਵੱਲੋਂ ਕੋਈ ਇੰਦਰਾ ਨੂੰ ਸ਼ਹੀਦ ਮੰਨੇ, ਮੇਰਾ ਕੀ ਜਾਂਦਾ ਇਹਦੇ ਵਿੱਚ, ਮੇਰਾ ਕੁਛ ਜਾਂਦਾ, ਮੇਰੀ ਵੱਲੋਂ ਕੋਈ ਕਿਸੇ ਨੂੰ ਮੰਨੇ ਨਾ ਮੰਨੇ, ਸਾਨੂੰ ਤਾਂ ਜੋ ਸਾਡੇ ਸਮਝ ਲੱਗਦੀ ਹੈ ਉਹ ਅਸੀਂ ਬੋਲ ਦੱਸਿਆ, ਅਸੀਂ ਕਹਿਣਾ ਆ। ਉਹ ਜਿਹੜੀ ਮਾਨ ਦੀ ਮੈਂ ਗੱਲ ਕਰਨ ਲੱਗਾ ਨਾ, ਮਾਨ ਸਿਮਰਜੀਤ ਸਿੰਘ ਮਾਨ, ਮੈਨੂੰ ਤਾਂ ਭਾਜੀ ਏਦਾਂ ਲੱਗਦਾ ਵੀ ਜਦੋਂ ਨਾ 84 ਤੋਂ ਬਾਅਦ ਜਦੋਂ ਕੌਮ ਨੂੰ ਲੀਡਰ ਦੀ ਲੋੜ ਸੀਗੀ, ਲੋਕ ਚਾਹੁੰਦੇ ਸੀਗੇ ਚੁਣਨਾ ਕੋਈ ਬੰਦਾ ਮੋਹਰੇ ਆਵੇ, ਹਨਾ, ਉਸ ਵੇਲੇ ਨੀ ਪਰੋਸ ਕੇ, ਜਿਹਨੂੰ ਕਹਿੰਦੇ ਨਾ ਪਰੋਸ ਕੇ ਦਿੱਤਾ ਸਿਮਰਜੀਤ ਸਿੰਘ ਮਾਨ ਸਾਨੂੰ, ਐਨ ਪਲਾਟ 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 ਕੀਤਾ ਵਿੱਚ, ਪਰੋਸ ਐਨ ਬਣਾ ਕੇ ਘਰ ਕੇ ਇੱਕ ਡਰਾਮਾ ਕਰਕੇ ਫੜਨ ਦਾ, ਉਹਦੇ ਬਾਅਦ ਜੇਲ੍ਹ ਦਾ, ਜੇਲ੍ਹ ਤੋਂ ਬਾਅਦ ਫਿਰ ਉਹਨੂੰ ਜਿਤਾ ਕੇ ਤੁਹਾਨੂੰ ਮੋਹਰੇ ਰੱਖਿਆ, ਅੱਜ ਤੱਕ ਉਹਨੇ ਕਿਸੇ ਪਾਸੇ ਕੌਮ ਨੂੰ ਲੱਗਣ ਦਿੱਤਾ, ਅੱਜ ਤੱਕ ਕੋਈ ਹੈ, ਕੋਈ ਉਹਦਾ ਕੋਈ ਸਟੈਂਡ, ਕੋਈ ਉਹਦੀ ਇੱਕ ਵੀ ਲੀਡਰਾਂ ਵਾਲੀ ਤੁਹਾਨੂੰ ਨਜ਼ਰ ਹੈ ਕੋਈ ਸਿੱਖ ਨੂੰ ਅੱਗੇ, ਜਿੰਨਾ ਉਸ ਬੰਦੇ ਨੇ ਥੱਲੇ ਨੂੰ ਡੁਬਾਇਆ ਨਾ ਕੌਮ ਨੂੰ, ਹੋਰ ਕੋਈ ਉੱਠ ਆਣੇ ਹੀ ਨੀ ਦਿੱਤਾ ਸਾਹਮਣੇ ਉਹਨਾਂ ਬੰਦੇ ਨਾਲੇ ਜੀ। ਦੇਖੋ ਚੱਜ ਦੀ ਗੱਲ, ਇਹ ਜਿਹੜੇ ਨਾ ਸਾਡੇ ਆਗੂ ਆ, ਜਿਹੜੇ ਲੀਡਰ ਆ ਸਾਡੇ, ਸਿੱਖਾਂ ਨੂੰ ਇੱਕ ਚੀਜ਼ ਕਲੀਅਰ ਹੋਣੀ ਚਾਹੀਦੀ ਸੀ ਉਸ ਵੇਲੇ 84 ਤੋਂ ਪਹਿਲਾਂ 98ਵਿਆਂ ਦੇ ਵਿੱਚ, ਵੀ ਸਾਡਾ ਵਾਹ ਮੋਹਰੇ ਕਿਹਦੇ ਨਾਲ ਆ। ਹਾਂਜੀ ਬਿਲਕੁਲ, ਜੇ ਨਾ ਇਹ ਚੀਜ਼ ਸਮਝਦੇ ਹੁੰਦੇ ਵੀ ਇੰਦਰਾ ਗਾਂਧੀ ਨੇ 71 ਵਿੱਚ ਉਹ ਹਾਲਾਤ ਜਿਹੜੇ ਪੈਦਾ ਕੀਤੇ, ਕਿੱਦਾਂ ਮਜਬੂਰ ਕੀਤਾ ਪਾਕਿਸਤਾਨ ਨੂੰ, ਕਿੰਨੀ ਫਰਸਟ੍ਰੇਸ਼ਨ ਵਧੀ ਉਹਨਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਉੱਥੇ ਇਲੈਕਸ਼ਨਾਂ ਦੇ ਲਈ ਦਬਾਅ ਪਵਾ ਕੇ, ਜਾਣੀ ਸਾਰਾ ਕੁਛ ਕੰਟਰੋਲ ਚ ਹੋਣ ਦੇ ਬਾਵਜੂਦ ਉਸ ਵੇਲੇ ਇਹ ਨਹੀਂ ਸੀ ਕਰ ਰਹੀ ਭਈ ਉੱਥੇ ਵਿਦਰੋਹ ਦੇ ਲਈ, ਬਗਾਵਤ ਦੇ ਲਈ ਜਾਂ ਲੜਾਈ ਛੇੜੇ, ਉਹਨ ਇਲੈਕਸ਼ਨ ਦੀ ਗੱਲ ਕਰ ਦਿੱਤੀ ਬੰਗਲਾਦੇਸ਼ ਦੇ ਵਿੱਚ, ਇਹਨਾਂ ਨੂੰ ਇਹ ਚੁੱਕਣਾ ਦਿੱਤੀ ਵੀ ਇਲੈਕਸ਼ਨ ਕਰਵਾਓ ਤੇ ਪਾਕਿਸਤਾਨ ਵਾਲੀ ਮੰਨ ਗਿਆ ਇੱਕਦਮ, ਤੇ ਉਹ 200 ਜਾਣੀ 90-95 ਸੀਟਾਂ ਸੀਗੀਆਂ ਤਾਂ 160 ਸੀਟਾਂ ਇਹ ਜਿੱਤ ਗਏ ਬੰਗਲਾਦੇਸ਼ ਵਾਲੇ, ਜਿਹੜੇ ਆਜ਼ਾਦ ਹੋਣਾ ਚਾਹੁੰਦੇ ਸੀ, ਅਲੱਗ ਚਾਹੁੰਦੇ ਸੀ। ਹੁਣ ਉਹਨੂੰ ਉਸ ਵੇਲੇ ਉਹਨੂੰ ਪਤਾ ਸੀ, ਇੰਨੀ ਸ਼ੈਤਾਨ ਸੀ ਉਹਨੂੰ ਪਤਾ ਸੀ ਵੀ ਜੇ ਤਾਂ ਸਰਕਾਰ ਬਣ ਗਈ ਤਾਂ ਬਹੁਮਤ ਇਹਨਾਂ ਦਾ ਹੋਣਾ, ਵੀ ਜੇ ਜੇ ਉਹਨਾਂ ਨੇ ਧੱਕਾ ਕੀਤਾ ਤਾਂ ਦੁਨੀਆਂ ਦੀਆਂ ਡੈਮੋਕ੍ਰੇਸੀਆਂ ਦੇ ਵਿੱਚ ਮੈਂ ਭੰਡੂੰਗੀ ਇਹਨਾਂ ਨੂੰ। ਅੰਤਰਰਾਸ਼ਟਰੀ ਪੱਧਰ ਤੇ ਜਾਣੀ ਜਿੱਥੇ ਵੀ ਉਹ ਜਾਂਦੀ ਸੀ ਇਹ ਮੁੱਦਾ ਚੱਕਦੀ ਸੀ ਜਾ ਕੇ ਵੀ ਉੱਥੇ ਆਹ ਕੁਛ ਹੋ ਰਿਹਾ ਆ। ਹੁਣ ਮੁੜ ਕੇ ਜਦੋਂ ਐਮਰਜੈਂਸੀ ਲਾਈ ਆ, ਉਹ ਐਡਾ ਵੱਡਾ ਸਟੈਪ ਸੀ ਜੀ ਉਸ ਵੇਲੇ, ਆਜ਼ਾਦੀ ਮਿਲੀ ਨੂੰ ਵੀ ਉਦੋਂ 20-25 ਸਾਲ ਅਜੇ ਹੋਏ ਸੀ, ਜਿਹੜੇ ਬੰਦੇ ਆਜ਼ਾਦੀ ਲਈ ਲੜਦੇ ਰਹੇ, ਨਹਿਰੂ ਹੁਣਾਂ ਦੇ ਨਾਲ ਦੇ ਬੰਦੇ ਸਾਰੇ ਜੀਂਦੇ ਸੀ ਅਜੇ, ਔਰ ਐਡੇ ਧੁਰੰਦਰ ਬੰਦਿਆਂ ਨੂੰ ਰਾਤੋ ਰਾਤ ਚੱਕ ਕੇ ਜੇਲ੍ਹ ਚ ਠੋਕਣਾ, ਜਾਣੀ ਜੇ ਕਿਤੇ ਉਸ ਵੇਲੇ ਨਾ ਉਹ ਰਾਜ ਨਰਾਇਣ ਹੁਣਾਂ ਦੇ ਮੋਹਰੇ ਇੱਕਦਮ ਹਥਿਆਰ ਸਿੱਟ ਦਿੰਦੀ ਤੇ ਸ਼ਾਇਦ ਉਦੋਂ ਉਹਦਾ ਹਮੇਸ਼ਾ ਲਈ ਖਾਤਮਾ ਉਦੋਂ ਹੀ ਹੋ ਜਾਂਦਾ। ਔਰ 2-2.5 ਸਾਲ ਜਿਹੜਾ ਰੋਹ ਸੀ ਲੋਕਾਂ ਦਾ, ਅੰਦਰ ਗੁੱਸਾ ਸੀ, ਉਹ ਸਾਰਾ ਸੜਕਾਂ ਤੇ ਉਤਾਰ ਕੇ 77 ਦੇ ਵਿੱਚ ਉਹਨੂੰ ਜੇਲ੍ਹ ਹੁੰਦੀ ਆ, 80 ਚ ਮੁੜ ਕੇ ਐਡੇ ਵੱਡੇ ਫਰਕ ਦੇ ਨਾਲ ਜਿੱਤਦੀ ਆ, ਤੁਸੀਂ ਹੈਰਾਨ ਰਹਿ ਜਾਂਦੇ ਆ ਜਾਣੀ।
ਤੇ ਇਹ ਸਾਡੇ ਬੰਦਿਆਂ ਨੂੰ ਉਹ 71 ਵਾਲਾ ਮਸਲਾ 77 ਉਹਦਾ 75 ਚ ਐਮਰਜੈਂਸੀ ਲਾਉਣ ਵਾਲਾ 80 ਚ ਮੁੜ ਕੇ ਫੇਰ ਤਾਕਤ ਵਿੱਚ ਆਉਣ ਦਾ ਇਹਨਾਂ ਨੂੰ ਦੀਦਾ ਨਹੀਂ ਸੀ ਵੀ ਉਹ ਕਿੰਨੀ ਛਾਤਰ ਹੋਊਗੀ ਜਿਹਦੇ ਨਾਲ ਅਸੀਂ ਪੰਗਾ ਲੈਣ ਲੱਗੇ ਆ। ਹਾਂ ਬਿਲਕੁਲ, ਤੇ ਤੁਹਾਡੇ ਵਿੱਚ ਕੰਮ ਉਸ ਫੌਜ ਦਾ ਵਿੱਚ ਰਹਿਣ ਵਾਲਾ ਜਿਹੜਾ ਤਾਕਤ ਨੂੰ ਜਾਣਦਾ ਉਹ ਤੁਹਾਡੇ ਅੰਦਰ ਬੈਠਾ ਕੰਮ ਕਰ ਰਿਹਾ। ਹਾਂ ਉਹ ਪਬਲਿਕਲੀ, ਉਹ ਵੀ ਪਬਲਿਕਲੀ ਨੀ ਜੇ ਕਹਿ ਸਕਿਆ, ਉਹ ਇਹਨਾਂ ਨੂੰ ਤਾਂ ਦੱਸ ਦਿੰਦਾ, ਪਿੰਡਾਂ ਵਾਲੇ ਤਾਂ ਦੱਸਦਾ ਭਾਈ ਇਹ ਬੰਦੇ ਅੰਦਰ ਆ ਧੋਖੇ ਕਰਦੀ ਆ ਉਹ। ਇੱਕ ਨਾ ਇੰਟਰਵਿਊ ਹੋਇਆ ਭਾਜੀ ਇੱਕ ਸਵੇਕ ਸਿੰਘ ਦੀ, ਉਹਦੇ ਵਿੱਚ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਤੂੰ ਏਦਾਂ ਦਾ ਕੱਢਿਆ ਵੀ ਤੈਨੂੰ ਉਹ ਛਾਪੀ ਹੋਈ ਹੈ ਨੇ ਜਿਹੜਾ ਉਦੋਂ ਕਿਹਾ ਉਹਨੇ ਵੀ ਇੱਕ ਹੋਰ ਵੀ ਮੈਨੂੰ ਲੱਗਦਾ ਮੈਂ ਪੜ੍ਹੀ ਆ ਉਹ ਇੰਟਰਵਿਊ ਪਈ ਆ, ਉਹਨੇ ਕਹਿੰਦਾ ਵੀ ਤੂੰ ਇੰਨਾ ਬੜਾ ਤੇਰੇ ਨਾਲ ਧੱਕਾ ਕਰਤਾ, ਤੈਨੂੰ ਫੌਜ ਚੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਵੀ ਤੂੰ ਦੱਸਦਾ ਕਿਉਂ ਨੀ ਵੀ ਉਹਦੀ ਸਿੱਖਰ ਤਾਂ ਯਾਰ ਕਰ ਦੇ। ਉਹਦਾ ਜਵਾਬ ਸੀਗਾ ਕਿ ਮੈਂ ਸਿੱਖਰ ਤਾਂ ਯਾਰ ਕਰਕੇ ਗਦਾਰ ਨੀ ਕਹਾਉਣਾ। ਜਾਣੀ ਦੇਸ਼ ਨੂੰ ਤੋੜਨ ਲਈ ਮੈਂ ਹੈਰਾਨ ਆ ਯਾਰ, ਦੇਸ਼ ਨੂੰ ਤੋੜਨ ਲਈ ਇੰਡੀਆ ਦੀ ਫੌਜ ਦੇ ਵਿਰੁੱਧ ਉੱਥੇ ਜਿਹੜੀ ਘੱਟ ਗਿਣਤੀ ਕੌਮ ਆ ਉਹਨੂੰ ਟ੍ਰੇਨਿੰਗ ਦੇ ਕੇ, ਫੌਜ ਦੇ ਵਿਰੁੱਧ ਲੜਾਈ ਲਈ ਉਕਸਾ ਕੇ ਉਹਨੂੰ ਟ੍ਰੇਨਿੰਗ ਦੇ ਕੇ ਇੱਕ ਦੇਸ਼ ਨੂੰ ਟੁਕੜੇ ਕਰਾਉਣ ਦੇ ਲਈ ਉੱਥੇ ਗਦਾਰ ਬਣ ਸਕਦਾ ਆ। ਦੇਸ਼ ਨਾਲ ਗਦਾਰੀ ਨੀ ਕਰਨੀ, ਮੈਂ ਉੱਦਾਂ ਗਦਾਰੀ ਨੀ ਕਰਨੀ, ਗਦਾਰ ਨੀ ਕਹਾਉਣਾ, ਦੇਸ਼ ਨਾਲ ਲੜ ਪੈਣਾ, ਮੈਂ ਲੜ ਕੇ ਤੋੜ ਦੇਣਾ ਫਿਰ। ਹੁਣ ਤੁਸੀਂ ਦੇਖੋ ਵੀ ਇਹਨੂੰ ਉੱਥੇ ਭੇਜਣ ਦਾ ਕੰਮ ਸੀਗਾ ਇੱਕ ਪਾਰਟੀ ਦਾ, ਇੱਕ ਪ੍ਰਧਾਨ ਮੰਤਰੀ ਦਾ, ਇੱਕ ਔਰਤ ਦਾ। ਹਾਂਜੀ, ਉਹ ਜਾਣੀ ਔਰਤ ਦੇ ਵਿਰੁੱਧ ਗਦਾਰੀ ਕਰਨੇ ਨੂੰ ਦੇਸ਼ ਨਾਲ ਗਦਾਰੀ ਦੱਸਦਾ ਆ। ਹਾਂ 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 ਦੇਖੋ, ਹਾਂ ਬਿਲਕੁਲ, ਦੇਸ਼ ਦੀ ਫੌਜ ਲਈ, ਇੰਨੇ ਲੋਕਾਂ ਨੂੰ ਮਰਾਉਣ ਲਈ, ਦੇਸ਼ ਦੇ ਟੁਕੜੇ ਕਰਾਉਣ ਨੂੰ ਉਹ ਵਫ਼ਾਦਾਰੀ ਦੱਸਦਾ ਆ। ਉੱਥੇ ਲੜਨੇ ਜਦੋਂ ਟੇਕ, ਬਿਲਕੁਲ ਉੱਥੇ ਵਫ਼ਾਦਾਰੀ ਹੈ ਤੇ ਉੱਥੇ ਕਹਿੰਦਾ ਲੜਨਾ ਆ ਅਸੀਂ ਉਹਨਾਂ ਦਾ, ਅਸੀਂ ਆਪਣਾ ਵੱਖਰਾ ਲੈਣਾ ਆ, ਜੋ ਵੀ ਕਰਨਾ ਆ ਵੀ ਅਸੀਂ ਮਤਲਬ ਫੌਜ ਨਾਲ ਲੜ ਪੈਣਾ ਆ। ਉਹ ਜਿਹੜੀ ਇੰਦਰਾ ਗਾਂਧੀ ਦੇ ਜਿਹੜੀ ਉਹ ਬੰਗਲਾਦੇਸ਼ ਵਾਲੀ ਗੱਲ ਸੀ ਉਹ ਤਾਂ ਕੱਲੀ ਇੰਦਰਾ ਗਾਂਧੀ ਦੇ ਖਿਲਾਫ ਜਾ ਰਹੀ ਸੀ ਨਾ। ਹਾਂ ਉਹ ਦੱਸ ਦੇਣੀ ਚਾਹੀਦੀ ਸੀ ਲੋਕਾਂ ਨੂੰ ਵੀ ਇਹ ਇੰਨੇ ਖਰਾਬ ਹੈ ਬੰਦੇ, ਹੈ ਨਾ, ਏਦਾਂ ਕਰਦੇ ਆ, ਤਾਂ ਕਿ ਲੋਕਾਂ ਦੇ ਮਨ ਚ ਇਹ ਚੀਜ਼ ਤਾਂ ਆਉਂਦੀ ਨਾ ਵੀ ਹਾਂ ਯਾਰ ਇਹ ਇੰਨੇ ਛਾਤਰ, ਇੰਨੇ ਬੇਈਮਾਨ ਬੰਦੇ ਇਸ ਤਰੀਕੇ ਨਾਲ ਇਹਨਾਂ ਨੇ, ਔਰ ਪਾਕਿਸਤਾਨ ਦੀ ਹਮਦਰਦੀ ਲੈਂਦੇ ਜਿੰਨੀ ਮਰਜ਼ੀ ਉਸ ਵੇਲੇ, ਪੰਜਾਬ ਦੇ ਲੋਕਾਂ ਦੀ ਦੇਖੋ, ਪੰਜਾਬ ਦੇ ਲੋਕਾਂ ਦੇ ਅੰਦਰ ਪਾਕਿਸਤਾਨ ਦੇ ਇਕੱਠ ਇਹਨਾਂ ਦਾ ਟੀਚਾ ਇੱਕ ਹੋਣਾ ਚਾਹੀਦਾ ਸੀ ਜੇ ਸਵੇਗ ਸਿੰਘ ਇਮਾਨਦਾਰ ਹੋ ਕੇ ਉੱਥੇ ਉਹ ਭੇਦ ਦੱਸਦਾ। ਹਾਂ ਦੱਸਦਾ ਵੀ ਤੁਹਾਡੇ ਨਾਲ ਆਹ ਕੀਤਾ ਆ, ਮੈਂ ਉਹਦੇ ਵਿੱਚ ਸੀਗਾ, ਇਹ ਸਿਕਰਟ ਬਿਲਕੁਲ ਯਾਰ ਕਰਦਾ ਦੇ ਤਾਂ ਕਿ 71 ਦੀ ਲੜਾਈ ਇਹ ਨੀ ਹੈਗਾ ਵੀ ਪਾਕਿਸਤਾਨ ਦੇ ਵੋਟਾਂ ਤੋਂ ਬਾਅਦ ਤੁਹਾਡੇ ਅਟੈਕ ਕਰਨ ਦੇ ਨਾਲ ਹੋਈ ਆ, ਮੈਂ ਤਾਂ 7 ਸਾਲ ਪਹਿਲਾਂ ਉੱਥੇ ਅੰਦਰ ਜਾ ਕੇ ਬੈਠਾ ਸੀ। ਹਾਂ ਵੀ ਐਡੀ ਸਿਕਰਟ ਮੈਂ ਕੰਮ ਕੀਤੀ, ਮੈਂ ਤਾਂ ਬੈਠਾ ਵੀ ਉਹਦਾ ਏਦਾਂ ਕੰਮ ਆ ਜਾ ਰਲ ਕੇ, ਮਤਲਬ ਵੀ ਹਾਂ ਵੀ ਮੈਨੂੰ ਆਉਣਾ ਸੀ ਉਹਦੇ ਖਿਲਾਫ ਆ, ਜੇ ਪੰਜਾਬ ਦਾ ਭਲਾ ਚਾਹੁੰਦੇ ਸੀ ਜਾਣੀ। ਇਹ ਸਵਾਲ ਤਾਂ ਇਹਨਾਂ ਨੂੰ ਨੰਗਾ ਕਰਨਾ ਚਾਹੀਦਾ ਸੀ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ। ਹਾਂ ਮੈਂ ਤਾਂ ਗੱਲ ਕਰਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਅੱਜ ਅਸੀਂ ਬਹੁਤ ਉੱਚੇ ਅਹੁਦਿਆਂ ਦੇ ਮਿਲਦੇ ਆ, ਕਹਿੰਦੇ ਵੀ ਬਹੁਤ ਕੰਮ ਕਰ ਗਿਆ ਉਹ, ਇੰਨੇ ਚਿਰ ਉਹਨੇ ਸੇਵਾ ਕੀਤੀ, ਉਹ ਫਲਾਨਾ ਸਿੰਘ ਇੰਨੇ ਅਹੁਦਿਆਂ ਦਾ ਸ਼ਹੀਦ ਹੈ ਜੇ ਉਹ ਭਾਜੀ, ਉਹ ਸਿਰਫ ਮੁੰਡੇ ਦੁਨੀਆਂ ਮਰੀ ਹੈ, ਮਰਵਾਈ ਗਈ ਹੈ, ਉਹ ਤਾਂ ਗੱਲਾਂ ਕਰਨੀਆਂ ਪੈਂਦੀਆਂ ਕਿ ਆਉਣ ਵਾਲੇ ਮੁੜ ਕੇ ਉਹ ਸਿਚੁਏਸ਼ਨ ਫੇਰ ਨਾ ਬਣ ਜਾਵੇ, ਪੰਜਾਬ ਨੇ ਮੁੜ ਕੇ ਫਿਰ ਉਸੇ ਰਾਹ ਤੇ ਚੱਲਣਾ।
ਨਾ ਬਿਲਕੁਲ ਜੀ, ਅੱਜ ਤਾਂ ਬਹੁਤ ਜ਼ਰੂਰੀ ਆ। ਜਿਹੜਾ ਵੀ ਬੰਦਾ ਦੇਖੋ, ਸਰੋਤਿਆਂ ਨੂੰ ਬੇਨਤੀ ਆ, ਜਿਹਦੇ ਅੰਦਰ ਵੀ ਇੱਦਾਂ ਗੁੱਸਾ ਆਉਂਦਾ ਨਾ ਵੀ ਮੈਂ ਲੜਾ, ਮੈਂ ਇਹਦੀ ਭੁਗਤ ਸਵਾਰਾ, ਮੈਂ ਹਥਿਆਰ ਚੱਕਾਂ, ਉਹਨੂੰ ਬੇਨਤੀ ਆ ਹੱਥ ਬੰਨ ਕੇ, ਉਹਦੇ ਚ ਕੱਲਾ ਤੁਸੀਂ ਨੀ ਜ਼ਿੰਮੇਵਾਰ ਬਣਨਾ, ਨੁਕਸਾਨ ਜਿਹੜਾ ਜਿਹੜੀ ਹੈਂਕੜ ਆ, ਹੈਂਕੜ ਪਾਲਦਾ ਬੰਦਾ ਕੱਲਾ ਆ, ਪਰ ਨੁਕਸਾਨ ਸਾਰੀ ਕੌਮ ਨੂੰ ਹੁੰਦਾ। ਕੌਮ ਦਾ ਹੋਣਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਉਸ ਵੇਲੇ। ਮੈਂ ਕੱਲੀ ਕਿਸੇ ਮੁੰਡੇ ਨਾਲ ਗੱਲ, ਉਸ ਵੇਲੇ ਪਿੰਡਾਂ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਇੱਜ਼ਤਾਂ ਲੁੱਟ ਹੋ ਗਈਆਂ। ਇੱਜ਼ਤਾਂ ਹੁਣ ਜਿਹਦੀ ਚਿਹਰ ਲੁੱਟ ਹੋ ਗਈ ਭਾਜੀ, ਤੁਸੀਂ ਜਿਹਦੇ ਚਾਰ ਮਾਰ ਦਿੱਤੇ ਉਹ ਤਾਂ ਰੋਈ ਜਾਂਦਾ ਵੀ ਮੇਰੇ ਵਰਗ ਆਇਆ ਨਾ, ਪਰ ਇੱਜ਼ਤਾਂ ਲੁੱਟਣ ਵਾਲਾ ਵਿਚਾਰਾ ਦੱਸ ਵੀ ਨੀ ਸਕਦਾ, ਅਗਲਾ ਆਪਣੀ ਦਫ਼ਾ ਥੋੜਾ ਪਟਵਾਉਂਦਾ ਕੋਈ। ਨਹੀਂ ਨਹੀਂ, ਨਾਲੇ ਕਿੰਨੇ ਹੁਣੇ ਆ ਜਿਹੜੇ ਇੱਦਾਂ ਇੱਜ਼ਤਾਂ ਆਪਣੀਆਂ ਗਵਾ ਕੇ ਉਦਾਂ ਹੀ ਵਿਚਾਰੇ ਨਮੋਸ਼ੀ ਦੇ ਵਿੱਚ ਹਾਰਟ ਅਟੈਕ ਹੋ ਕੇ ਬਿਮਾਰੀਆਂ ਲੱਗ ਕੇ ਰੋਹ ਖੁੱਲ ਗਏ ਹੁੰਦੇ ਆ। ਸਾਡਾ ਨਿਚੋੜ ਗੱਲ ਕਰਨ ਦਾ ਇਹ ਹੈ ਵੀ ਜੋ 84 ਤੋਂ ਪਹਿਲਾਂ 78 ਤੋਂ ਜੋ ਸ਼ੁਰੂ ਹੋਇਆ ਉਹ ਬਿਲਕੁਲ ਗਲਤ ਸੀ। 78 ਦਾ ਜਿਹੜਾ ਫੈਸਲਾ ਸੀਗਾ ਉਹਨਾਂ ਨੂੰ ਰੋਕਣ ਦਾ 100% ਗਲਤ ਸੀਗਾ। ਉਹਨਾਂ ਨੂੰ ਇੱਦਾਂ ਇੱਕ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਕਿਸੇ ਨੂੰ ਧੱਕੇ ਨਾਲ ਜਾ ਕੇ ਰੋਕ ਨਹੀਂ, ਤੁਸੀਂ ਵਿਰੋਧ ਕਰ ਸਕਦੇ ਹੈ, ਵਿਰੋਧ ਯਾਰ ਕਰਨਾ ਹੱਕ ਹੈ ਨਾ, ਕੰਟਰੀਆਂ 'ਚ ਵੀ ਹੱਕ ਹੈ, ਪਰ ਤੁਸੀਂ ਕਹਿੰਦੇ ਆ ਵੀ ਖੂਨ ਖਰਾਬਾ ਹੋਊਗਾ ਜੇ ਤੁਸੀਂ ਦੀਵਾਨ ਲਾਓਗੇ, ਉਹ ਸਿੱਧਾ ਹੀ ਸਿੱਧਾ ਕ੍ਰਾਈਮ ਆ, ਉਹ ਤੁਸੀਂ ਕਰ ਹੱਕ ਨਹੀਂ ਤੁਹਾਨੂੰ ਕਰਦਾ। ਕੋਈ ਸ਼ੱਕ ਨੀ ਜੀ, ਉਹ ਤਾਂ ਸਾਰਾ ਜਿਹੜਾ ਸਾਡੀਆਂ ਜੜਾਂ ਚ ਤੇਲ ਦਿੱਤਾ ਗਿਆ। ਬਿਲਕੁਲ ਜੀ, ਪਹਿਲਾਂ ਪਾਲਿਆ ਜਿਹੜੀ ਤੁਸੀਂ ਡਾਕੂਮੈਂਟਰੀ ਪਾਈ ਸੀਗੀ ਨਾ ਵੀਡੀਓ, ਹਾਂਜੀ, ਉਹ ਵੀ ਬੜੀ ਦੇਖਣ ਵਾਲੀ ਹੈ ਭਾਜੀ। ਬਹੁਤ ਤੱਥ ਆਏ ਆ ਸਾਹਮਣੇ, ਜਾਣੀ ਕਿੰਨੀਆਂ ਗੱਲਾਂ ਐਨ ਰਿਕਾਰਡ ਦੇ ਉੱਤੇ, ਔਰ ਅਜੇ ਵੀ ਉਹਨਾਂ ਗੱਲਾਂ ਤੇ ਕੋਈ ਸਟੇਟਮੈਂਟ ਨਹੀਂ ਦੇ ਰਿਹਾ, ਦੇਖ ਲਓ ਇਹ ਕੁਛ ਨੀ ਸਰ। ਹਾਂ ਬਿਲਕੁਲ, ਉਹ ਦੱਸਣਾ ਇਹਨਾਂ ਨੇ, ਜੇ ਕੋਈ ਗਲਤ ਹੈ ਤਾਂ ਦੱਸਣ। ਆਹੋ ਗਿਆਨੀ ਜੈਲ ਸਿੰਘ ਦੇ ਬਾਬਤ ਜਿਹੜੀ, ਦੇਖੋ ਮੈਂ ਨਾ ਇੱਕ ਦਿਨ ਐਮਰਜੈਂਸੀ ਬਾਰੇ ਮੈਂ ਪੜ੍ਹਨ ਲੱਗ ਪਿਆ, ਕਿੰਨੀ ਦਹਿਸ਼ਤ ਪਾਈ ਉਸ ਔਰਤ ਨੇ ਉਸ ਵੇਲੇ, ਜਾਣੀ ਸੰਜੇ ਗਾਂਧੀ ਨੂੰ ਤਾਂ ਦੀਦਾ ਹੀ ਸੀ ਨਾ ਇਹ, ਉਹਨੂੰ ਪਤਾ ਸੀ ਵੀ ਜੇ ਜੇ ਬਦਨਾਮੀ ਹੋਊਗੀ ਤੇ ਇਹਦੀ ਹੋਊਗੀ ਇੰਦਰਾ ਗਾਂਧੀ ਦੀ ਨਾਲ, ਮੋਹਰੇ ਉਹ ਤਿਆਰੀ। ਵੈਸੇ ਅਗਰੈਸਿਵ ਸੀਗਾ, ਚਲੋ ਆਪਣੇ ਜਿੱਦਾਂ ਵੀ ਰਿਸਕ ਲੈਣੇ ਵਾਲਾ ਸੀ ਉਹ, ਆਪ ਵੀ ਆਪ ਕਿਹੜੀ ਘੱਟ ਆ ਇਹ 71 ਵਿੱਚ ਜੋ ਕੀਤਾ ਸੀ ਦੀਦਾ ਸੀ ਸਾਰਿਆਂ ਨੂੰ। ਹੁਣ ਇੱਕ ਪਾਸੇ ਤਾਂ ਉਹ ਕਹਿੰਦੇ ਕਹਾਉਂਦੇ ਆਗੂ ਜਿਹੜੇ ਜਿਹੜਿਆਂ ਦੀ ਇੰਨੀ ਇੰਨੀ ਫੈਨ ਫੋਲੋਇੰਗ ਆ, ਜੇ ਤੁਸੀਂ ਉਦੋਂ ਜਨਪਥ ਦਿੱਲੀ ਦੇ ਵਿੱਚ ਜਿਹੜੀ ਇਹਨੇ ਜਿਹੜਾ ਰਾਜ ਨਰਾਇਣ ਆ ਉਹਦੀ ਰੈਲੀ ਹੋਈ ਆ, ਉਹਦੇ ਵਿੱਚ ਗਿਣਤੀ ਦੇਖੋ ਨਾ ਲੋਕਾਂ ਦੀ, ਜਿੰਨਾ ਰੁਝਾਨ ਯੂਪੀ ਦੇ ਅੰਦਰ ਵੀ ਜਿੱਥੋਂ ਜਿੱਤਦੀ ਆ ਉੱਥੇ ਦੇ ਲੋਕਾਂ ਦਾ ਰੁਝਾਨ ਜੇ ਉਹ ਦੇਖੋ ਤੁਸੀਂ, ਦੇਖ ਕੇ ਹੈਰਾਨ ਰਹਿ ਜਾਂਦੇ ਆ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਕਰਤਾਰ ਸਿੰਘ ਦੇ ਨਗਰ ਕੀਰਤਨ ਦਿੱਲੀ ਨੂੰ ਜਾ ਰਹੇ ਆ, ਜਾਣੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਦੇ ਅੰਦਰ ਨਫ਼ਰਤ ਇਹ ਆ ਵੀ ਐਮਰਜੈਂਸੀ ਦਾ ਵਿਰੋਧ ਸਭ ਤੋਂ ਵੱਧ ਨਹੀਂ ਕੀਤਾ ਉੱਥੇ। ਜੇ ਕਿਤੇ ਅਕਾਲੀ ਦਲ ਦੇ ਰਾਹੀਂ 200-400-500 ਹਜ਼ਾਰ ਬੰਦਾ ਫੜਿਆ ਜਾਂ ਸੜਕਾਂ ਤੇ ਉਤਰਿਆ ਉਹਦਾ ਗੁੱਸਾ ਆ, ਤੇ ਲੱਖਾਂ ਦੀ ਗਿਣਤੀ ਚ ਜਿਹੜਾ ਉਹ ਕਰਤਾਰ ਸਿੰਘ ਇਕੱਠ ਕਰਦਾ ਆ ਉਹਨੂੰ ਖੁੱਲ ਦੇ ਰਹੀ ਆ ਉਹ। ਉਹ ਤੋਂ ਬਾਅਦ ਵੀ ਇੱਦਾਂ ਹੋਇਆ ਭਾਜੀ, ਪੰਜਾਬ ਦੇ ਵਿੱਚੋਂ ਤਾਂ ਲੋਕਾਂ ਨੂੰ ਚੱਕਿਆ ਗਿਆ 84 ਤੋਂ ਬਾਅਦ, ਜਦੋਂ 90 ਦੇ ਵਿੱਚ ਜਦੋਂ ਲਾਲਾ ਜਗਤ ਨਾਰਾਇਣ ਦਾ ਵਗੈਰਾ ਕਤਲ ਹੋਇਆ, ਜਦੋਂ ਭਿੰਡਰਾਂ ਵਾਲੇ ਨੂੰ ਬਾਅਦ ਉਹਦੀ ਗ੍ਰਿਫਤਾਰੀ ਵੀ ਹੋਈ ਹੈ, ਉੱਥੇ ਬੰਦੇ ਮਰੇ ਆ ਜਾ ਕੇ ਹਨਾ, ਉਹ ਤੋਂ ਬਾਅਦ ਉਹ ਬੱਸ ਦੇ ਖੁੱਲੀ ਬੱਸ ਦੇ ਵਿੱਚ ਲੈ ਕੇ ਦਿੱਲੀ ਨੂੰ ਗਏ ਆ, ਔਰ ਸ਼ਸਤਰਾਂ ਲਈ ਹਥਿਆਰ ਲੈ ਕੇ ਬੈਠੇ ਸੀਗੇ, ਔਰ ਉੱਥੇ ਜਾ ਕੇ ਸਾਰੇ ਫਿਰਮ ਦਿੱਤਾ ਖੁੱਲਾ ਹੈ ਨਾ, ਛੱਡਿਆ ਬਿਲਕੁਲ, ਵਧਣ ਫੁੱਲਣ ਦਿੱਤਾ, ਪਹਿਲਾਂ ਆਪ ਵਧਾਇਆ ਉਹਨੂੰ ਅੱਗੇ ਸਾਰਾ ਕੁਛ, ਜਿੱਦਾਂ ਕਹਿੰਦਾ ਪਾਲਿਆ ਆਪ, ਫਿਰ ਸਾਰਾ ਕੁਛ ਤੁਹਾਡੇ ਸਾਹਮਣੇ, ਕਿਉਂਕਿ ਉਹ ਤੁਹਾਡੇ ਨਾਲ ਜੋ ਕਰਨਾ ਸੀਗਾ ਉਹਨੇ ਆਪਣੇ ਸਿਰ ਅਲੰਭਾ ਨਹੀਂ ਲੈਣਾ ਸੀਗਾ, ਉਹਨੇ ਤੁਹਾਡੇ ਰਾਹੀਂ ਕੀਤਾ।
ਨਹੀਂ ਹੁੰਦਾ ਇੱਦਾਂ ਹੀ, ਹੁੰਦਾ ਹੀ ਇੱਦਾਂ ਹੀ ਆ। ਤੁਸੀਂ ਜਦੋਂ ਜਦੋਂ ਅਫਗਾਨਿਸਤਾਨ ਦੇ ਉੱਤੇ ਅਟੈਕ ਹੋਇਆ, ਹਾਂਜੀ, ਪਹਿਲਾਂ ਟਾਵਰ ਢੱਠੇ ਆ, ਹਾਂਜੀ, ਹੈ ਨਾ। ਤੁਸੀਂ ਰਸ਼ੀਆ ਨੂੰ ਦੇਖ ਲਓ ਜਦੋਂ ਰਸ਼ੀਆ ਟੁੱਟਾ, ਹਰ ਥਾਂ ਦੇ ਉੱਤੇ ਅਗਲੇ ਪਹਿਲਾਂ ਪਹਿਲਾਂ ਜਿਹੜੀ ਜਿਹੜੀ ਹੈਗੀ ਆ ਨਾ ਕੋਈ ਬਹਾਨਾ ਇੱਦਾਂ ਦਾ ਬਣਦਾ। ਬਿਲਕੁਲ ਜੀ, ਉਹ ਤੋਂ ਤੁਸੀਂ 84 ਤੋਂ ਬਾਅਦ ਜਿਹੜੇ ਕਹਿੰਦੇ ਬਹੁਤ ਅੱਜ ਦੇ ਹਾਲਾਤ ਤੇ 84 ਦੇ ਦੇਖ ਲਓ, ਅੱਜ ਸਿੱਖੀ ਦਾ ਕਣ ਲੱਭਣਾ ਮੁਸ਼ਕਲ ਹੋ ਗਿਆ ਕਿਤੋਂ ਇੰਡੀਆ ਦੇ ਵਿੱਚੋਂ ਨਾ, ਪੰਜਾਬ ਦੇ ਵਿੱਚੋਂ। ਅਗਲੇ ਘਰ ਘਰ ਬੈਠ ਗਏ, ਤੁਹਾਡੀ ਤੁਹਾਡੀਆਂ ਤੁਹਾਡੀ ਸੋਚ ਵਿੱਚ ਬੈਠ ਗਏ ਆ ਗਏ। ਬਿਲਕੁਲ, ਸੋਚ ਵਿੱਚ ਬੈਠਣਾ ਹੁੰਦਾ ਨਾ, ਉਹ ਨਿਕਲਣਾ ਬਹੁਤ ਔਖਾ ਹੁੰਦਾ। 61 ਜਿਹੜੀ ਆ ਨਾ, 61 ਪੈਦਾ ਹੀ ਅਗਲਾ ਉਦੋਂ ਕਰਦਾ ਜਦੋਂ ਉਹਦੇ ਕੋਲ ਦੂਜੇ ਤੀਜੇ ਰਾਹ ਆ, ਕਿਉਂਕਿ ਸਟਰੀਟ ਦੇ ਕੋਲ ਜਿਹੜੀ ਧਿਰ ਕਾਬਜੇ ਆ ਨਾ, ਜਿਹੜੀ ਸਥਾਪਤੀ ਆ, ਉਹਦੇ ਕੋਲ ਬਹੁਤ ਰਾਹ ਹੁੰਦੇ ਆ। ਬਿਲਕੁਲ ਜੀ, ਤੁਸੀਂ ਉਪਰੋਂ ਤੁਸੀਂ ਕਹਿੰਦੇ ਅਸੀਂ ਵੱਖਰੀ ਕੌਮ ਦੇ, ਤੁਹਾਨੂੰ ਇਹ ਲਾਰਾ ਦਿੱਤਾ ਗਿਆ ਵੱਖਰੀ ਕੌਮ ਹੈ, ਅੰਦਰ ਤੁਹਾਨੂੰ ਪੜਾਇਆ ਉਹੀ ਗੈਰ ਗਿਆ ਜਿਹੜਾ ਸਾਰਾ ਕੋਈ ਮਿਕਸ ਕਰ ਰਿਹਾ ਤੁਹਾਨੂੰ। ਉਹ ਜਿਹੜਾ ਅੰਦਰ ਪੜਾਇਆ ਗਿਆ ਨਾ, ਉਪਰੋਂ ਤਾਂ ਤੁਹਾਨੂੰ ਧੋਖਾ ਦਿੱਤਾ, ਡਰਾਮਾ ਕਰਿਆ, ਇੱਕ ਧੋਖਾ, ਆਪਣੀਆਂ ਅੱਖਾਂ ਨੂੰ ਧੋਖਾ ਦਿੱਤਾ ਜਾ ਰਿਹਾ ਸਾਰਾ ਕੁਛ, ਕੀਤਾ ਉਹ ਜਾ ਰਿਹਾ ਜੋ ਉਹ ਕਰਨਾ ਚਾਹੁੰਦੇ ਆ। ਬਿਲਕੁਲ, ਨਾਲੇ ਉਸ ਵੇਲੇ ਜਿਹੜੀ ਨਾ ਜਿਹੜੀ ਲੜਾਈ ਆ ਭਿੰਡਰਾਂ ਵਾਲੇ ਦੀ ਜਾਂ ਸਿੱਖ ਕੌਮ ਦੀ, ਉਹ ਲੜਾਈ ਵੱਖਰੇ ਮੁਲਕ ਲਈ ਨਹੀਂ ਸੀ ਚਾਹੀਦੀ, ਉਹ ਲੜਾਈ ਚਾਹੀਦੀ ਸੀ ਇਹਨਾਂ ਨੂੰ ਵੱਖਰੀ ਕੌਮ ਦੇ ਲਈ। ਹਾਂ ਬਿਲਕੁਲ, ਉਹ ਹਥਿਆਰਾਂ ਕਰਕੇ ਨਹੀਂ ਸੀ ਚਾਹੀਦੀ, ਉਹ ਚਾਹੀਦੀ ਸੀ ਇਹਨਾਂ ਨੂੰ ਆਪਣੇ ਵਿਹਾਰ ਕਰਕੇ, ਵਿਚਾਰਾਂ ਕਰਕੇ, ਵਿਹਾਰ, ਉਹਨਾਂ ਦੇ ਜਿੰਨੇ ਹਿੰਦੂ ਤਿਉਹਾਰ ਸੀ, ਜਿੱਥੇ ਹਿੰਦੂਆਂ ਦੇ ਨਾਲ ਕੋਈ ਵੀ ਸਾਂਝਾ ਸੀ, ਉਹ ਤੇ ਲਕੀਰ ਮਾਰੀ ਜਾਂਦੀ, ਲਕੀਰ ਮਾਰੀ ਜਾਂਦੇ। ਹਾਂ, ਪਹਿਲਾਂ ਵੱਖਰੇ, ਪਹਿਲਾਂ ਕਾਬਲ ਬਣਾਉਂਦੇ ਨਾ ਆਪਣੇ, ਵੱਖਰੇ ਕਰ ਲੈਂਦੇ ਬਸ ਭਾਈ ਭਾਈ। ਇਸ ਗੱਲ ਦੇ ਨਾਲ ਜੇ ਅਸੀਂ ਆਹ ਕੰਮ ਕਰਾਂਗੇ, ਇਹਦੇ ਨਾਲ ਹਿੰਦੂ ਧਰਮ ਦਾ ਪਰਛਾਵਾਂ ਪੈਂਦਾ, ਸਾਡੇ ਤਾਂ ਬੱਚੇ ਪਹਿਲਾਂ ਹੀ, ਸਾਡੇ ਤਾਂ ਨਿਆਣੇ ਪਹਿਲਾਂ ਹੀ ਉਹਨਾਂ ਦੇ ਪ੍ਰਭਾਵ ਥੱਲੇ ਆ। ਆਹ ਕੰਮ ਨੀ ਹੋਣ ਦੇਣਾ ਸੀ, ਇਹਦੇ ਨਾਲ ਖਿੱਚ ਵਧਣੀ ਆ ਸਾਡਿਆਂ ਦੀ ਉਧਰ ਜਾਣ ਦੀ। ਉਹ ਚੀਜ਼ ਪਈ, ਜੇ 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 ਜਿੰਨੀ ਉਸ ਵੇਲੇ ਇਹਨਾਂ ਦੀ ਧਾਂਕ ਜੰਮ ਰਹੀ ਸੀ ਨਾ, ਜਿੰਨਾ ਲੋਕ ਉਸ ਵੇਲੇ ਡਰ ਗਏ ਸੀ, ਜਿੰਨਾ ਇਹਨਾਂ ਦੇ ਮਗਰ ਲੱਗ ਗਏ ਸੀ, ਉਦੋਂ ਉਹਦਾ ਲਾਹਾ ਲੈ ਕੇ ਲੋਕਾਂ ਨੂੰ ਡੈਮੋਕਰੇਟਿਕ ਵਿਹਾਰ ਜਿਹੜਾ ਆ ਉਹ ਸਿਖਾਉਣਾ ਚਾਹੀਦਾ ਸੀ। ਬਿਲਕੁਲ, ਮੌਕਾ ਸੀਗਾ, ਬਹੁਤ ਵਧੀਆ ਸੀਗਾ ਦੱਸਦੇ ਲੋਕਾਂ ਨੂੰ, ਇਹ ਤਾਂ ਇਹ ਘਰੋ ਘਰੀ ਜਾ ਕੇ ਦੱਸਣ ਵਾਲੀ ਗੱਲ ਸੀਗੀ। ਹੁਣ ਉਸ ਵੇਲੇ ਕਰਿਆ ਇਹ ਜਾ ਰਿਹਾ ਸੀਗਾ ਵੀ ਤੁਸੀਂ ਹੈਗੇ ਵੱਖਰੀ ਕੌਮ, ਪਰ ਹਰ ਕਹਾਣੀ, ਹਰ ਹਰ ਵਿਚਾਰ ਇਹਨਾਂ ਦਾ, ਹਰ ਹਰ ਜਿਹੜੀ ਕਥਾ ਆ, ਜੋ ਕੁਛ ਹੈ, ਟੋਟਲੀ ਹਿੰਦੂ ਮਤ ਤੁਹਾਨੂੰ ਦਿੱਤਾ ਗਿਆ, ਔਰ ਤੁਹਾਨੂੰ ਬਹੁਤ ਪਿੱਛੇ ਤੱਕ ਆ ਜਿਹੜੇ ਅੱਜ ਜਿਹੜੇ ਬੈਠੇ ਆ ਬਾਹਰ, ਜਿਹੜੇ ਆ ਗੱਲ ਜਿਹੜੇ ਅੱਜ ਢੱਡਰੀਆਂ ਵਾਲੇ ਦੇ ਵਿਚਾਰਾਂ ਨਾਲ ਖਿਲਾਫ਼ ਹੋ ਰਹੇ, ਉੱਥੋਂ ਹੀ ਪੈਦਾ ਹੋਇਆ। ਬਿਲਕੁਲ ਬਿਲਕੁਲ ਜੀ, ਇਹ ਤਾਂ ਸਾਡੀ ਗੱਲ, ਮੇਰਾ ਗੱਲ ਕਰਨ ਦਾ ਮਤਲਬ ਇਹ ਸੀਗਾ ਕਿ ਅੱਜ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਪੰਜਾਬ ਚ ਕਹਿਣਾ ਚਾਹੁੰਦਾ ਵੀ ਭਰਾਵੋ, ਹੁਣ ਮੈਂ ਆਹ ਹੁਣ ਦੀ ਗੱਲ ਕਰਦਾ, ਆ ਜਿਹੜਾ ਹੁਣ ਨਿਰੰਕਾਰੀਆਂ ਦੇ ਉੱਤੇ ਜੋ ਅਟੈਕ ਵਗੈਰਾ ਹੋਇਆ, ਹਾਂਜੀ, ਉੱਥੇ ਹੁਣ ਇੱਕ ਮੁੰਡੇ, ਦੋ ਮੁੰਡੇ ਫੜੇ, ਇੱਕ ਅਵਤਾਰ ਸਿੰਘ ਫੜਿਆ ਮੁੰਡਾ ਕੋਈ, ਹਾਂਜੀ, ਉਹ ਅਵਤਾਰ ਸਿੰਘ ਦੀ ਹੁਣ, ਚਲੋ ਮੈਂ ਨੀ ਕਹਿੰਦਾ ਕੌਣ ਕਿਹਦੇ ਨਾਲ, ਮੇਰਾ ਇਹ ਮਤਲਬ ਨੀ ਹੈਗਾ, ਪਰ ਜਦੋਂ ਤੁਸੀਂ ਕਿਸੇ ਹੁਣ ਜਿਹੜਾ ਨਾ ਪਿੱਛੇ 2-4-6 ਸਾਲ ਪਹਿਲਾਂ ਇੰਦਰ ਸਿੰਘ ਘੱਗਾ ਜੀ ਤੇ ਹਮਲਾ ਹੋਇਆ ਸੀ ਘਰ ਦੇ ਵਿੱਚ, ਹਾਂਜੀ, ਉਹਨਾਂ ਚ ਇੱਕ ਮੁੰਡਾ ਉਹ ਹੈ, ਠੀਕ ਆ, ਉਹ ਮਾਰਨ ਗਿਆ ਸੀ ਇੰਦਰ ਸਿੰਘ ਘੱਗਾ ਨੂੰ, ਅਸਲ ਵਿੱਚ ਮਾਰਨੇ ਗਏ ਸੀ, ਬਚ ਗਿਆ, ਚਲੋ,
ਹੁਣ ਉਹ ਅੱਜ ਉਹ ਦੁੱਧ ਧੋਤੇ ਕਿੱਦਾਂ ਬਣ ਸਕਦੇ ਜਦੋਂ ਪਹਿਲਾਂ ਨਜ਼ਰ ਨਜ਼ਰਾਂ ਚ ਆਇਓ ਹੈ ਤੇ ਹੁਣ ਹੁਣ ਉਹ ਮਾਸੂਮ ਕਿੱਦਾਂ ਹੋ ਸਕਦੇ ਆ? ਹੁਣ ਉਹ ਉਹ ਮਤਲਬ ਕਿੱਦਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਵੀ ਨਹੀਂ ਹੋਰ ਬੇਸ਼ੱਕ ਨਾ, ਪਰ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਆ ਵੀ ਹੁਣ ਅਗਲੇ ਪੁਲਿਸ ਚੱਕਦੀ ਆ ਗਲਤ ਆ? ਹੁਣ ਉਹ ਦੁੱਧ ਧੋਤੇ ਬਣ ਗਏ, ਹੁਣ ਉਹ ਨਜਾਇਜ਼ ਚੱਕ ਲੈ, ਰੈਕਰ ਤਾਂ ਦੇਖਣਾ ਹੀ ਪਊਗਾ ਨਾ ਪਹਿਲਾਂ ਕੀ ਆ ਤੁਹਾਡਾ ਇਸ ਜਾਣੀ ਕਿ ਹੁਣ ਮੈਂ ਦੁੱਖ ਤਾਂ ਲਿਖ ਦਿੱਤਾ ਤੇ ਉਹ ਬਸ ਗਾਲਾਂ ਹੀ ਨਿਕਲਦੀਆਂ ਮੈਨੂੰ ਮੁੜ ਕੇ ਵੀ ਹਾਂ ਤੂੰ ਕੀ ਹਜੇ ਕਿ ਮੈਂ ਇਹੀ ਲਿਖਿਆ ਵੀ ਉਹ ਰੈਕਰਡ ਉਹਨੀ ਆ। ਹੁਣ ਜਦੋਂ ਤੁਸੀਂ ਨਜ਼ਰਾਂ ਪੁਲਿਸ ਨੇ ਤਾਂ ਦੱਬਿਓ ਮੁੜਦੇ ਪੱਟਣਾ ਹੀ ਆ ਨਾ, ਤੁਸੀਂ ਆਪ ਤਾਂ ਪਹਿਲਾਂ ਕਹਿ ਰਹੇ ਹੁਣ ਆਪ ਹੁਣ ਜੇ ਅਜਨਾਲੇ ਵਰਗਾ ਕਹਿ ਰਿਹਾ ਵੀ ਖੂਨ ਖਰਾਬਾ ਹੋਣਾ, ਹਲੇ ਨਿਰੰਕਾਰੀਆਂ ਨਾਲ ਖੂਨ ਖਰਾਬਾ ਕਰ ਚੁੱਕਿਆ ਇਹ ਪਹਿਲਾਂ, ਫਿਰ ਕਿਉਂ ਨਾ ਛੱਕ ਕਿਉਂ ਨਾ ਜਾਵੇ ਦੱਸੋ? ਨਹੀਂ ਸਿੱਧੀ 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 ਜਾ ਰਹੀ ਆ ਜੀ, ਉਹ ਚ ਤਾਂ ਕੋਈ ਗੁੰਜਾਇਸ਼, ਆਪੇ ਨੀ ਕੋਈ ਗੁੰਜਾਇਸ਼ ਰਹਿਣ ਦਿੰਦੇ ਅਗਲੇ ਦੇ, ਅਗਲਾ ਕਹੇ ਮੈਂ ਸ਼ੱਕ ਨੀ ਕਰਨਾ। ਨਾ ਵੀ ਯਾਰ ਜੇ ਮੰਨ ਲਓ ਕੋਈ ਚਲਾਕੀ ਵੀ ਕਰ ਦੇਵੇ ਤੁਹਾਡਾ, ਪਰ ਨਾ ਤਾਂ ਸਿੱਧਾ ਲੱਗਦਾ ਹੀ ਇਹਨਾਂ ਦਾ, ਮੰਨ ਲੈਂਦੇ ਆਪਾਂ ਵੀ ਨਹੀਂ ਵੀ ਕੋਈ ਪਲਾਨ ਹੈ ਨਾ, ਪਰ ਉਹਦੇ ਵਿੱਚ ਤੁਸੀਂ ਮੌਕਾ ਤਾਂ ਤੁਸੀਂ ਖੁਦ ਦੇ ਰਹੇ ਹੈ ਯਾਰ, ਤੁਸੀਂ ਤਾਂ ਮੰਨ ਰਹੇ ਆ ਗੱਲ, ਪਹਿਲਾਂ ਤੁਸੀਂ ਕਰਕੇ ਦਿਖਾਇਆ ਵੀ ਅਸੀਂ ਖੂਨ ਖਰਾਬਾ ਕਰਿਆ ਵੀ ਹੈ। ਭਰਾਵੋ ਹਰ ਇੱਕ ਬੰਦਾ ਮੈਂ ਕਹਿੰਦਾ ਯਾਰ ਕੋਈ ਜੋ ਮਰਜ਼ੀ ਬੋਲੇ ਉਹਨੂੰ ਬੋਲਣ ਦਿਓ, ਨਾਲ ਕੋਈ ਤਾਂ ਕਿਆ ਹੋ ਗਿਆ ਉਹਦੇ ਜਵਾਬ ਨੀ ਤੁਹਾਡੇ ਕੋਲ, ਜਿਹਦੇ ਬੰਦਾ ਲੜਦਾ ਹੀ ਹੋਊਗਾ ਜਿਹਦੇ ਕੋਲ ਜਵਾਬ ਨੀ ਹੈਗੇ। ਜੇ ਤੁਸੀਂ ਉਸ ਵੇਲੇ ਜੇ ਲੱਗਦਾ ਸੀਗਾ ਕਿ ਨਿਰੰਕਾਰੀ ਗਲਤ ਬੋਲਦੇ ਆ ਉਹਦੇ ਬਾਰੇ ਤੁਸੀਂ ਦੱਸ ਦਿੰਦੇ, ਉਹ ਤੁਸੀਂ ਆਪਣੇ ਵਿਚਾਰ ਰੱਖ ਦਿੰਦੇ ਨਾਲ ਵੀ ਆ ਆ ਬਸ ਭਾਈ ਆ ਹੈਗੇ ਆ। ਪਰ ਮੈਂ ਹੈਰਾਨ ਆ, ਤੁਸੀਂ ਕਈ ਵਾਰੀ ਕਿਹਾ ਵੀ ਉਹ ਗੱਲਾਂ ਤਾਂ ਦੱਸਣ ਯਾਰ ਜਿਹੜੀਆਂ ਨਿਰੰਕਾਰੀਆਂ ਨੇ ਗਲਤ ਕੀਤੀਆਂ, ਹਾਲੇ ਤੀਕਰ ਕੋਈ ਉਹਨਾਂ ਨੂੰ ਕਰਦਾ ਨੀ ਹੈਗਾ, ਦੱਸ ਨੀ ਰਿਹਾ ਵੀ ਨਿਰੰਕਾਰੀ ਸਿੱਖ ਧਰਮ ਦੇ ਗਲਤ ਕੀ ਬੋਲਦੇ ਸੀ ਹਨਾ। ਘੱਟੋ ਘੱਟ ਅਸੀਂ ਦੱਸ ਤਾਂ ਤੁਸੀਂ ਹੁਣ ਪਿਛਲੇ ਇੱਕ ਦਿਨ ਕਾਲਰ ਤੁਹਾਨੂੰ ਕਾਲ ਕਰਕੇ ਗਿਆ ਆਸਟ੍ਰੇਲੀਆ ਤੋਂ, ਜਿਹੜਾ ਕਹਿੰਦਾ ਸੀਗਾ ਵੀ ਮੈਂ ਵੀ ਤੁਹਾਡਾ ਮਿਸ਼ਨ ਕੀ ਤੁਸੀਂ ਪਲਾਨ ਕੀ ਆਉਣ ਵਾਲੇ ਕੀ ਕਰਨਾ ਚਾਹੁੰਦੇ? ਹੁਣ ਜਦੋਂ ਤੁਸੀਂ ਦੋ ਚਾਰ ਗੱਲਾਂ ਕੀਤੀਆਂ, ਮਾਤਾ ਭਾਗ ਕੌਰ ਨੂੰ ਕਿਹਾ ਵੀ ਨੰਗੀ ਫਿਰਦੀ ਹੈ, ਉਹਨੂੰ ਹੈਰਾਨੀ ਹੋ ਗਈ ਯਾਰ ਉਹਨੂੰ, ਉਹ ਜਦੋਂ ਤੁਸੀਂ ਕਿਹਾ ਵੀ ਗੁੱਸੇ ਚ, ਹੁਣ ਮੈਂ ਖੁਦ ਕਹਿੰਦਾ ਵੀ ਜਿੱਥੇ ਸਾਡੀ ਮਾਤਾ ਭਾਗ ਕੌਰ ਨੂੰ ਜਿਸ ਗ੍ਰੰਥ ਚ ਇਹ ਲਿਖਤਾ ਕਿ ਉਹ ਨੰਗੀ, ਮੇਰੀ ਮਾਂ ਬਾਰੇ ਲਿਖ ਦੇਵੇ ਯਾਰ ਕੋਈ, ਹੋਰ ਛੱਡੋ ਮੈਂ ਆਪਣੀ ਮਾਂ ਬਾਰੇ ਕਹਿੰਦਾ, ਮੈਂ ਉਸ ਗ੍ਰੰਥ ਦੁਨੀਆਂ ਦੇ ਸਾਹਮਣੇ ਅੱਗ ਨੀ ਲਾਊਂਗਾ। ਬਿਲਕੁਲ ਜਦੋਂ ਤੁਸੀਂ ਇਹ ਗੱਲ ਕਹੀ ਕੋਈ ਹਿੱਲਿਆ ਨੀ, ਉਹ ਜਦ ਉਹਦੇ ਬਾਅਦ ਪਤਾ ਕੀ ਕਹਿੰਦਾ ਤੁਹਾਨੂੰ, ਕਹਿੰਦਾ ਮੈਂ ਤਾਂ ਤੁਹਾਨੂੰ ਅੱਗ ਲਾਉਣ ਦਿਲ ਯਾਰ, ਇੱਥੇ ਤੱਕ ਤਾਂ ਅਸੀਂ ਮਰ ਚੁੱਕੇ ਹਾਂ। ਨਹੀਂ ਨਾਲੇ ਜਦੋਂ ਹੰਗਾਰਾ ਵੀ ਦਿੰਦੇ ਆ ਇੱਦਾਂ ਦਿੰਦੇ, ਅੱਛਾ ਅੱਛਾ ਮਤਲਬ ਇੱਦਾਂ ਜਿਹੜੀ ਅੰਦਰ ਨਫ਼ਰਤ ਆ ਨਾ ਉਹ ਸਾਫ ਝਲਕ ਰਹੀ ਆ ਆਵਾਜ਼ ਚ, ਕਾਰਨ ਇਹ ਆ ਵੀ ਉਹ ਲੈ ਕੇ ਤੁਹਾਡੇ ਲਈ ਇੱਕ ਨਫ਼ਰਤ ਆਏ ਹੁੰਦੇ ਆ, ਹੋਰ ਕੁਛ ਨਫ਼ਰਤ ਲੈ ਕੇ ਆਏ ਹੁੰਦੇ, ਉਹਨਾਂ ਨੂੰ ਹੋਰ ਗੱਲ ਸੁਣਦੀ ਹੀ ਨੀ ਕੋਈ, ਉਹਨਾਂ ਦੇ ਦਿਮਾਗ ਤੁਹਾਡੇ ਵੱਲ ਹੁੰਦਾ ਵੀ ਆਹੀ ਗੱਲ ਆ, ਅਸੀਂ ਆਹ ਕਰਨਾ ਹੈ, ਰਣੇਕ ਸਿੰਘ ਨੂੰ ਗਲਤ ਗਾਲਾਂ ਕੱਢਣੀ ਹੈ, ਮਾਰਾ ਕਹਿਣਾ, ਉਹ ਜੋ ਬੋਲਦਾ ਉਹ ਉਹਦੇ ਵੱਲ ਤੁਹਾਡਾ ਧਿਆਨ ਨੀ ਹੈਗਾ, ਉਹ ਸੁਣ ਨੀ ਰਿਹਾ। ਤੇ ਬਸ ਇਹੀ ਗੱਲ ਮੈਂ ਚਾਹੁੰਦਾ ਸੀਗਾ, ਉਦਣ ਦਾ ਮੇਰੇ ਦਿਮਾਗ ਜਾਂਦੀ ਮੈਂ ਭਾਜੀ ਨੇ ਛੇੜੀ ਸੀਗੀ ਵੀ ਇਹ ਗੱਲ ਸੱਚ ਆ ਕਿ ਉਹਨਾਂ ਦੇ ਇੱਕ ਬੱਚਾ ਵੀ ਹੋਇਆ ਨਾਭੇ ਵਾਲੀਆਂ ਬੀਬੀਆਂ ਦੇ, ਤੇ ਨਾਭੇ ਵਾਲੀਆਂ ਬੀਬੀਆਂ ਸਿੱਧੀਆਂ ਸਿੱਧੀਆਂ ਗੌਰਮੈਂਟ ਦੀ ਪੁਲਿਸ ਦੀ ਨਜ਼ਰ ਸੀਗੀਆਂ, ਤੇ ਉਹਦੇ ਕੋਲੇ ਪੰਜਾਬ ਦਾ ਇੱਕ ਨਾਮੀ ਖਾੜਕੂ ਸਿੰਘ ਰਹਿੰਦਾ ਰਿਹਾ ਜਥੇਦਾਰ, ਜਿਹਦੇ ਸਿਰ ਹਜ਼ਾਰਾਂ ਕਤਲ ਹੋਏ ਸੀਗੇ ਪਾਏ ਸੀਗੇ, ਆਪ ਲਈ ਜ਼ਿੰਮੇਵਾਰੀ ਛਪੀ ਹੈ, ਸੰਦੇਸ਼ ਛਪੇ ਆ, ਉਹ ਜ਼ਿੰਮੇਵਾਰੀਆਂ ਛਪੀਆਂ ਆ, ਔਰ ਕੁਛ ਮੀਟਿੰਗਾਂ ਹੋਈਆਂ, ਤੇ ਉਹ 8 ਸਾਲ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ। ਕਮਾਲ ਹੈ, ਸੋਚ ਕੇ ਦੇਖਿਓ ਸਾਰੇ ਜਾਣੇ ਵੀ ਕੀ ਹੋਇਆ, ਕਿੱਦਾਂ ਕਿੱਦਾਂ ਸਾਡਾ ਪੰਜਾਬ ਤਬਾਹ ਹੋਇਆ, ਇਹ ਸਾਰਿਆਂ ਦਾ ਸੋਚਣਾ ਬਣਦਾ। ਹਾਲਾਤ ਬੰਦੇ ਵੀ ਉਹੀ ਆ, ਜਿੱਥੇ ਹੀ ਬੈਠੇ ਕਾਬਜ਼ ਵੀ ਉਹੀ ਆ, ਹਾਲਾਤ ਫਿਰ ਉਹੀ ਬਣਾਉਣ ਨੂੰ ਫਿਰਦੇ ਆ।
ਬਹੁਤ ਵੱਡੀ ਬਹੁਤ ਗੰਦੀ ਬਹੁਤ ਖਤਰਨਾਕ ਖੇਡ ਖੇਡੀ ਗਈ ਸਾਡੇ ਨਾਲ। ਘਰ ਭਰੇ ਆ ਇਹਨਾਂ ਲੋਕਾਂ ਨੇ, ਖਾਲਿਸਤਾਨ ਦੇ ਨਾਂ ਦੇ ਭਰੇ ਆ, ਇੱਜ਼ਤਾਂ ਕੋਈ ਹੋਰ ਲਟਾਉਂਦਾ ਰਿਹਾ, ਐਸ਼ ਕੋਈ ਹੋਰ ਕਰਦਾ ਰਿਹਾ। ਦੇਖੋ ਜੀ ਮੈਂ ਕਹਿੰਦਾ ਪਰਿਵਾਰ ਉੱਜੜੇ ਆ, ਸਾਰਾ ਕੁਛ ਹੋਇਆ, ਪਰ ਜਿੰਨੇ ਬੰਦੇ ਅੱਜ ਗੱਲ ਕਰਦੇ ਆ ਨਾ, ਉਹ ਉਹਨਾਂ ਨੇ ਅਰਬਾਂ ਬਣਾਏ ਆ, ਬਿਲਕੁਲ ਬਣਾਏ ਆ ਜੀ, ਕੋਈ ਸ਼ੱਕ ਨੀ ਹੈਗਾ ਇਹਦੇ ਵਿੱਚ। ਉੱਜੜਨੇ ਵਾਲੇ ਉੱਜੜ ਗਏ ਵਿਚਾਰੇ, ਉਹ ਤਾਂ ਉਹਨਾਂ ਨੂੰ ਤਾਂ ਉਹਨਾਂ ਦਾ ਤਾਂ ਸਾਰਿਆਂ ਦੇ ਜਿਹੜੇ ਆਪ ਮੇਨ ਮੁਖੀ ਆ, ਸਾਰਿਆਂ ਦੇ ਬੱਚੇ ਬਾਹਰ, ਕਿਸੇ ਦਾ ਅਮਰੀਕਾ ਬੈਠਾ, ਕਿਸੇ ਦਾ ਕੈਨੇਡਾ, ਕੋਠੀਆਂ ਕਾਰਾਂ ਸਭ ਨਜ਼ਾਰੇ ਚ ਆ, ਸਭ ਪਈਆਂ। ਇੱਕ ਇੰਟਰਵਿਊ ਅਗਲੀ ਵਾਰੀ ਆਪਣਾ ਅਗਲੇ ਸ਼ਨੀਵਾਰੀ ਚੇਤਾ ਰਿਹਾ, ਇੱਕ ਇੰਟਰਵਿਊ ਆ ਛੋਟੀ ਜਿਹੀ, ਇਹ ਕਿਸੇ ਸਿੰਘ ਦੀ ਹੈ ਇੱਥੇ, ਉਹ ਕਹਿੰਦਾ ਮੈਂ ਬਾਬਰ ਖਾਲਸਾ ਨਾਲ ਰਹਿ ਗਿਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਲੇ ਸ਼ਨੀਵਾਰੀ ਨਾ। ਨਹੀਂ ਨਹੀਂ ਠੀਕ ਹੈ ਜੀ, ਵੈਸੇ ਵੀ ਜੀ ਇੱਕ ਗੱਲ ਦਾ ਹੋਰ ਖਿਆਲ ਰੱਖਣ ਸਾਰੇ ਸਰੋਤੇ, ਵੀ ਗੁਰਬਾਣੀ ਦੇ ਵਿੱਚ ਜਦੋਂ ਨਾ ਗੁਰੂ ਸਾਹਿਬ ਇਹ ਗੱਲ ਕਹਿੰਦੇ ਆ ਵੀ ਆਦ ਘਰੀ ਕਉ ਨਾ ਰੱਖੈ, ਕਾਢੋ ਕਾਢੋ ਹੋਈ ਹਨਾ, ਲੱਟ ਛਟਕਾਏ ਤ੍ਰਿਆ ਰੋਵੈ ਹੰਸ ਅਕੇਲਾ ਜਾਈ, ਇਹ ਇਹ ਉਹ ਗੱਲਾਂ ਝੂਠੀਆਂ ਥੋੜੋ ਸਾਬਤ ਹੋ ਜਾਣੀਆਂ। ਅੱਜ ਜਿਹੜਾ ਗੁਰਬਾਣੀ ਕਹਿੰਦੀ ਆ ਵੀ ਜਿਹੜਾ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਰਹਿਤ ਸਦਾ ਸੰਗ ਲਾਗੀ, ਜਾ ਵੀ ਹੰਸ ਤਜੀ ਇਕ ਆਇਆ ਪ੍ਰੇਤ ਪ੍ਰੇਤ ਕਰ ਬਾਗੀ, ਠੀਕ ਹੈ ਨਾ। ਹੁਣ ਇਹਨੂੰ ਝੁਠਲਾ ਸਕਦਾ ਕੋਈ ਨਹੀਂ ਨਾ। ਅੱਜ ਜੇ ਕੋਈ ਬੰਦਾ ਚਾਹੇ ਸ਼ਹੀਦ ਵੀ ਆ, ਅੱਜ ਜੇ ਮਰ ਗਿਆ, ਜਿਹੜਾ ਉਹ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਬਿਹਾਰ ਆ ਨਾ ਉਹ ਸਾਰਾ ਲੋੜਦਾ ਆ, ਪਿਆਰ ਕੋਈ ਨੀ ਹੋਰ ਹਨਾ, ਤੇ ਸ਼ਹੀਦਾਂ ਦੇ ਉੱਤੇ ਇੱਥੇ ਉਹ ਨਹੀਂ ਲੱਗਦਾ। ਜੇ ਮਿਸ਼ਨ ਉਹ ਹੈਗਾ, ਜੇ ਤਾਂ ਸਤਨਾਮ ਸਿੰਘ ਜੀ, ਜੇ ਕਿਸੇ ਅਰਜਨ ਤੋਂ ਬਾਅਦ ਹਾਂਜੀ ਕੋਈ ਹਰਗੋਬਿੰਦ ਉਸ ਮਿਸ਼ਨ ਨੂੰ ਲੈ ਕੇ ਜਾ ਰਿਹਾ ਆ, ਜੇ ਕਿਸੇ ਤੇਗ ਬਹਾਦਰ ਤੋਂ ਬਾਅਦ ਕੋਈ ਗੋਬਿੰਦ ਰਾਏ ਉਸੇ ਮਿਸ਼ਨ ਤੇ ਤੁਰਿਆ ਆ, ਫੇਰ ਤਾਂ ਠੀਕ ਆ। ਨਹੀਂ ਤਾਂ ਫੇਰ ਜਿਹੜਾ ਗੁਰੂ ਸਾਹਿਬ ਕਹਿੰਦੇ ਨਾ ਵੀ ਇਹ ਬਿਧ ਕੋ ਬਿਹਾਰ ਬਣਿਓ ਹੈ, ਉਹੀ ਬਸ ਸ਼ਹੀਦਾਂ ਦੇ ਨਾਂ ਤੇ ਠੱਗੀਆਂ ਹੋਈਆਂ, ਉਹ ਉਹ ਜਿਹੜੇ ਜਿਹੜੇ ਜੈਨੂਨ ਵੀ ਮੈਂ ਕਹਿੰਦਾ ਮਰੇ ਆ ਨਾ, ਜਿਹੜੇ ਜੈਨੂਨ ਵੀ ਜਾਨਾਂ ਵਾਰੀਆਂ, ਉਹਨਾਂ ਦੇ ਵੀ ਪਿੱਛੇ ਰਹਿਣ ਵਾਲਿਆਂ ਨੇ ਅਰਬਾਂ ਖਰਬਾਂ ਬਣਾਏ ਆ, ਹੋਰ ਕੱਖ ਨੀ ਹੋਇਆ। ਅਰਬਾਂ ਕੋਈ ਵੀ ਨੀ, ਮੈਂ ਕਹਿੰਦਾ ਜਿੰਨੇ ਵੀ ਨਾਮੀ ਖਾੜਕੂ ਜੋ ਵੀ ਹੈਗਾ, ਕੋਈ ਬਿਰਲਾ ਉਹ ਕੋਈ ਬਿਰਲਾ ਭਟਕਦਾ ਫਿਰਦਾ ਹੋਊਗਾ, ਨਹੀਂ ਤਾਂ ਉਹ ਇਸ ਵੇਲੇ ਸਾਰੇ ਬਾਹਰ ਅਮਰੀਕਾ ਕੈਨੇਡਾ ਬੱਚੇ ਸਾਰਿਆਂ ਦੇ ਪੜ ਗਏ। ਪਹਿਲੀ ਗੱਲ, ਇੱਕ ਤੁਸੀਂ ਸਾਡੇ ਕਾਲਰ ਕਰਕੇ ਗਿਆ, ਉਹ ਮੈਨੂੰ ਇੱਕੋ ਮਿੰਟ ਤੁਹਾਡਾ ਹੋਰ ਲੈਣਾ ਚਾਹਨਾ, ਉਹ ਮੈਨੂੰ ਬਹੁਤ ਦੁਬਾਰਾ ਮੈਂ ਦੁਹਰਾਉਣਾ ਚਾਹਨਾ, ਮੈਨੂੰ ਗੱਲ ਬੜੀ ਵਧੀਆ ਲੱਗੀ। ਉਹ ਕਹਿੰਦੇ ਤੁਸੀਂ ਗੱਲ ਕੀਤੀ ਸੀ ਉਹਦੇ ਵਿੱਚ, ਤੁਸੀਂ ਗੱਲ ਕੀਤੀ ਸੀ ਵੀ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀਗਾ ਨਾ, 200 ਸਾਲ ਹੋ ਗਿਆ ਸੀਗਾ ਸਿੱਖ ਧਰਮ ਨੂੰ ਚੱਲਦੇ ਨੂੰ ਲਗਭਗ, ਉਸ ਵੇਲੇ 200 ਸਾਲ ਦੇ ਉੱਪਰ ਸੀ ਉਹ, ਉੱਪਰ ਅਫਗਾਨਿਸਤਾਨ ਇੱਧਰ ਪਾਕਿਸਤਾਨ ਜੋ ਵੀ ਹੈਗਾ ਸਾਰੇ ਇਕੱਠੇ ਹੀ ਸੀਗੇ ਉਸ ਵੇਲੇ, ਨੇੜੇ ਹੈ ਨਾ ਪਾਕਿਸਤਾਨ ਤਿੱਕਰ। ਜਦੋਂ ਗੁਰੂ ਗੋਬਿੰਦ ਸਿੰਘ ਉੱਥੇ ਕਰਦੇ ਸੀਗੇ ਤਾਂ ਸਿੱਖ ਕਹਿੰਦੇ, ਗੁਰੂ ਨਾਨਕ ਦਾ ਸਿੱਖ 2 ਕਰੋੜ ਤਿੱਕਰ ਮੰਨਿਆ ਜਾਂਦਾ ਸੀ, ਉਹ ਗੁਰੂ ਗੋਬਿੰਦ ਸਿੰਘ ਤਿੱਕਰ ਵੀ ਹੋਣਾ ਹੀ ਆ। ਨਹੀਂ ਨਹੀਂ ਇੱਕ ਗੱਲ ਹੋਰ, ਇੱਕ ਸੈਕਿੰਡ, ਇੱਕ ਗੱਲ ਹੋਰ ਚੇਤਾ ਰੱਖੋ, ਉਸ ਉਹ ਘੇਰਾ ਪੈਣ ਤੋਂ 5 ਸਾਲ ਪਹਿਲਾਂ ਉੱਥੇ 80,000 ਦਾ ਇਕੱਠ ਹੋ ਚੁੱਕਾ। ਹਾਂ 80,000 ਉਹਨਾਂ ਟਾਈਮਾਂ ਚ 80,000 ਦਾ ਇਕੱਠ, ਅੱਜ ਦੇ 80 ਲੱਖ ਨਾਲ ਹੋਇਆ ਭਾਜੀ ਉਹ। ਹਾਂ ਅੱਛਾ, ਉਹਨਾਂ ਟਾਈਮਾਂ ਚ ਇਕੱਠ ਹੋ ਗਿਆ, ਬਾਹਰ ਬੈਠੇ ਆ ਤੇ ਪੰਗਾ ਔਰੰਗਜ਼ੇਬ ਨਾਲ ਹੈ, ਫਿਰ ਕੀ ਗੁਰੂ ਸਾਹਿਬ ਨੇ ਜਦੋਂ ਪਹਿਲਾਂ ਸੁਨੇਹੇ ਛੱਡ ਕੇ ਮੰਗਾ ਲਾਏ 80,000 ਦਾ ਇਕੱਠ ਕਰ ਲਿਆ, ਉਸ ਵੇਲੇ ਸੁਨੇਹੇ ਨੀ ਦਿੱਤੇ ਗਏ ਹੋਊਗੇ ਭਾਈ ਜੇ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਬਾਹਰ ਵੱਢ ਟੁੱਕ ਸ਼ੁਰੂ ਕਰ ਦਿਓ, ਛੱਡਣਾ ਹੀ ਕੋਈ ਨੀ ਹੈਗਾ, ਰੌਲਾ ਪਾ ਦਿਓ। ਆਹੋ ਜਿਨ੍ਹਾਂ ਨੂੰ ਕੋਈ ਹੈ ਇਤਿਹਾਸ, ਜਦੋਂ 80,000 ਤਿਆਰੀ ਮਜੀਵੜੇ ਕੀਤੇ ਆ, ਜਦੋਂ ਉਹਨਾਂ ਦੇ ਸਿਰ ਲਾ ਲਾ ਕੇ ਦੁਬਾਰਾ ਲਾਏ ਆ, ਜਿਹੜੇ ਸਿਰੇ ਭੇਟ ਕਰ ਚੁੱਕੇ ਆ, ਹਾਂ ਹਾਂ ਉਹ 80,000 ਨੂੰ ਕਿਹਾ ਨਾ ਕਿ ਚੱਲ ਜਾਓ,
ਹਾਂ ਉਹਨਾਂ ਨੂੰ ਜਿਨ੍ਹਾਂ ਦੇ ਤੰਬੂ ਚ ਬੈਠ ਕੇ ਸਿਰ ਲਾ ਸਕਦੇ ਗੁਰੂ ਸਾਹਿਬ ਦੁਬਾਰਾ ਲਾਉਣ ਲਈ ਤਿਆਰ ਕਰਦੇ ਆ, ਉਹਨਾਂ ਨੂੰ ਉਸ ਵੇਲੇ ਕਿਉਂ ਨਾ ਸੱਦਿਆ ਵੀ ਭਾਈ ਜੇ ਏਦਾਂ ਦਾ ਘੇਰਾ ਪੈ ਗਿਆ ਤੇ ਜਿੱਥੇ ਹੋਏ ਕਟਾਵਟ ਕਰ ਦਿਓ ਸ਼ੁਰੂ। ਹਾਂ ਵੀ ਉੱਥੇ ਸਾਡਾ ਸੁਨੇਹਾ ਨਾ ਡਿੱਗੋ, ਆਨੰਦਪੁਰ ਸਾਹਿਬ ਪਤਾ ਲੱਗ ਗਿਆ ਤਾਂ ਤੁਸੀਂ ਛੱਡਣਾ ਨੀ ਕੋਈ ਵੀ ਬਸ ਕੋਈ ਕੋਈ ਫਲਾਨਾ ਖਾਨ ਜੋ ਵੀ ਛੱਲੀ ਰਾਮ ਗੁੱਲੀ ਰਾਮ ਜੋ ਹੱਥਾਂ ਦਾ ਬਸ ਉਸ ਵੇਲੇ ਤੁਸੀਂ ਛੱਡਣਾ ਨੀ, ਸਾਡਾ ਸੁਨੇਹਾ ਨਾ ਡਿੱਗਿਓ ਕਿ ਇਹ ਸਿੱਖ ਧਰਮ ਦਾ ਹਿੱਸਾ ਹੋ ਸਕਦਾ। ਨਾਲੇ ਇੱਕ ਚੀਜ਼ ਤਾਂ ਉਦੋਂ ਆਰਾਮ ਨਾਲ ਹੋ ਸਕਦੀ ਸੀ ਨਾ, ਚਲੋ ਮੁਗਲਾਂ ਦਾ ਰਾਜ ਸੀ, ਜਿਹੜੇ 22 ਧਾਰ ਦੇ ਰਾਜੇ ਉਸ ਵੇਲੇ ਔਰੰਗਜ਼ੇਬ ਦੀ ਸੂਬਾ ਸਰਹੰਦ ਦੀ ਸਹਾਇਤਾ ਕਰ ਸਕਦੇ ਸੀ, ਉਹਦੇ ਬਿਹਾਫ ਤੇ ਹਿੰਦੂਆਂ ਦੇ ਲਈ ਤਾਂ ਸਟੇਟਮੈਂਟ ਦੇ ਦਿੰਦੇ ਕਿ ਚਲੋ ਮੁਗਲਾ ਉਹਨਾਂ ਦਾ ਰਾਜ ਆ, ਉਹਨਾਂ ਨੂੰ ਨਾ ਕੁਛ, ਇਹਨਾਂ ਦਾ ਤਾਂ ਰਾਜ ਹੈ ਨੀ, ਉਹਨਾਂ ਨੇ ਕਿਸੇ ਲਈ ਵੀ ਅੱਜ ਵੀ ਤਾਂ ਰਾਜ ਲਈ ਦਿੱਤੀ ਜਾ ਰਹੀ ਹੈ, ਉੱਥੇ ਰਾਜ ਦੇ ਦਿੱਤੇ ਉਹਨਾਂ ਨੇ ਵੀ ਘੱਟੋ ਘੱਟ। ਹਾਂ ਵੀ ਵਿੱਚ ਲਾਲਾ ਛੱਲੀ ਰਾਮ ਕਿਉਂਕਿ ਸਭ ਤੋਂ ਵੱਡੇ ਦੁਸ਼ਮਣ ਆ, ਮੌਕਾ ਆ ਉਹਨਾਂ ਕੋਲ, ਕਿਉਂਕਿ ਹਿੰਦੂਆਂ ਦੇ ਤਾਂ ਦੁਸ਼ਮਣ ਉਹ ਵੀ ਹੈ ਤੇ ਇਹ ਵੀ ਹੈ, ਇੱਕ ਪਾਸੇ ਮੁਸਲਮਾਨ ਵੀ ਤਾਂ ਹਿੰਦੂਆਂ ਨੂੰ ਮੁਸਲਮਾਨ ਹੀ ਬਣਾਉਣਾ ਚਾਹੁੰਦੇ ਸੀ ਨਾ ਉਸ ਵੇਲੇ, ਵੀ ਜੇ ਇਹ ਗੱਲ ਕਹਿੰਦੇ ਵੀ ਜੇ ਮੌਕਾ ਤੁਹਾਨੂੰ ਮਿਲਣਾ 22 ਧਾਰ ਦੇ ਸਾਡੇ ਸਭ ਤੋਂ ਵੱਡੇ ਦੁਸ਼ਮਣ ਆ, ਕਿਉਂਕਿ ਸਭ ਤੋਂ ਵੱਧ ਲੜਾਈਆਂ ਉਹਨੇ ਲੜੀਆਂ, ਵੀ ਜੇ ਸਾਨੂੰ ਘੇਰਾ ਪੈ ਗਿਆ ਛੱਲੀ ਰਾਮ ਤੇ ਗੁੱਲੀ ਰਾਮ ਇੰਡੀਆ ਇੱਥੋਂ ਦਿਸਣਾ ਨੀ ਚਾਹੀਦਾ, ਕੀ ਹੋਇਆ ਏਦਾਂ ਦਾ ਤੁਹਾਡੇ ਲਿਖੇ ਹੋਏ ਇਤਿਹਾਸ ਵਿੱਚੋਂ ਦੇ ਦਿਓ ਹਵਾਲੇ, ਦੱਸ ਦਿਓ ਸਾਨੂੰ, ਦਿਖਾ ਦਿਓ। ਜਦੋਂ ਗੁਰੂ ਤੇਗ ਬਹਾਦਰ ਕਿਸੇ ਵੀ ਤੁਸੀਂ ਪਹਿਲਾਂ ਦੱਸੇ ਚੁੱਕੇ ਆ, ਦੁਆਰਾ ਨੀ ਕਹਿੰਦੇ ਵੀ ਕਿਸੇ ਵੀ ਗੁਰੂ ਟਾਈਮ ਦੇ ਜਦੋਂ ਇੰਨੀਆਂ ਤਸੀਹੇ ਝੱਲ ਲਏ, ਕਿਸੇ ਪਰਿਵਾਰ ਮਾਰਨ ਨੂੰ ਕਿਹਾ ਵੀ ਜੇ ਮੇਰੇ ਪਿਤਾ ਦਾ ਸਿਰ ਵੱਢਿਆ ਤਾਂ ਮੈਂ ਇਹਨਾਂ ਦੇ ਪਰਿਵਾਰ ਮਾਰੂੰਗਾ, ਜੇ ਮੇਰੇ ਬੱਚੇ ਅੱਜ ਸਰਹੰਦ ਚ ਸ਼ਹੀਦ ਕਰਤੇ ਤਾਂ ਮੈਂ ਇਹਨਾਂ ਦੇ ਪਰਿਵਾਰਾਂ ਨੂੰ ਨਹੀਂ ਛੱਡੂਗਾ, ਪਿਆ ਕਿਤੇ ਗੱਲ ਨਾ ਜੀ ਨਾ, ਉਹੀ ਤਾਂ ਇਹ ਸਿਰਫ 35 ਸਾਲਾਂ ਤੋਂ ਦੱਸ ਕੇ ਕਿ ਸੱਚ ਹੈ ਇਹ, ਪਰਿਵਾਰ ਮਾਰਨ ਦੀ ਸ਼ੁਰੂਆਤ 78 ਤੋਂ ਬਾਅਦ, ਪਰਿਵਾਰਾਂ ਨੂੰ ਮਾਰਨ ਦੀ 78 ਤੋਂ ਬਾਅਦ ਭਾਜੀ ਸ਼ੁਰੂਆਤ ਹੁੰਦੀ ਹੈ, ਇੱਕ ਮਾਨੋਚਾਲ ਦੀ ਆਡੀਓ ਘੁੰਮਦੀ ਹੈ, ਸੁਣ ਸਕਦਾ ਬੰਦਾ ਉਹ ਉਹਦੇ ਉੱਤੇ ਉਹਦੇ ਪਰਿਵਾਰ ਤੇ ਹਮਲਾ ਹੋਇਆ ਸੀਗਾ, ਕਰਾਇਆ ਸੀਗਾ 5 ਵਾਰ ਨਾ, ਉਹ ਇਹ ਗੱਲ ਮੰਨੀ ਹੈ ਇਸ ਗੱਲ ਉਹਦੇ ਵਿੱਚ ਆਡੀਓ ਚ, ਕਹਿੰਦਾ ਅੱਜ ਮੇਰੇ ਉੱਤੇ ਹਮਲਾ ਕਰਾਇਆ, ਕਹਿੰਦਾ ਤੁਸੀਂ ਮੌਕਾ ਦੇ ਦਿੱਤਾ ਉਹਨਾਂ ਨੂੰ, ਹੁਣ ਉਹਨੀ ਕਰਨੇ ਆ ਨਾ ਤੁਹਾਡੇ ਲੱਗਣੇ ਆ, ਇਹੀ ਸਾਰਾ ਕੁਝ ਹੋਇਆ। ਪਰ ਇਹ ਉਹੀ ਬੰਦੇ ਆ ਅੱਜ, ਉਹੀ ਟਕਸਾਲ ਆ, ਉਹੀ ਅਜਨਾਲ ਆ, ਉਹੀ ਗੱਲਾਂ ਆ, ਉਹੀ ਸਟੇਟਮੈਂਟਾਂ ਆ, ਤੇ ਅੱਜ ਫਿਰ ਉਹ ਕੰਮ ਭੜਕਾਇਆ ਜਾ ਰਿਹਾ ਕੌਮ ਨੂੰ, ਪਰ ਅੱਜ ਸੰਭਲਣ ਦੀ ਲੋੜ ਹੈ। ਜਦੋਂ ਤੁਸੀਂ ਜਿਨ੍ਹਾਂ ਦੇ ਤੁਸੀਂ ਸਹਾਰੇ ਪਾਉਂਦੇ ਆ ਨਾ, ਉਹ ਤਾਂ ਪਹਿਲੇ ਉਹਨਾਂ ਦੇ ਹੁੰਦੇ ਆ ਬੰਦੇ, ਨਹੀਂ ਨਹੀਂ ਸਾਨੂੰ ਉਸ ਰਾਹ ਤੇ ਧੱਕਿਆ ਜਾ ਰਿਹਾ, ਜਾਣੀ ਸਾਨੂੰ ਆਲਾ ਦੁਆਲਾ, ਹੁਣ ਤਾਂ ਸਿਚੁਏਸ਼ਨ ਹੋਰ ਵੀ ਹੋ ਗਈ ਆ ਨਾ, ਹੁਣ ਇੱਕ ਪਾਸੇ ਤਾਂ ਉਹ ਗਾਣੇ ਸਾਡੇ ਚ ਪ੍ਰਮੋਟ ਕੀਤੇ ਜਾ ਰਹੇ ਆ ਵੀ ਅਸੀਂ ਤਾਂ ਉਸ ਪਿੰਡ ਤੋਂ ਆ ਜਿੱਥੇ ਬੰਦੇ ਨੂੰ ਕਤਲ ਕਰਕੇ ਬਾਅਦ ਚ ਕਸੂਰ ਪੁੱਛੀਦਾ, ਬਿਲਕੁਲ ਹਾਂਜੀ, ਤੇ ਦੂਜੇ ਪਾਸੇ ਏਦਾਂ ਦੀਆਂ ਗੱਲਾਂ ਇਹਨਾਂ ਦੇ ਬਾਰੇ ਕਹਿ ਕਹਿ ਕੇ, ਇੱਥੇ ਦਾ ਹਥਿਆਰ ਅਸੀਂ ਵੀ 6ਵੇਂ ਪਾਤਸ਼ਾਹ ਨੇ, ਆਮ ਜਿਹੜਾ ਸਿੱਖ ਆ ਨਾ, ਜਿਹੜਾ ਇਮਾਨਦਾਰ ਸਿੱਖ ਆ, ਉਹਦੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਵੀ ਜਦੋਂ ਗੁਰੂ ਸਾਹਿਬ ਸਾਨੂੰ ਦਾੜੀ ਰੱਖਣ ਨੂੰ ਕਹਿ ਕੇ ਗਏ ਰੱਖ ਲਈ, ਕੇਸ ਰੱਖਣ ਨੂੰ ਕਹਿ ਕੇ ਗਏ ਰੱਖ ਲਏ, ਗੁਰਦੁਆਰੇ ਜਾਣ ਨੂੰ ਕਹਿ ਕੇ ਗਏ ਚੱਲ ਗਏ ਅਸੀਂ, ਵੀ ਹਥਿਆਰ ਚੱਕ ਕੇ ਲੜਨੇ ਨੂੰ ਗੁਰੂ ਸਾਹਿਬ ਕਹਿ ਕੇ ਗਏ ਤੇ ਲੜੀਏ ਕਿਉਂ ਨਾ ਅਸੀਂ, ਨੌਜਵਾਨੀ ਲਈ ਤਾਂ ਸਭ ਤੋਂ ਸੌਖਾ ਰਾਹ ਆ ਇਹ, ਚੱਕ ਕੇ ਹਥਿਆਰ ਤੇ ਬੰਦਾ ਅੱਜ ਵੈਸੇ ਵੀ ਨਾ, ਜਦੋਂ ਗਿਆਨ ਵੀ ਆਉਂਦਾ ਬੰਦੇ ਨੂੰ, ਸਭ ਤੋਂ ਪਹਿਲਾਂ ਘਰਦਿਆਂ ਦੇ ਵਿਰੁੱਧ ਵਿਦਰੋਹ ਕਰਦਾ, ਜ਼ਿੰਮੇਵਾਰੀਆਂ ਤੋਂ ਭੱਜਦਾ ਉਹ, ਬਿਲਕੁਲ, ਤੇ ਜਿਹਨਾਂ ਕੋਲ ਹਥਿਆਰ ਹੋਣਗੇ ਉਹ ਕਿਉਂ ਨਾ ਭੱਜਣਗੇ,
ਉਹ ਇੰਟਰਵਿਊ ਤੁਹਾਨੂੰ ਸੁਣਾਉਣੀ ਹੈ ਭਾਜੀ, ਉਹ ਬੰਦੇ ਨੇ ਜ਼ਿੰਦਗੀ ਗਾਲੀ ਹੈ, ਪਰ ਤੁਸੀਂ ਇੱਕ ਵੀ ਅਕਲ ਦੀ ਗੱਲ ਦੱਸਦੇ ਹੋ ਵੀ ਇਹ ਬੰਦਾ ਲੜਿਆ ਖਾਲਸਾ ਲਈ, ਕੋਈ ਹੈ ਇਹਦੇ ਪੱਲੇ ਗੱਲ, ਇਹਨੂੰ ਪਤਾ ਹੈ ਕੁਛ ਰੱਖੇ ਦਾ? ਇੱਕ ਸੁਣਨੇ ਵਾਲੀ ਹੈ ਤੁਹਾਡੇ, ਮੈਂ ਭੇਜੂਗਾ ਜਿੱਦਾਂ ਅੱਗੇ ਨਾ, ਫਿਰ ਆਪਾਂ ਉਹਨੂੰ ਉਹਦੇ ਬਾਰੇ ਕਰਾਂਗੇ ਗੱਲ ਵਿਚਾਰ ਕੇ ਕਿਤੇ। ਨਹੀਂ ਚਲਾ ਕੇ ਉਹਨੂੰ ਚਲਾ ਲਵਾਂਗੇ ਅਸੀਂ, ਇੱਥੇ ਚਲਾ ਕੇ ਗੱਲ ਕਰ ਲਵਾਂਗੇ ਆਪਾਂ ਬਸ। ਹਾਂ ਤੇ ਚਲੋ ਠੀਕ ਹੈ ਭਾਜੀ, ਸੁਣਦੇ ਹਾਂ ਤੇ ਅੱਜ ਪ੍ਰੋਗਰਾਮ ਸਾਡਾ ਬੜਾ ਵਧੀਆ ਸੀਗਾ, ਤੇ ਜਿਹੜਾ ਬਾਕੀ ਰਹਿੰਦਾ ਟਾਈਮ ਤੇ ਉਹ ਸੁਣਦੇ ਆ ਭਾਜੀ, ਹੈ ਨਾ? ਕੱਲ ਨੂੰ ਚੇਤਾ ਰੱਖਿਓ ਭਾਈ, ਕੱਲ ਨੂੰ ਅਸੀਂ 5 ਵਜੇ ਇੱਥੇ ਦੇ 5 ਵਜੇ ਸਪੈਸ਼ਲ ਪ੍ਰੋਗਰਾਮ ਤੁਹਾਡਾ। ਹਾਂ ਤੁਹਾਡੇ ਲੇਟ ਹੋਣ, ਕਿੰਨਾ ਟਾਈਮ ਹੋਇਆ ਤੁਹਾਡੇ ਕੋ ਸਾਡੇ ਇੱਥੇ? ਹਾਂ ਸਾਡੇ 11:15 ਹੋਏ ਰਾਤ ਦੇ। ਤੁਹਾਡੇ ਲਈ ਲੇਟ ਹੋ ਜਾਣਾ, ਤੁਹਾਡੇ ਲਈ ਨੀ ਹੈਗਾ, ਸੋਰੀ ਜੀ, ਕੈਨੇਡਾ ਵਾਲਿਆਂ ਲਈ ਨੀ ਪ੍ਰੋਗਰਾਮ ਹੈਗਾ, ਅਮਰੀਕਾ ਵਾਲਿਆਂ ਲਈ। ਸਾਡੇ ਲਈ ਸਹੀ ਹੈ, ਆਪਾਂ ਤਾਂ ਆਪਾਂ ਬੜਾ, ਮੇਰੇ ਲਈ ਟਾਈਮ ਬੜਾ ਝੂਠ ਕਰਦਾ, ਜਿਨ੍ਹਾਂ ਲਈ ਕਰਦਾ ਉਹਨਾਂ ਲਈ ਕਰਦਾ ਹੀ ਆ। ਨਹੀਂ ਠੀਕ ਆ, ਪਰ ਉਹ ਕੱਲ ਨੂੰ ਹੁਣ ਜਾਣੀ, ਤੁਹਾਨੂੰ ਹੋਰ ਵੀ ਦੱਸ ਦੇ, ਇੱਕ ਮਿੰਟ ਹੋਰ ਵੀ ਦੱਸ ਦਈਏ ਭਾਜੀ, ਕੈਨੇਡਾ ਚ ਵੀ 4 ਟਾਈਮ ਹੈ, ਕੋਈ ਸਾਡੇ 7 ਤੋਂ ਪਿੱਛੇ ਵੀ ਹੈਗਾ 3 ਘੰਟੇ, ਉਹਦੇ ਲਈ ਬਹੁਤ ਝੂਠ ਕਰਦਾ ਹੈ ਯਾਦਵਿੰਦਰ ਹੋਣਾ ਲਈ। ਸਰੋਤਿਆਂ ਨੂੰ ਥੋੜਾ ਜਿਹਾ ਜਿਹੜਾ ਟਾਈਮ ਹੈ ਆਪਣਾ ਉਹ ਕਰ ਲਿਓ, ਕਿਉਂਕਿ ਸਾਡੇ ਕੋਲ ਸੂਤ ਨਹੀਂ ਆ ਰਿਹਾ ਸੀ। ਆਹ ਵੀ ਹੁਣ ਤੁਸੀਂ ਦੇਖ ਲਓ ਵੀ ਬੁੱਧਵਾਰ ਹੀ ਮੈਨੂੰ ਲੱਗਦਾ ਸੀ ਵੀ ਅਸੀਂ ਐਤਵਾਰ ਮੁਕਾ ਦਿਆਂਗੇ ਹੁਣ, ਤੇ ਹੁਣ ਫੇਰ ਬੁੱਧਵਾਰ ਤੇ ਜਾ ਰਹਿਣੀ ਆ ਇਹ, ਹਨਾ? 3 ਕੁ ਮਿੰਟ ਦੀ ਹੋਈ ਹੈ। ਚਲੋ ਸ਼ੁਰੂ ਚ ਬੁੱਧਵਾਰ ਆਪਾਂ ਕਰਾਂਗੇ ਕੁਛ ਇੱਦਾਂ ਫੋਨ ਕਾਲਾਂ ਦਾ, ਹਾਂਜੀ, ਹਨਾ? ਤੇ ਕੱਲ ਨੂੰ ਬੇਨਤੀ ਆ, ਕੱਲ ਨੂੰ ਕੋਈ ਵੀ ਜਣਾ ਫੋਨ ਕਾਲ ਨਾ ਕਰਿਓ, ਸਮਝ ਲਿਓ ਵੀ ਪ੍ਰੋਗਰਾਮ ਹੈ ਨੀ, ਜਿਹਨੂੰ ਫੋਨ ਕਰਨ ਦਾ ਵਾਲਾ ਆਉਂਦਾ ਉਹ ਨਾ ਹੀ ਸੁਣਿਓ ਪ੍ਰੋਗਰਾਮ, ਹਾਂਜੀ, ਹਨਾ? ਉਹ ਸਾਨੂੰ ਮੇਰੀ ਮਜਬੂਰੀ ਬਣ ਜਾਂਦੀ ਆ ਜੀ, ਮੈਨੂੰ ਇਹ ਲੱਗਦਾ ਹੁੰਦਾ ਵਾਰ ਵਾਰ ਵੀ ਜਿਹੜੇ ਟਕਸਾਲੀ ਮੈਸੇਜ ਕਰਕੇ ਫੋਨ ਕਰਕੇ ਉਦਾਂ ਪਰੇਸ਼ਾਨ ਕਰਦੇ ਆ, ਹਨਾ, ਤੇ ਉਹਨਾਂ ਚੋਂ ਜੇ ਕਿਸੇ ਬੰਦੇ ਨੇ ਫੋਨ ਕਰ ਦਿੱਤਾ ਇੱਦਾਂ, ਅਸੀਂ ਨਾ ਚੱਕਿਆ ਫੋਨ, ਉਹ ਸਾਡੇ ਤੇ ਕਲੰਕ ਰਹਿ ਜਾਣਾ, ਠੀਕ ਆ? ਫਿਰ ਇਸ ਕਰਕੇ ਅਸੀਂ ਉਹ ਕੁਛ ਜਦੋਂ ਫੋਨ ਆਉਂਦਾ, ਹਨਾ, ਉਹ ਸਾਨੂੰ ਚੱਕਣਾ ਪੈਂਦਾ, ਕਰਨਾ ਪੈਂਦਾ, ਹਾਂਜੀ, ਹਨਾ? ਠੀਕ ਆ ਜੀ, ਆਹ ਆਇਆ ਸੀਗਾ ਇੱਕ ਆਡੀਓ ਸੀਗੀ, ਇਹ ਗੱਲਬਾਤ ਹੈ ਇਹ ਫੋਨ ਤੇ, ਕੋਈ ਵੀਰ ਕਿਸੇ ਵੀਰ ਨੂੰ ਫੋਨ ਕੀਤਾ ਜਿਹੜਾ ਪੰਥ ਪ੍ਰੀਤ ਦਾ ਕੋਈ ਸੁਨੇਹੀ ਹੈ, ਦੀਵਾਨਾਂ ਬਾਰੇ ਗੱਲ ਕਰਦੇ ਹੋ, ਕਹਿੰਦੇ ਦੀਵਾਨ ਕੈਂਸਲ ਹੋ ਗਿਆ ਤੇ ਪੁਲਿਸ ਪਲਸ ਉੱਥੇ ਲੱਗੀ ਹੈ, ਤੇ ਕਹਿੰਦੇ ਸੰਗਤ ਨੂੰ ਹੀ ਨਹੀਂ ਆਉਣ ਦਿੱਤਾ ਉੱਥੇ, ਕੁਛ ਗ੍ਰਿਫਤਾਰੀ ਦੀ ਗੱਲ ਚੱਲਦੀ ਸੀਗੀ ਪੰਥ ਪ੍ਰੀਤ ਦੀ, ਆਪਾਂ ਸੁਣ ਲਈਏ ਤੇ ਜ਼ਿਆਦਾ ਬੈਟਰ ਹੋਜੂਗਾ। ਠੀਕ ਹੈ ਜੀ, ਇਹ ਕੱਲ ਦੀ ਹੋਣੀ, ਅੱਜ ਤਾਂ ਜੇ ਉੱਥੇ ਸਵੇਰਾ ਹੀ ਆ ਜਾਣੀ, ਕੱਲ ਦੇ ਪ੍ਰੋਗਰਾਮ ਦੀ ਹੋਊਗੀ, ਕੱਲ ਦੀ ਹੋਗੀ, ਹਾਂਜੀ ਪ੍ਰੋਗਰਾਮ, ਹਨਾ? ਚਲੋ ਠੀਕ ਹੈ ਜੀ, ਪਹਿਲਾਂ ਸੁਣਿਓ ਤੇ ਫਿਰ ਆਪਾਂ ਇਹਦੇ ਉੱਤੇ ਜੇ ਕੋਈ ਗੱਲਬਾਤ ਹੋਈ ਤਾਂ ਅਸੀਂ ਕਰ ਲੈਂਦੇ ਹਾਂ। ਛੋਟਾ ਜਿਹਾ ਕਲਿੱਪ, ਸੋਰੀ ਜੀ, ਅਸੀਂ ਨਹੀਂ ਆਵਾਜ਼ ਜਿਹੜੀ ਆ ਉਹਨੂੰ ਕਰਕੇ ਤੇ ਅਸੀਂ ਦੁਬਾਰਾ, ਹਾਂਜੀ ਵੀਰੇ, ਆਪਣੇ ਦੀਵਾਨ ਸੀਗੇ ਅਜੇ ਲਾਈਵ ਚੱਲੇ ਨੀ ਹੈਗੇ ਪੰਥ ਪ੍ਰੀਤ ਦੇ ਭਾਈ ਸਾਹਿਬ ਨੇ, ਵੀਰ ਜੀ ਕੈਂਸਲ ਕਰਤੇ, ਉਹ ਪ੍ਰਸ਼ਾਸਨ ਨੇ ਬੰਦ ਕਰਤਾ ਬਿਲਕੁਲ। ਅਸਾ ਪਰਮਿਸ਼ਨ ਨਹੀਂ ਮਿਲੀ? ਪਰਮਿਸ਼ਨ ਨਹੀਂ ਜੀ, ਇਹਨਾਂ ਨੇ ਪਿੰਡ ਸੰਗਤੇ ਆਉਣੀ ਬੰਦ ਕਰਤੀ, ਪਰਮਿਸ਼ਨ ਤੁਸੀਂ ਮਨਾ ਕਰਿਆ ਜੀ, ਸਾਨੂੰ ਇਹ ਕਰੇ ਕਰਾਉਣੀ ਮਰਜ਼ੀ ਹੋ ਜੇ, ਠੀਕ ਹੈ, ਸੰਗਤੇ ਨਹੀਂ ਆਉਣ ਦਿੱਤੀ ਇੱਥੇ। ਅੱਛਾ ਵੀ ਸਾਈਡ ਤੂੰ ਤਾਂ ਗੁਰਦੁਆਰਾ ਸਾਹਿਬ 'ਚ ਹੀ ਹੋਣਾ ਫਿਰ ਤਾਂ, ਕੀ ਪਰਮਿਸ਼ਨ ਦਾ ਹੋਵੇਗਾ? ਹਾਂ ਜੀ, ਪਰਮਿਸ਼ਨ ਕੋਈ ਚੱਕਰ ਨਹੀਂ, ਇਹਨੇ ਸੰਗਤੇ ਨਹੀਂ ਆਉਣ ਦਿੱਤੀ, ਇੱਧਰ ਦਾ ਸੰਗਤ 200 ਬੰਦਾ ਪੁਲਿਸ ਦਾ ਖੜ੍ਹਾ। ਅੱਛਾ ਅੱਛਾ, ਅਤੇ ਭਾਈ ਸਾਹਿਬ ਨਹੀਂ ਆਏ ਫਿਰ? ਭਾਈ ਸਾਹਿਬ ਨੂੰ ਫਿਰ ਕਿਸੇ ਅਰੈਸਟ ਕਰ ਲੈਂਦੇ ਭਾਜੀ, ਫਿਰ ਕੀ ਹੁੰਦਾ? ਚਪਣੀ ਲੈ ਕੇ ਨਾ ਨੱਕ ਡੋਬ ਕੇ ਹੁਣ ਜਾਣੀ, ਜਿਹੜਾ ਕੁਲਵਿੰਦਰ ਬਠਿੰਡੇ ਵਾਲਾ ਟੱਲੇ ਵਾਲ ਤੇ ਗਗਨ,
ਇਹਨਾਂ ਨੂੰ ਚਲੋ ਪੰਥ ਪ੍ਰੀਤ ਤਾਂ ਬਿਸ਼ਰਮਿਆ, ਉਹ ਤਾਂ ਉਹ ਜਿਹੜੇ ਦੂਜੇ ਨਵੇਂ ਨਵੇਂ ਸ਼ਾਇਦ ਉਹਨਾਂ ਚ ਅਣਖ ਹੋਵੇ ਮਾੜੀ ਮੋਟੀ, ਤੇ ਫੇਸਬੁੱਕ ਦੇ ਉੱਤੇ ਇੱਕ ਫੋਟੋ ਜੇ ਲਾਈਵ ਨਹੀਂ ਹੋ ਸਕਦੇ ਨਾ ਤੁਸੀਂ, ਤੇ ਇੱਕ ਫੋਟੋ ਜ਼ਰੂਰ ਪਾਓ ਭਾਈ ਚੱਪਣੀ ਹੱਥ ਚ ਹੋਵੇ ਤੁਹਾਡੇ, ਉਹ ਪਾਣੀ ਨਾ ਭਰੀਓ ਤੇ ਨੱਕ ਡੁੱਬਿਆ ਹੋਵੇ ਤੁਸੀਂ, ਜਿੰਨਾ ਬਕਵਾਸ ਇਹਨਾਂ ਕਮੀਣਿਆਂ ਨੇ ਉਸ ਵੇਲੇ ਢੱਡੀਆਂ ਦੇ ਸੰਬੰਧ ਵਿੱਚ ਕੀਤਾ ਨਾ ਜਾਣੀ, ਹੁਣ ਉਹ ਕਹਿੰਦੇ ਵੀ ਉਹ ਗਿਆ ਹੀ ਨੀ ਉੱਥੇ ਕਿਉਂਕਿ ਅਰੈਸਟ ਕਰ ਲੈਣਾ ਸੀਗਾ। ਜਦੋਂ ਇਹ ਗੱਲ ਹੋਈ ਭਾਈ ਭਾਈ ਪ੍ਰਸ਼ਾਸਨ ਉਹਦੀਆਂ ਬਹੁਤ ਸਾਰੀਆਂ ਮਜਬੂਰੀਆਂ ਆ, ਉਹ ਪਤਾ ਨੀ ਕਿਹੜੀਆਂ ਖੇਡਾਂ ਖੇਡਦੇ ਆ, ਠੀਕ ਆ। ਉੱਥੇ ਉਦੋਂ ਕਹਿੰਦੇ ਸੀ ਵੀ ਪੰਥ ਪ੍ਰੀਤ ਚੀਕ ਚੀਕ ਕੇ ਵੀ ਲੋੜ ਨੀ ਮਨਜ਼ੂਰੀ ਦੀ ਹੈਗੀ, ਹੈਂ ਮਾਝੀ ਲੱਗਾ ਸੀ ਕਰਨ, ਹੁਣ ਮਾਝੀ ਨੂੰ ਕਹੋ ਵੀ ਮਰ ਜਾ ਜਾ ਚੱਲ ਜਾ ਕੇ ਜਰਾ ਕੁ ਮੂਹਰੇ ਦਿਖਾਲ ਜੋ ਕਰ ਹੁੰਦਾ ਕਰ ਲਓ, ਪੂਛ ਤੜਾਓ ਹੁਣ ਜਰਾ ਕੁ ਆਪਣੀ, ਠੀਕ ਆ। ਆ ਸੁਣਿਓ ਜਰਾ ਫੇਰ ਦੁਬਾਰਾ, ਪਰਮਿਸ਼ਨ ਨਹੀਂ ਜੀ ਇਹਨਾਂ ਨੇ ਪਿੰਡ ਦੀ ਸੰਗਤ ਆਉਣੀ ਬੰਦ ਕਰ ਦਿੱਤੀ, ਪਰ ਜਿਹਨੂੰ ਤੁਸੀਂ ਮਨਾ ਕਰਿਆ ਜੀ ਸਾਨੂੰ ਇਹ ਕਰੇ ਕਰਾਉਣੇ ਕਰਾਉਣੇ ਜੀ ਮਰਜ਼ੀ ਹੋ ਜਾਏ, ਠੀਕ ਹੈ, ਸੰਗਤ ਨਹੀਂ ਆਉਣ ਦਿੱਤੀ ਇੱਥੇ। ਅੱਛਾ ਵੀ ਸਾਈਡ ਦੋ ਤਾਂ ਗੁਰਦੁਆਰਾ ਸਾਹਿਬ 'ਚ ਹੀ ਹੋਣਾ, ਫਿਰ ਤਾਂ ਕੀ ਪਰਮਿਸ਼ਨ ਦਾ ਹੋਗਾ। ਹਾਂ ਜੀ ਪਰਮਿਸ਼ਨ ਕੋਈ ਚੱਕਰ ਨਹੀਂ, ਇਹਨੇ ਸੰਗਤ ਨਹੀਂ ਆਉਣ ਦਿੱਤੀ ਇੱਧਰ ਦਾ ਸਾਹਿਬ। ਕਾਲ ਆ ਗਈ ਹੈ ਜੀ ਵਿੱਚੇ ਸਾਨੂੰ, ਉੱਤੇ ਰਿਕਾਰਡਿੰਗ ਚੱਲਦੀ ਸੀ। ਹਾਂਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹੈਲੋ ਜੀ, ਮੈਂ ਖਾਲਸਾ ਫਤਿਹ ਜੀ। ਹਾਂਜੀ ਹਾਂਜੀ ਗੁਰੂ ਫਤਿਹ ਜੀ, ਰੇਡੀਓ ਵਿਰਸਾ ਦੇ ਤੁਸੀਂ ਆਉਣੇ ਰਹੋ, ਪ੍ਰੋਗਰਾਮ ਚੱਲ ਰਿਹਾ। ਅੱਛਾ ਜੀ, ਗੱਲ ਕਰਨੀ ਸੀ ਜੀ, ਟਾਈਮ ਹੈਗਾ ਜੀ ਆਪਣੇ ਕੋਲ? ਬਿਜੀ ਤੁਸੀਂ ਥੋੜਾ ਜਿਹਾ? ਨਹੀਂ ਬਿਜੀ ਮਤਲਬ ਤੁਸੀਂ ਰੇਡੀਓ ਸੁਣਦੇ ਜਾਂ ਵੈਸੇ ਕਰਿਆ ਫੋਨ? ਮੈਂ ਜੀ ਰੇਡੀਓ ਵੀ ਸੁਣਦਾ, ਵੈਸੇ ਮੈਂ ਫੋਨ ਵੈਸੇ ਕੀਤਾ ਸੀ ਜੀ ਮੈਂ ਹੁਣ। ਨਹੀਂ ਹੁਣ ਤਾਂ ਫਿਰ ਪ੍ਰੋਗਰਾਮ ਚੱਲ ਰਿਹਾ ਨਾ, ਜੇ ਤਾਂ ਕੋਈ ਪ੍ਰੋਗਰਾਮ ਨਾਲ ਸੰਬੰਧਿਤ ਗੱਲ ਕਰਨੀ ਫਿਰ ਤਾਂ ਕਰ ਲਓ, ਨਹੀਂ ਤਾਂ 7 ਮਿੰਟ ਰਹਿੰਦੇ ਸਾਡੇ ਜੀ, ਬਾਅਦ ਚ ਕਰਦਾ ਜੀ ਮੈਂ, ਕੋਈ ਨਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ, ਆਪਾਂ ਥੋੜੀ ਜਿਹੀ ਜਿਹੜੀ ਰਹਿੰਦੀ ਹੈ ਉਹਨੂੰ ਵੀ ਸੁਣ ਲਓ ਤੁਸੀਂ ਪਹਿਲਾਂ, ਮੈਂ ਕੀ ਕਰ ਦਊ ਜੀ। ਚੱਕਰ ਇਹ ਸੀ ਨਾ ਵੀ ਭਾਈ ਸਾਹਿਬ ਨੂੰ ਅਰੈਸਟ ਕਰ ਲੈਂਦੇ ਰਸਤੇ 'ਚ, ਉਹ ਤਾਂ ਆਪਦੇ ਖੜੇ ਨੇ 50-50 ਦੇ ਚਾਰੇ ਰਸਤਿਆਂ ਦੇ। ਅੱਛਾ ਜੀ, ਭਾਈ ਸਾਹਿਬ ਨੂੰ ਅਰੈਸਟ ਕਰ ਲੈਂਦੇ ਫਿਰ ਬੇਇੱਜ਼ਤੀ ਕਿੱਡੀ ਸੀ, ਰੋਕਿਆ ਵੀ ਨਹੀਂ, ਦੇਖੋ ਕਮੀਣਗੀ ਇਹ, ਦੇਖੋ ਕਮੀਣਗੀ। ਉਦੋਂ ਕਹਿੰਦੇ ਸੀ ਵੀ ਸਿਕਿਉਰਿਟੀ ਦੀ ਲੋੜ ਨੀ ਹੈਗੀ, ਗੁਰੂ ਨੇ ਸਿੱਖ ਨੂੰ ਕਹਤੇ ਸਿਕਿਉਰਿਟੀ ਦੀ ਲੋੜ ਆ, ਹਾਂਜੀ ਹਨਾ, ਕਹਿੰਦੇ ਸਿਕਿਉਰਿਟੀ ਨੀ ਹੈਗੀ ਹੁਣ ਰੋਈ ਜਾਂਦੇ, ਹੁਣ ਕਹਿੰਦੇ ਵੀ ਉਹਨਾਂ ਕੋਲ ਸਿਕਿਉਰਿਟੀ ਹੈ ਨੀ ਹਨਾ, ਸਿਰੇ ਦੇ ਕਮੀਣੇ ਆ ਜਾਣੀ, ਜਿੰਨੀ 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 ਕਮੀਣਗੀ ਤੁਸੀਂ ਕਹਿ ਸਕਦੇ ਆ, ਉੱਨੀ ਉੱਨੀ ਵੱਧ ਤੋਂ ਵੱਧ ਕਰ ਰਹੇ ਆ ਜਾਣੀ, ਹੱਦ ਤੋਂ ਵੱਧ। ਨਾਲ ਇੱਕ ਦੁਕਾਨ ਕੈਂਸਲ ਹੋਣਗੇ, ਇਹਨਾਂ ਹੋ ਕੇ ਜਾਣਾ ਗਾ, ਇਹਨਾਂ ਦਾ ਗੁੰਡਾਗਰਦੀ ਦਾ ਪਤਾ ਲੱਗਦੀ ਹੈ, ਗੁੰਡਾਗਰਦੀ ਕਰਦੇ ਆ ਬਿਲਕੁਲ। ਹਾਂ ਚਲੋ, ਮੈਂ ਤਾਂ ਹੀ ਕਨਫਰਮ ਕਰਨਾ ਸੀ ਵੀਰ, ਓਕੇ ਥੈਂਕ ਯੂ, ਓਕੇ। ਇਹਨਾਂ ਨੂੰ ਬੇਵਕੂਫਾਂ ਨੂੰ ਇਹ ਨੀ ਸਮਝ ਆਈ ਕਿ ਜਦੋਂ ਤੁਹਾਡਾ ਵਿਰੋਧ ਹੋਣ ਲੱਗਣਾ ਨਾ, ਹਾਂਜੀ, ਉਦੋਂ ਤੁਹਾਡੇ ਕੋਲ ਤਾਂ ਹੈ ਕੁਛ ਨਹੀਂ ਨਾ, ਠੀਕ ਆ, ਕਿੱਥੇ ਕਿੱਥੇ ਖੜ ਕੇ ਤੁਸੀਂ ਆਪਣੇ ਆਪ ਨੂੰ ਬਚਾਓਗੇ ਤੁਸੀਂ? ਹੁਣ ਤੁਸੀਂ ਉਸ ਵੇਲੇ ਸਗੋਂ ਉਹ 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 ਇਹਨਾਂ ਨੂੰ ਤਾਂ ਮੂਰਖਾਂ ਨੂੰ ਢੱਡਰੀਆਂ ਵਾਲਿਆਂ ਦੇ ਉਹਨਾਂ ਫੈਸਲਿਆਂ ਦੀ ਸਪੋਰਟ ਕਰਨੀ ਚਾਹੀਦੀ ਸੀ, ਠੀਕ ਆ, ਭਾਈ ਜੋ ਮਰਜ਼ੀ ਹੋ ਜਾਵੇ ਜਿੱਦਾਂ ਕਰ ਰਹੇ ਆ ਉਹ ਬਹੁਤ ਵਧੀਆ ਆ, ਬਿਲਕੁਲ ਹਨਾ। ਜੇ ਕੁਛ ਨੀ ਹੁੰਦਾ ਉਹ ਧੁੰਦੇ ਦੀ ਵੀ ਮੈਂ ਦੱਸਦਾ ਨਾ, ਕਮੀਣਗੀ ਜਿਹੜੀ ਗਰਜਨਸੂ ਰੂਪੋ ਵਾਲੀ ਦੀ ਕਿੰਨੀ ਜ਼ਿਆਦਾ ਕਿੱਡੀ ਵੱਡੀ ਕਮੀਣਗੀ ਸੀ, ਭਾਈ ਉੱਥੇ ਜੀ ਬਹੁਤ ਜ਼ੋਰ ਲਾਇਆ ਉਹਨਾਂ ਨੇ, ਅੱਡੀ ਚੋਟੀ ਦਾ ਜ਼ੋਰ ਲਾ ਲਿਆ, ਇੱਦਾਂ ਰੁਕੇ ਨੀ, ਵਿਰੋਧ ਹੋਇਆ ਬਹੁਤ ਜ਼ਿਆਦਾ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਫਿਕਰ ਆ ਵੀ ਜੇ ਇੰਨੇ ਦੀਵਾਨ ਤਾਂ ਲੱਗਣੇ ਲੋਕਾਂ ਨੂੰ ਅਕਲ ਦੇਣ ਲਈ, ਵੀ ਜੇ ਇੱਕ ਧਿਰ ਇਹ ਧਮਕੀ ਦੇ ਰਹੀ ਆ ਵੀ ਇੱਥੇ ਇੱਥੇ ਝਗੜਾ ਹੋਵੇ, ਅਸੀਂ ਕਾਹਨੂੰ ਸੁਣਾ ਉਹਨਾਂ ਨੂੰ, ਹੈ ਕੀ ਪਤਾ ਅਗਲੇ 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 ਇਸ ਪਾਸੇ ਨੂੰ ਤੁਰ ਪੈਣ, ਹੈ ਨਾ।
ਇਸ ਪੱਖੋਂ ਹਮੇਸ਼ਾ ਜਿੱਦਾਂ ਹੁਣ ਤੁਹਾਡਾ ਜਿਹੜਾ ਰਿਹਾ ਨਾ ਸੁਭਾਅ ਰਿਹਾ ਇੱਥੇ ਪਿੱਛੇ ਜੇ ਕਾਫੀ ਦੇਰ ਤੋਂ ਜਿੱਦਾਂ ਤੋਂ ਆਪਾਂ ਜਿੱਦਾਂ ਸੁਣਦੇ ਆਏ ਹਾਂ ਜਾਂ ਮਿਲੇ ਆਪਾਂ, ਉਹ ਜਿਹੜਾ ਜਿੱਥੇ ਝਗੜੇ ਵਾਲੀ ਗੱਲ ਹੁੰਦੀ ਆ ਤੁਹਾਡੀ ਕੋਸ਼ਿਸ਼ ਹੁੰਦੀ ਆ ਵੀ ਉੱਥੋਂ ਜਿਹੜਾ ਹੈਗਾ ਨਾ ਸਕਿਪ ਕਰ ਦਿੱਤਾ ਜਾਏ, ਪਿੱਛੇ ਹਟ ਜਾਓ। ਹਾਂ ਪਿੱਛੇ ਹਟ ਜਾਣਾ ਚਾਹੀਦਾ ਉੱਥੇ, ਉਹਦੇ ਚ ਬਚਾਈ ਹੈ, ਮਤਲਬ ਜਿਹੜਾ ਰੌਲਾ ਪੈਣਾ ਉਹ ਤੇ ਚਲੋ ਪੈ ਹੀ ਜਾਣਾ, ਬਟ ਜਿਹੜਾ ਤੁਹਾਡਾ ਆਪਣਾ ਨੁਕਸਾਨ ਹੋਣ ਦੇ ਜਿਹੜੇ ਚਾਂਸਿਸ ਹੈ ਉੱਥੇ, ਉਹ ਤੇ ਤੁਸੀਂ ਕਾਬੂ ਕਰ ਸਕਦੇ ਹੋ, ਤੁਸੀਂ એનર્ਜੀ ਬਚਾ ਲੈਣੀ ਇਹਨਾਂ ਨਾਲੇ, ਤੁਹਾਡੀ ਲਗਾਤਾਰਤਾ ਜਿਹੜੀ ਆ ਉਹ ਡਿਫੈਂਸ ਵਿੱਚ ਆ, ਡਿਫੈਂਸ ਵਿੱਚ ਆ। ਤੁਸੀਂ ਜਦੋਂ ਪਿੱਛੇ ਹਟ ਗਏ ਆ ਉਦੋਂ ਤੁਸੀਂ ਕ੍ਰੀਏਟਿਵ ਹੋ ਕੇ ਸੋਚਣ ਲੱਗ ਪਏ ਵੀ ਗਾਹਾਂ ਕੀ ਕਰਨਾ। ਹੁਣ ਗੱਲ ਕੀ ਆ ਵੀ ਜਿਹੜਾ ਹੁਣ ਤੁਸੀਂ ਗੁਰੂ ਸਾਹਿਬ ਦੀਆਂ ਜਿੰਨੀਆਂ ਜੰਗਾਂ ਆ ਨਾ ਉਹਨੂੰ ਧਿਆਨ ਨਾਲ ਦੇਖੋ, ਠੀਕ ਆ। ਅਗਲੇ ਹੁਣ ਛੇਵੇਂ ਪਾਤਸ਼ਾਹ ਨਾਲ ਅਗਲੇ ਜਦੋਂ ਅੰਮ੍ਰਿਤਸਰ ਨੂੰ ਇੱਦਾਂ ਤਹਿਸ਼ ਨਹਿਸ਼ ਕਰਨ ਦੀ ਜਿਹੜੀ ਆਪਣੀ ਪਲਾਨ ਬਣਾਉਂਦੇ ਆ, ਉਹਦੇ ਵਿੱਚ ਗੁਰੂ ਸਾਹਿਬ ਉੱਥੇ ਉਹਦੇ ਨਾਲ ਰਿਐਕਟਿਵ ਨਹੀਂ ਹੁੰਦੇ, ਠੀਕ ਆ। ਉੱਥੋਂ ਨਿਕਲ ਕੇ ਵੀ ਤੂੰ ਕਰ ਲਾ, ਜੇ ਤੈਨੂੰ ਲੱਗਦਾ ਇਹਨੂੰ ਢਾ ਕੇ ਅੰਮ੍ਰਿਤਸਰ ਤੇ ਕਬਜ਼ਾ ਕਰਕੇ ਮੈਨੂੰ ਰੋਕ ਲਏਗਾ, ਆ ਜਾ ਫਿਰ, ਹਨਾ। ਜੇ ਹੁਣ ਜਦੋਂ ਉਹ ਸੋਚਦਾ ਵੀ ਜੇ ਇਹਨਾਂ ਦੇ ਆਗੂ ਨੂੰ ਉਹਦੀ ਉਹਨੂੰ ਮੈਂ ਜਨ ਨੂੰ ਮਾਰ ਦਿਆਂ, ਫਿਰ ਕਹਾਣੀ ਖਤਮ ਆ। ਪੰਜਵੇਂ ਪਾਤਸ਼ਾਹ ਕਹਿੰਦੇ ਦੇਖ ਲਾ, ਤੂੰ ਟਰਾਈ ਕਰਕੇ ਦੇਖ ਲੈ, ਜੇ ਇਹਦੇ ਨਾਲ ਤੈਨੂੰ ਲੱਗਦਾ ਕਾਬੂ ਕਰ ਲੇਗਾ ਤੂੰ ਦੇਖ ਲਾ, ਉਹ ਵੀ ਕਰਕੇ ਦੇਖ ਲਿਆ। ਉਹ ਕ੍ਰੀਏਟਿਵਿਟੀ ਜਿਹੜੀ ਹੈ ਨਾ ਤੁਹਾਡੀ, ਉਹ ਉਹਦੇ ਮੋਹਰੇ ਉਸ ਵੇਲੇ ਉਹਨੂੰ ਰੋਕਣ ਵਿੱਚ ਨਹੀਂ ਹੈਗੀ, ਠੀਕ ਹੈ। ਬਹੁਤ ਵਾਰੀ ਤੁਸੀਂ ਤੁਸੀਂ ਉੱਥੇ ਆਪ ਸਾਇਲੈਂਟ ਮੋਡ ਦੇ ਵਿੱਚ ਰਹਿ ਜਾਓ, ਕਰਨ ਦਿਓ ਜੋ ਕਰਦਾ ਉਹਦੇ ਨਾਲ, ਕਿਉਂਕਿ ਜਦੋਂ ਅਸੀਂ ਸਾਨੂੰ ਇਹ ਪਤਾ ਲੱਗ ਗਿਆ ਵੀ ਜੋ ਉਪਜਿਓ ਸੋ ਬਿਨਸ ਹੈ, ਠੀਕ ਹੈ ਨਾ। ਹੁਣ ਸਵਾਲ ਹੈਗਾ ਆ ਵੀ ਪਰੋ ਆਜ ਕਾਲ, ਠੀਕ ਹੈ ਨਾ, ਬਸ ਫਰਕ ਇੰਨਾ ਆ। ਹੁਣ ਉਹ ਜਿਹੜਾ ਪਰੋ ਆਜ ਆ ਵੀ ਅੱਜ ਆ, ਜੇ ਚਲੋ ਕੱਲ ਨੀ ਤਾਂ ਪਰਸੋਂ, ਹੁਣ ਪਰਸੋਂ ਦੀ ਖਾਤਰ ਕਾਹਤੇ ਪੰਗਾ ਲੈਣੇ ਤੁਸੀਂ, ਸਹੀ ਹੈ, ਗਰੰਟੀ ਆ ਨਾ ਪਰਸੋਂ ਦਾ ਆਖਰੀ ਦੇ ਰਿਹਾ ਨਾ, ਬੰਦਾ ਕਹਿੰਦਾ ਛੱਡਣਾ ਪੈਣਾ। ਹੁਣ ਤੁਸੀਂ ਕਿਰਾਏ ਤੇ ਬੈਠੇ ਘਰ ਦੇ ਵਿੱਚ, ਅਗਲਾ ਕਹਿੰਦਾ ਵੀ ਮੈਂ ਕਰਨਾ ਸਫਾਈ ਕਰਨੀ ਆ ਵੀ ਛੱਡ ਜਾਓ, ਹਨਾ। ਹੁਣ ਤੁਸੀਂ ਕਹਿੰਦੇ ਵੀ ਨਹੀਂ ਮੈਂ ਨੀ ਆਈ ਛੱਡਣਾ, ਉਹ ਕਹਿੰਦੇ ਵੀ ਪਰਸੋਂ ਦੀ ਤਾਂ ਡੇਟ ਆ ਤੇਰੀ, ਪਰਸੋਂ ਤਾਂ ਉਦਾਂ ਹੀ ਛੱਡਣਾ ਪੈਣਾ, ਸਹੀ ਹੈ, ਠੀਕ ਹੈ। ਫਿਰ ਬੰਦਾ ਕਹਿੰਦਾ ਕਾਹਨੂੰ ਕਲੇਸ਼ ਪਾਉਣਾ ਇੰਨੇ ਦੀ ਖਾਤਰ, ਜੇ ਬਸ ਫਿਰ ਉਹ ਤੁਹਾਨੂੰ ਜੋ ਨਿਕਲਣਾ ਆ ਜਾਣੀ ਨਾ। ਹੁਣ ਆਨੰਦਪੁਰ ਦੇ ਉੱਤੇ ਘੇਰਾ ਪਾ ਰਿਹਾ ਅਗਲਾ, ਉਹਨੂੰ ਲੱਗਦਾ ਵੀ ਇੱਕ ਵਾਰੀ ਇੱਥੋਂ ਛਡਾ ਲਵਾਂ ਮੈਂ ਇਹਨਾਂ ਦੇ ਕੋਲੋਂ। ਹੁਣ ਤੁਸੀਂ ਹੈਰਾਨੀ ਤਾਂ ਉਹੀ ਹੁੰਦੀ ਆ ਵੀ ਜਿਹੜੀ ਲੜਾਈ ਚਮਕੌਰ ਚ ਲੜੀ ਜਾਂਦੀ ਨਾ ਉਹ ਆਨੰਦਪੁਰ ਚ ਨੀ ਫੈਸਲਾ ਲੈਂਦੇ ਲੜਨੇ ਦਾ, ਠੀਕ ਹੈ, ਉੱਥੇ ਜਾ ਕੇ ਲੈਂਦੇ ਆ, ਬਿਲਕੁਲ। ਹੁਣ ਗੱਲ ਇਹ ਆ ਵੀ ਤੂੰ ਜੇ ਤੂੰ ਇੱਦਾਂ ਸੋਚਦਾ ਨਾ ਤੂੰ ਆ ਜਾ, ਕੋਈ ਗੱਲ ਨੀ। ਹੁਣ ਜਦੋਂ ਇਹ ਤੁਸੀਂ ਆਪਣੇ ਆਪ ਨੂੰ ਉੱਚਾ ਕਰਕੇ ਦੇਖਦੇ ਨਾ, ਕੁਛ ਕਰਨ ਦੇ ਲਈ ਦੇਖਦੇ ਆ, ਕਿਉਂਕਿ ਸਾਡੇ ਪ੍ਰਚਾਰਕਾਂ ਦੇ ਵਿੱਚ ਪ੍ਰੋਬਲਮ ਇਹ ਆ ਇਹਨਾਂ ਦੇ ਕੋਲ ਕਰਨ ਲਈ ਕੁਛ ਨਹੀਂ। ਜਦੋਂ ਨਾ ਜਿਹੜਾ ਗੁਰਬਾਣੀ ਦੇ ਵਿੱਚ ਇੱਕ ਨੁਕਤਾ ਬਹੁਤ ਵਧੀਆ ਆਇਆ ਜੀ, ਉਹਨੂੰ ਜੇ ਵਿਚਾਰਿਆ ਜਾਵੇ ਨਾ ਤੇ ਉਹ ਸਾਡੇ ਹਰ ਕੰਮ ਤੇ ਲਾਗੂ ਹੁੰਦਾ ਜਿਹੜਾ ਹੈਗਾ ਨਾ ਵੀ ਗਿਆਨ ਹੈ ਕਾਰਨ ਕਰਮ ਅਭਿਆਸ, ਠੀਕ ਆ। ਗਿਆਨ ਭਇਆ ਤੇ ਕਰਮ ਨਾਸ, ਜਿਹੜਾ ਕਰਮ ਹੈ ਨਾਸ ਆ ਨਾ ਉਹ ਨੀ ਹੋ ਰਿਹਾ ਸਾਡਾ, ਗਿਆਨ ਤੇ ਹੈ, ਉਹ ਤਾਂ ਕਰੀ ਜਾ ਰਹੇ ਅਸੀਂ। ਹੁਣ ਇੱਕ ਬੰਦਾ ਹਲ ਵਾਹੁੰਦਾ, ਜਿਹੜਾ ਉਹ ਕਰਮ ਅਭਿਆਸ ਕਰਦਾ ਹਲ ਵਾਹੁਣ ਦਾ, ਕਾਹਦੇ ਲਈ ਆ ਉਹ? ਖੇਤੀ ਵਾਸਤੇ ਆ, ਫਸਲ ਬੀਜਣ ਲਈ ਨਾ, ਠੀਕ ਹੈ ਨਾ। ਹਲ ਵਾਹ ਲਿਆ, ਜਦੋਂ ਖੇਤ ਦੇ ਵਿੱਚ ਉਹ ਚਲ ਗਿਆ, ਸਾਰਾ ਕੁਛ ਹੋ ਗਿਆ, ਘਾਹ ਮਰ ਗਿਆ, ਫਿਰ ਫਸਲ ਬੀਜੂਗਾ ਕਿ ਨਹੀਂ? ਬੀਜੂਗਾ। ਉਹ ਤੋਂ ਬਾਅਦ ਵੀ ਵਾਹੀ ਜਾਊਗਾ ਹਲ? ਨਾ, ਉਹ ਤੋਂ ਬਾਅਦ। ਬਸ ਇਹਨਾਂ ਜਿਹੜਾ ਪ੍ਰਚਾਰ ਆ ਨਾ, ਪ੍ਰਚਾਰ ਦੇ ਵਿੱਚੋਂ ਕੁਛ ਨਿਕਲਣਾ ਚਾਹੀਦਾ, ਠੀਕ ਹੈ, ਹੈ ਨਾ। ਹੁਣ ਜਦੋਂ ਢੱਡਰੀਆਂ ਵਾਲੇ ਨੂੰ ਪਤਾ ਆ ਵੀ ਮੇਰਾ ਟੀਚਾ ਜਿਹੜਾ ਮੇਰਾ ਕਰਮ ਅਭਿਆਸ ਆ, ਮੇਰਾ ਦੀਵਾਨ ਲਾਉਣ ਦਾ ਕਰਮ ਆ, ਹੈਨਾ, ਉਹਦੇ ਵਿੱਚੋਂ ਕੁਛ ਗਿਆਨ ਆ, ਮੈਂ ਕੁਛ ਗੱਲ ਦੱਸਣੀ ਲੋਕਾਂ ਨੂੰ, ਹੈਨਾ। ਉਹ ਗੱਲ ਉੱਥੇ ਪੰਡਾਲ ਲਾ ਕੇ ਦੀਵਾਨ ਦੇ ਰਾਹੀਂ ਦੱਸ ਸੁਣੀ ਆ, ਜਾਂ ਕਿਸੇ ਮੀਡੀਏ ਨੂੰ ਇੰਟਰਵਿਊ ਦੇ ਕੇ ਦੱਸ ਹੋ ਜਾਣੀ ਆ, ਸਹੀ ਹੈ,
ਠੀਕ ਹੈ ਨਾ। ਹੁਣ ਉਹ ਜਿਹੜਾ ਜੋ ਸਿੱਟਾ ਆ ਉਹ ਜਦੋਂ ਜਿਹੜੀ ਗੱਲ ਕਹਿਣੀ ਹੁੰਦੀ ਆ ਉਹ ਗੱਲ ਤਾਂ ਜਦੋਂ ਇਹ ਜਾ ਕੇ ਨਾ ਦੀਵਾਨ ਕੈਂਸਲ ਕਰਾਉਣ ਦੀ ਧਮਕੀ ਦਿੰਦੇ ਆ ਉਨੇ ਚ ਗੱਲ ਹੋ ਜਾਂਦੀ, ਜੇ ਇੰਟਰਵਿਊ ਨਾ ਵੀ ਦੇਣ ਉਹ ਹੈ ਨਾ। ਜੇ ਇਹ ਸਮਝ ਆ ਗਈ ਭਈ ਜਿਹੜਾ ਕਰਮ ਅਭਿਆਸ ਆ ਮੇਰਾ ਉਹ ਇਸ ਗਿਆਨ ਇਸ ਪ੍ਰਚਾਰ ਦੇ ਲਈ ਆ, ਪ੍ਰਚਾਰ ਤਾਂ ਹੋ ਗਿਆ ਜਿਹੜੀ ਖਾਤਰ ਉੱਥੇ ਜਾਣਾ ਸੀ ਉਹ ਤਾਂ ਹੋ ਗਿਆ। ਫੇਸਬੁੱਕ ਤੇ ਗੱਲਾਂ ਹੋ ਗਈਆਂ, ਲੋਕਾਂ ਨੂੰ ਪਤਾ ਲੱਗ ਗਿਆ, ਉੱਥੇ ਇਹੀ ਸਾਬਤ ਹੋਣਾ ਸੀ ਨਾ ਵੀ ਧੱਕਾ ਕਰਦੇ ਆ ਇਹ, ਹੈ ਨਾ। ਉਹ ਤਾਂ ਹੋ ਗਿਆ ਸਾਬਤ, ਬਸ ਫਿਰ ਕਰਮ ਦਾ ਕੀ ਫਾਇਦਾ ਰਹਿ ਗਿਆ ਤੁਹਾਡੇ ਦਾ। ਪਰ ਇਹਨਾਂ ਦਾ ਜਿਹੜਾ ਕਰਮ ਆ ਨਾ ਉਹ ਇੱਦਾਂ ਆ ਵੀ ਜਿੱਦਾਂ ਹਲ ਵਾਹੁਣੇ ਵਾਲਾ ਬੰਦਾ ਜਿਹੜਾ ਨਾ ਉਹ ਕਹਿੰਦਾ ਵੀ ਜੇ ਇੱਥੇ ਫਸਲ ਬੀਜ ਦਿੱਤੀ ਫਿਰ ਮੈਂ ਕੀ ਕਰੂੰਗਾ, ਮੇਰੇ ਕੋਲ ਤਾਂ ਹੋਰ ਕਰਨੇ ਨੂੰ ਕੁਛ ਨਹੀਂ। ਹਾਂਜੀ ਹਾਲੀ ਵਹੀ ਜਾਂਦੇ ਆ ਉਹ। ਹੁਣ ਇਹ ਕਹਿੰਦੇ ਵੀ ਸਾਡੇ ਕੋਲ ਸਟੇਜ ਤੇ ਬੋਲਣ ਤੋਂ ਬਿਨਾਂ ਸਾਡੇ ਕੋਲ ਕੀ ਆ ਹੋਰ, ਨਹੀਂ ਸਹੀ ਹੈ ਬਿਲਕੁਲ, ਅਸੀਂ ਕਰਾਂਗੇ ਕੀ ਹੋਰ ਬਿਲਕੁਲ, ਹੈ ਨਾ। ਇਹ ਥੋੜੀ ਦੇਖਦੇ ਆਪੇ, ਹੁਣ ਹੁਣ ਤਾਂ ਆਹ ਗੱਲ ਤਾਂ ਹੋ ਚੁੱਕੀ ਆ, ਜੇ ਇਹਦੇ ਨਾਲ ਨਹੀਂ ਸਮਝ ਆਈ ਨਾ ਹੁਣ ਨਹੀਂ ਆਉਣੀ, ਬਸ ਰਹਿਣ ਦਿਓ ਛੱਡੋ। ਸਹੀ ਹੈ ਠੀਕ ਹੈ, ਫਿਰ ਬੰਦਾ ਕਹਿੰਦਾ ਨਹੀਂ ਗਾਹਾਂ ਚਲੀਏ ਆਪਾਂ, ਬਸ ਉਹ ਜਦੋਂ ਉਹ ਨੁਕਤਾ ਇੰਨਾ ਵਧੀਆ ਹੈ ਨਾ ਜੇ ਕਿਤੇ ਲਾ ਲਈਏ ਅਸੀਂ ਆਪਣੀ ਜ਼ਿੰਦਗੀ ਦੇ ਹਰ ਕੰਮ ਦੇ ਉੱਤੇ, ਤੁਹਾਡੀ ਕ੍ਰੀਏਟਿਵਿਟੀ ਜਿਹੜੀ ਆ ਉਹ ਇੰਨੀ ਬੁਲੰਦੀ ਨੂੰ ਛੂੰਹਦੀ ਆ ਜਾਣੀ। ਹਾਂਜੀ ਠੀਕ ਹੈ, ਤੁਹਾਡੇ ਕ੍ਰੀਏਟਿਵ ਹੋਣ ਨੂੰ ਕੋਈ ਨਾ ਤਾਂ ਫਿਰ ਨਿਰਾਸ਼ਾ ਆਉਂਦੀ ਆ ਤੁਹਾਡੇ ਚ, ਹਾਂਜੀ ਠੀਕ ਹੈ, ਨਾ ਕਦੇ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਂਦੇ ਆ, ਨਾ ਕੋਈ ਡਰ ਆਉਂਦਾ ਤੁਹਾਨੂੰ। ਜਿਹੜੇ ਡਰ ਆ ਨਾ ਉਹ ਕਾਬੂ, ਕ੍ਰੀਏਟਿਵਿਟੀ ਡਰ ਨੂੰ ਕਾਬੂ ਕਰਨ ਦੇ ਲਈ ਤੁਹਾਡੀ ਮਦਦ ਕਰਦੀ ਆ, ਕਿਉਂਕਿ ਉਹਦੇ ਕ੍ਰੀਏਟਿਵ ਹੋਣ ਨਾਲ ਤੁਹਾਡੇ ਕੋਲ ਇੰਨੇ ਜਿਹੜੇ ਨਾ ਫਰੰਟ ਖੁੱਲ ਜਾਂਦੇ ਆ, ਇੰਨੇ ਕੁ ਤੁਹਾਡੇ ਕੋਲ ਆਪਸ਼ਨਾਂ ਹੁੰਦੀਆਂ, ਹੈ ਨਾ, ਵੀ ਜੇ ਇੱਥੇ ਰੁਕਾਵਟ ਪਈ ਤੇ ਮੈਂ ਆਹ ਕਰ ਲੈਣਾ, ਜੇ ਇੱਥੇ ਪਈ ਆਹ ਕਰ ਲੈਣਾ, ਜੇ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਇੱਧਰੋਂ ਚੱਲ ਜਾਣਾ, ਜੋ ਕਈ ਰਾਹ ਹੁੰਦੇ ਆ ਫਿਰ ਥੋੜੀ ਕੋਰਟ ਚ ਨਹੀਂ ਪਹੁੰਚ ਸਕਦਾ ਤੁਹਾਨੂੰ। ਜਿਹਦੇ ਬਾਰੇ ਹੁਣ ਤੁਸੀਂ ਕਬੱਡੀ ਦਾ ਮੈਚ ਆ ਦੇਖੋ, ਭਈ ਜਿਹਦੇ ਨਾਲ ਸਟੋਪਰ ਹਰੇਕ ਰੇਡ ਨੂੰ ਦੇਖਿਓ, ਹੈਨਾ, ਜਿੱਥੇ ਸਟੋਪਰ ਨੂੰ ਇਹ ਪਤਾ ਹੁੰਦਾ ਨਾ ਭਈ ਹੁਣ ਇਹ ਜਿਹੜਾ ਬੰਦਾ ਆ ਮੇਰੇ ਤੋਂ ਖੜਾ ਵੀ 5 ਮੀਟਰ ਦੂਰ ਆ, ਹੈਨਾ, ਤੇ ਮੇਰੇ ਦੋਹੇ ਪਾਸੇ ਦੂਰ ਦੂਰ ਤੱਕ ਜਗ੍ਹਾ ਆ, ਹੈਨਾ। ਹੁਣ ਜੇ ਮੈਂ ਇੱਦਾਂ ਪੂਰੀ ਕੋਸ਼ਿਸ਼ ਵੀ ਕੀਤੀ ਨਾ ਮੈਂ ਤੋਂ ਰੋਕਿਆ ਨਹੀਂ ਜਾਣਾ, ਉੱਥੇ ਆਰਾਮ ਨਾਲ ਖੜ ਜਾਂਦਾ, ਠੀਕ, ਹੈਨਾ। ਜਦੋਂ ਪਤਾ ਆ ਭਈ ਇਹਦੇ ਕੋਲ ਆਪਸ਼ਨਾਂ ਬਹੁਤ ਆ ਭੱਜਣ ਦੀਆਂ, ਫਿਰ ਕਾਹਤੇ ਸਾਥ ਕਰਾਵੇ ਅਗਲਾ, ਕਿਉਂਕਿ ਉੱਥੇ ਜਿੰਨਾ ਸਟੋਪਰ ਉਹਨੂੰ ਭੱਜ ਭੱਜ ਕੇ ਰੋਕਣ ਦੀ ਕੋਸ਼ਿਸ਼ ਕਰੂਗਾ ਨਾ ਉਨੇ ਰੇਡਰ ਨੇ ਪਰੇ ਜਾ ਕੇ ਮੱਗੇ ਜ਼ਿਆਦਾ ਮਾਰਨੇ, ਥਾਪੀਆਂ ਮਾਰਨੀਆਂ, ਸਹੀ ਹੈ, ਠੀਕ ਹੈ। ਤੇ ਉਹ ਅਗਲਾ ਉਹ ਜਿਹੜਾ ਜਿਹੜੀ ਲੋਕਾਂ ਦੀ ਹਮਦਰਦੀ ਬਣਨੀ ਉਹਦੇ ਨਾਲ ਉਹਨੂੰ ਮਾਰਨ ਲਈ ਅਗਲਾ ਖੜ ਜਾਂਦਾ ਆਰਾਮ। ਹਾਂਜੀ, ਉਹ ਕਹਿੰਦਾ ਬਸ ਜਾ ਤੂੰ, ਕੋਈ ਨਹੀਂ। ਕਦੇ ਵੀ ਤੁਸੀਂ ਦੇਖ ਲਿਓ ਜਦੋਂ ਸਟੋਪਰ ਖੜ ਜਾਵੇ ਉਦੋਂ ਰੇਡਰ ਭੱਜ ਕੇ ਜਾਂਦਾ, ਨਾ ਲੋਕ ਬਹੁਤ ਜ਼ਿਆਦਾ ਤਾੜੀਆਂ ਮਾਰਨਗੇ, ਨਾ ਉਹਦੀ ਬੱਲੇ ਬੱਲੇ ਹੋਊਗੀ, ਹੈਨਾ। ਜਿੰਨਾ ਜਿੰਨਾ ਉਹ ਹੁਣ ਅਗਲਾ ਰੋਕਣ ਦੀ ਕੋਸ਼ਿਸ਼ ਉਦੋਂ ਕਰੂਗਾ ਜਿਹੜਾ ਸਿਆਣਾ ਸਟੋਪਰ ਆ, ਜਦੋਂ ਉਹਨੂੰ ਪਤਾ ਵੀ ਰੋਕਿਆ ਜਾ ਸਕਣਾ, ਜਦੋਂ ਬਿਯੋਂਡ ਹੋ ਗਿਆ ਉਤੋਂ ਅਗਲੇ ਕਹਿੰਦੇ ਰਹਿਣ ਦੀ ਬਸ ਕੋਈ ਗੱਲ। ਸਾਰਿਆਂ ਵਾਸਤੇ ਆਕਰਸ਼ਣ ਦਾ ਕਾਰਨ ਵੀ ਉਦੋਂ ਹੀ ਬਣਦਾ, ਸਿਆਣੀਆਂ ਕੌਮਾਂ ਜਿਹੜੀਆਂ ਆ ਨਾ ਉਹ ਇੱਦਾਂ ਫੈਸ, ਜਿੱਦਣ ਨਾ ਅਮਰੀਕਾ ਨੇ ਦੂਜਾ ਬੰਬ ਸਿੱਟਿਆ ਨਾਗਾਸਾਕੀ ਦੇ ਉੱਤੇ ਸੈਕੰਡ ਵਰਲਡ ਵਾਰ ਦੇ ਵਿੱਚ, ਜਿਹੜੀ ਨਾ ਜਪਾਨ ਦੀ ਫੌਜ ਆ ਸਾਰੀ ਦੀ ਸਾਰੀ ਫੌਜ ਤਿਆਰ ਸੀ ਵੀ ਨਹੀਂ ਆਪਾਂ ਲੜਨੇ, ਉਹ ਕਹਿੰਦੇ ਹੈ ਨਹੀਂ ਉਹਨਾਂ ਦੇ ਕੋਲ ਕੱਖ ਨਹੀਂ ਹੈਗਾ, ਨਹੀਂ ਤਾਂ 5 ਸਾਲ ਵੇਟ ਨਾ ਕਰਦੇ ਉਹ, ਠੀਕ ਆ। ਵੀ ਦੋਏ ਸੀ ਉਹਨਾਂ ਕੋਲ ਜਿਹੜੇ ਲੜਾਈ ਦੇ ਮਾਰ ਆ, ਉਹ ਵੀ ਜਾਣਦੇ ਸੀ ਨਾ, ਉਹ ਕਹਿੰਦੇ ਜੇ ਇੱਦਾਂ ਹੁੰਦੀ ਜ਼ਿਆਦਾ ਹੁੰਦੇ ਇੰਨਾ ਨੁਕਸਾਨ ਥੋੜਾ ਕਰਾਉਣਾ ਸੀ ਉਹਨਾਂ ਨੇ, ਹਿਟਲਰ ਨੇ ਨੱਕ ਜਿੱਦਾਂ ਮਰਦੇ ਹੀ ਰੱਖਿਆ ਉਹਨਾਂ ਦੇ, ਵੀ ਤੋਂ ਪਹਿਲਾਂ ਕਰ ਦੇਣਾ ਸੀ ਉਹਨਾਂ ਨੇ, ਠੀਕ ਆ। ਇਹ ਡਰਾਉਣ ਲਈ ਰੱਖਿਓ ਸੀ ਉਹਨੇ ਭਈ ਨਹੀਂ, ਪਰ ਉਹ ਨਹੀਂ, ਜਿਹੜਾ ਆਗੂ ਸੀ ਨਾ ਉਹ ਕਹਿੰਦਾ ਠੀਕ ਹੈ ਤੁਹਾਡੀ ਗੱਲ, 99%
ਸੱਚ ਹੋ ਸਕਦੀ ਆ, ਪਰ ਜੇ 1% ਚਾਂਸ ਜੇ ਇੱਕ ਹੋਰ ਹੋਇਆ ਮੈਂ ਹੋਰ ਨੁਕਸਾਨ ਨਹੀਂ ਕਰਾਉਣਾ। ਠੀਕ ਆ, ਹੁਣ ਜਿਹੜਾ ਉਹ ਫੈਸਲਾ ਆਇਆ ਜਾਣੀ, ਜਿਹੜਾ ਸੋਚਣਾ ਜਦੋਂ ਦੇਖਦਾ ਬੰਦਾ ਵੀ ਨਹੀਂ ਕੋਈ ਗੱਲ ਨੀ। ਠੀਕ ਆ, ਹੁਣ 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 ਕਿਤੇ ਇੱਦਾਂ ਥੋੜਾ ਜਿਹਾ ਜਪਾਨ ਨੀਵਾਂ ਡਿੱਗ ਪਿਆ, ਉਹ ਜੋ ਕੁਛ ਹੋ ਰਿਹਾ ਸੀ, ਕਿਉਂਕਿ ਜਿਹੜੀ ਫੌਜ ਆ ਉਹਨਾਂ ਨੂੰ ਰਸ ਉਹਦੇ ਵਿੱਚੋਂ ਆ ਰਿਹਾ ਸੀ, ਅਤਿਆਚਾਰ ਕਰਕੇ ਲੋਕ ਬਹੁਤ ਵਹਿਸ਼ੀਪੁਣਾ ਜਿਹੜਾ ਨਾ, ਹੱਦ ਦਾ ਵਹਿਸ਼ੀਪੁਣਾ ਜਪਾਨ ਦੀ ਫੌਜ ਨੇ, ਈਵਨ ਸੈਕਿੰਡ ਵਰਲਡ ਵਾਰ ਦੇ ਵਿੱਚ ਵੀ ਚੀਨ ਵਰਗੇ ਜਣੀ ਐਡੀ ਐਡੀ ਲੜਾਕੀ ਕੌਮ ਆ, ਉਹਨਾਂ ਨੂੰ ਵੀ ਲੋਕਾਂ ਨੂੰ ਜਿੰਦੇ ਗੱਡਿਆ ਉਹਨਾਂ ਨੇ ਉਸ ਵੇਲੇ। ਘੱਟ ਤਾਂ ਇਹਨਾਂ ਨੇ ਵੀ ਨਹੀਂ ਕੀਤੀ, ਚੀਨ ਵਾਲਿਆਂ ਨੇ ਵੀ ਉਦਾਂ, ਪਰ ਉਹ ਬੰਦੇ ਇਹਨਾਂ ਤੇ ਵੀ ਅਤਿਆਚਾਰ ਕਰ ਰਹੇ ਸੀ ਬੰਦੇ, ਇੰਨੇ ਇੰਨੇ ਲੜਾਕੇ ਸੀ ਉਹ। ਠੀਕ ਆ, ਹੁਣ ਉਹ ਪਰ ਜਦੋਂ ਇੱਕ ਵਾਰੀ ਅਗਲੇ ਨੇ ਫੈਸਲਾ ਕਰ ਲਿਆ ਜਾਣੀ, ਠੀਕ ਹੈ, ਉਹ ਕਹਿੰਦਾ ਨਹੀਂ ਹੋਰ ਨਹੀਂ। ਠੀਕ ਆ, ਹੁਣ ਇੱਦਾਂ ਦੇ ਜਿਹੜੇ ਤੁਹਾਡੇ ਫੈਸਲੇ ਆ ਨਾ, ਜਦੋਂ ਤੁਹਾਡੇ ਫੈਸਲੇ ਦੇ ਨਾਲ ਹੋਰ ਕਈਆਂ ਨੇ ਪ੍ਰਭਾਵਿਤ ਹੋਣਾ ਹੈ, ਤੇ ਫਿਰ ਤੁਹਾਨੂੰ ਸੋਚ ਸਮਝ ਕੇ ਕਰਨਾ ਪੈਣਾ, ਉਹਦੀ ਕੀਮਤ ਤਾਰਨੀ ਪੈਣੀ ਆ। ਕਿਉਂਕਿ ਅੱਜ ਜਿਹੜੇ ਚੰਗੇਜ਼ ਖਾਂ ਹੋਣਾ ਦੇ ਹੋਏ ਉਹ ਫੈਸਲੇ ਆ, ਅੱਜ ਇਤਿਹਾਸ ਦੇ ਵਿੱਚ ਪੜ੍ਹਾਏ ਜਾਂਦੇ ਆ। ਮੈਂ ਦੱਸਦਾ ਉਹ ਵੀਰ ਇੱਕ ਕਿਤਾਬ ਲੈ ਕੇ ਆ ਗਿਆ, ਵਰਸਟ ਕਿਡਸ। ਹਾਂਜੀ, ਦੱਸਿਆ ਜੀ ਤੁਸੀਂ। ਹਾਂਜੀ, ਠੀਕ ਹੈ, ਉਹ ਜਾਣੀ ਜਿਹੜੇ ਬੁਰੇ ਨਿਆਣੇ, ਭੈੜੇ ਨਿਆਣੇ ਆ ਜਿਹੜੇ, ਉਹਨਾਂ ਚ ਚੰਗੇਜ਼ ਖਾਂ ਦਾ ਨਾਮ ਸੀ। ਹਜ਼ਾਰ ਸਾਲ ਨੇੜੇ ਤੇੜੇ 800-900 ਸਾਲ ਬੀਤ ਗਿਆ ਉਹਨੂੰ ਜਾਣੀ। ਤੁਸੀਂ ਬਸ ਇੱਦਾਂ ਨੀ ਇਤਿਹਾਸ ਤੋਂ ਇੱਦਾਂ ਲੁਕਣਾ ਨੀ। ਅੱਜ ਜਿਹੜੀਆਂ ਗੱਲਾਂ, ਅੱਜ ਦੀਆਂ ਤਾਂ ਰਿਕਾਰਡਿੰਗ ਪਈਆਂ, ਵੀਡੀਓ ਪਈਆਂ, ਉਦੋਂ ਉਦੋਂ ਤਾਂ ਪੇਪਰ ਵੀ ਹੈ ਨੀ ਸੀ, ਲੋਕਾਂ ਪ੍ਰਿੰਟਿੰਗ ਪ੍ਰੈਸ ਹੈ ਨੀ ਸੀ। ਜੇ ਉਹ ਗੱਲਾਂ ਪਈਆਂ ਆ, ਅੱਜ ਦੀ ਤਾਂ ਰਿਕਾਰਡਿੰਗ ਪਈ ਆ, ਇਹ ਕਿੱਥੇ ਚੱਲ ਜਾਣੀ ਆ? ਬਿਲਕੁਲ ਠੀਕ ਹੈ, ਇਹ ਤਾਂ ਪੀੜ੍ਹੀ ਦਰ ਪੀੜ੍ਹੀ ਜਾਣੀ, ਜਦੋਂ ਕਿੰਨੀ ਛੇਤੀ ਜਾਣੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਉਹਨਾਂ ਨੇ ਐਨਾਲਾਈਜ਼ ਕਰਨਾ ਕਿ ਕਿਉਂ ਡੁੱਬੇ ਹਾਂ ਅਸੀਂ, ਕਿਉਂ ਗਰਕੇ, ਕਿਉਂ ਪਛੜ ਗਏ। ਆਉਣ ਵਾਲੀਆਂ ਪੀੜ੍ਹੀਆਂ ਦਾ ਨਸਲਾਂ ਤਾਂ ਪੁੱਛਣਗੀਆਂ ਨਾ ਸਾਡੀਆਂ। ਬਿਲਕੁਲ ਠੀਕ ਹੈ, ਜਾਣੀ 6-7 ਸਾਲ ਦੀ ਉਮਰ ਚ ਨਾ, ਇਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਘਰੋਂ ਕੁਛ ਵੀ ਨੀ ਦੱਸਦੇ, ਤੇ 6 ਸਾਲ ਦੀ ਉਮਰ ਚ ਜਾ ਕੇ ਬੱਚੇ ਦੇ ਅੰਦਰ ਜਿਹੜੀ ਸਕੂਲ ਦੀ ਪੜ੍ਹਾਈ ਦੇ ਵਿੱਚੋਂ ਇਹ ਤੜਫ ਜਾਗਦੀ ਵੀ ਮੇਰਾ ਪਿੱਛਾ ਕੀ ਆ, ਵੀ ਦਾਦੇ ਨਾਨੇ ਮਾਮੇ ਚਾਚ ਕੌਣ ਕੌਣ ਆ ਮੇਰੇ। ਠੀਕ ਹੈ, ਉਹ ਸਕੂਲ ਚ ਮੈਂ ਹੈਰਾਨ ਆ ਵੀ ਗ੍ਰਾਂਡ ਪੇਰੈਂਟਸ ਡੇ ਜਿਹੜਾ ਸਾਲ ਦੇ ਵਿੱਚ ਬੱਚਿਆਂ ਨੂੰ ਸੈਲੀਬ੍ਰੇਟ ਕਰਾਉਂਦੇ ਆ, ਉੱਥੇ ਸਾਰੇ ਬੱਚਿਆਂ ਨੇ ਆਪਣੇ ਦਾਦੇ ਦਾਦੀ ਨਾਨੇ ਨਾਨੀ ਨੂੰ ਲੈ ਕੇ ਜਾਣਾ ਹੁੰਦਾ ਸਕੂਲੇ, ਕੁਛ ਆਉਂਦਾ ਪਤਾ ਉਹਨਾਂ ਨੂੰ ਨਹੀਂ ਪਤਾ, ਬੜੇ ਚਾਹ ਦੇ ਨਾਲ ਨਿਆਣੇ ਉਹਨਾਂ ਨੂੰ ਦਿਖਾਉਂਦੇ ਆ, ਫੋਟੋ ਖਿਚਾਉਂਦੇ ਆ ਨਾਲ। ਠੀਕ ਆ, ਉਹ ਜਿਹੜਾ ਪਿੱਛਾ ਲੱਭਣਾ ਆ ਨਾ, ਉਹ ਜਦੋਂ ਜਦੋਂ ਉਹਨਾਂ ਉਹਨਾਂ ਬੱਚਿਆਂ ਨੇ ਦੇਖਣਾ ਵੀ ਜਿਹੜੇ ਬਾਕੀ ਆ ਇਹਨਾਂ ਦੇ ਕੋਲ ਸਾਰਾ ਕੁਛ ਆਪਣਾ। ਹੁਣ ਜਦੋਂ ਮੈਂ ਆਪਣੀ ਭਾਸ਼ਾ ਬਾਰੇ ਗੱਲ ਦੱਸਦਾ, ਲਾਇਬ੍ਰੇਰੀ ਚ ਇੱਕ ਵੀ ਕਿਤਾਬ ਹੈ ਨੀ ਮੇਰੀ ਭਾਸ਼ਾ ਦੇ ਵਿੱਚ, ਮੈਨੂੰ ਇਹਨਾਂ ਦੀ ਭਾਸ਼ਾ ਚ ਗੱਲ ਕਰਨੀ ਪੈ ਰਹੀ ਆ। ਮੈਨੂੰ ਅਗਲਾ ਅਗਲਾ ਸਿਸਟਮ ਕਹਿ ਰਿਹਾ, ਸਟੇਟ ਕਹਿ ਰਹੀ ਆ ਵੀ ਤੂੰ ਮਾਣ ਕਰ ਆਪਣੀ ਭਾਸ਼ਾ ਦੇ ਉੱਤੇ, ਤੇ ਕੀ ਕਰਾਂ ਮੈਂ, ਕੀ ਦੱਸਾਂ ਮੈਂ? ਸਾਰੇ ਸਾਈਨ ਬੋਰਡ ਇਹਨਾਂ ਦੀ ਭਾਸ਼ਾ ਚ ਲਿਖੇ ਹੋਆ, ਮੈਂ ਦੱਸ ਰਿਹਾ ਮਾਣ ਦੇ ਨਾਲ, ਮੇਰਾ ਉਹ ਮੁਲਕ ਹੈ, ਉੱਥੋਂ ਆ ਕੇ ਇੱਥੇ ਕਿਉਂ ਰਹਿਣਾ ਮੈਂ? ਇਹਨਾਂ ਲੋਕਾਂ ਨੂੰ ਨਹੀਂ ਜਾਣਾ ਪੈ ਰਿਹਾ, ਉਹ ਸਿੱਧੀ ਗੱਲ ਉਹਦੇ ਦਿਮਾਗ ਬਸ। ਔਰ ਜਦੋਂ ਜਦੋਂ ਉਹਨਾਂ ਦੇ ਵਿੱਚੋਂ ਕਿਤੇ ਲੱਖਾਂ ਦੇ ਵਿੱਚੋਂ ਇੱਕ ਨਿਆਣੇ ਦੇ ਅੰਦਰ ਆ ਗਈ ਨਾ ਇਹ, ਵੀ ਮੈਂ ਹੁਣ ਮੰਨ ਲਓ ਬੱਚਾ ਜਰਨਲਿਸਟ ਬਣ ਗਿਆ, ਕਿਸੇ ਟੀਵੀ ਚੈਨਲ ਦੇ ਉੱਤੇ ਬਹਿ ਗਿਆ, ਉਹਦੇ ਅੰਦਰ ਆ ਗਈ ਵੀ ਮੈਂ ਖੋਜ ਕਰਾਂ ਹੋਇਆ ਕੀ ਆ, ਮੈਂ ਦੁਨੀਆਂ ਦੇ ਸਾਹਮਣੇ ਰੱਖਣਾ ਵੀ ਕਿੰਨ ਕਿੰਨ ਧੱਕਾ ਕੀਤਾ ਸਾਡੇ ਨਾਲ, ਉਹ ਲੱਭਣ ਲੱਗੇ ਨੇ ਜਦੋਂ, ਜਿਹੜੀਆਂ ਕਹਾਣੀਆਂ ਅਸੀਂ ਗੁਰਦੁਆਰਿਆਂ 'ਚ ਸੁਣਾਈਆਂ ਹੋਣੀਆਂ ਉਹ ਹੋਰ ਹੋਣੀਆਂ, ਜਿਹੜੀਆਂ ਬਚਪਨ ਤੋਂ ਉਹਦੇ ਅੰਦਰ ਬਾੜੀਆਂ ਸੀ ਉਹ ਹੋਰ ਹੋਣੀਆਂ, ਜਦੋਂ ਹੁਣ ਤੱਥ ਲੱਭਣੇ ਆ ਹੁਣ ਕਹਿਣਾ ਨਹੀਂ ਯਾਰ, ਤੁਸੀਂ ਜਿਹੜੀਆਂ ਗੱਲਾਂ ਕਹਿੰਦੇ ਆ ਫੈਸਲੇ ਕਿੱਥੇ ਗਏ ਤੁਹਾਡੇ ਆਗੂਆਂ ਦੇ, ਬਿਲਕੁਲ ਡਿਫਰੈਂਟ ਹੋਣੀਆਂ। ਧੱਕਾ ਮੇਰੇ ਨਾਲ ਇੱਦਾਂ ਨਹੀਂ, ਉਹਨੇ ਨਹੀਂ ਕੀਤਾ ਧੱਕਾ, ਮੇਰੇ ਵੱਡੇ ਵਡੇਰਿਆਂ ਨੇ ਕੀਤਾ ਧੱਕਾ, ਤੁਹਾਡੀ ਬਦੌਲਤ ਮੈਂ ਕਰਕੇ ਆ ਜਾਣੀ। ਠੀਕ ਆ, ਜਵਾਬ ਦੇਣੇ ਪੈਣੇ ਆ ਭਾਈ, ਬੇਨਤੀ ਆ
ਅੱਜ ਨਹੀਂ ਤਾਂ ਕੱਲ ਲੇਖਾ ਜੋਖਾ ਜਿਹੜਾ ਆ, ਲੇਖਾ ਰੱਬ ਨੇ ਧਰਮਰਾਜ ਨੇ ਨਹੀਂ ਕਰਨਾ, ਆ ਲੇਖਾ ਆ, ਆਹ ਲੇਖਾ ਆ ਜਿਹੜਾ ਜਿਹੜਾ ਸਾਡੇ ਅੰਦਰ ਸਾਡੀ ਜ਼ਮੀਰ ਦੀ ਆਵਾਜ਼ ਨੇ, ਜੇ ਅਸੀਂ ਚਾਹੁੰਦੇ ਹਾਂ ਉਹ ਤੋਂ ਸੁਰਖਰੂ ਹੋਈਏ, ਮੁਕਤ ਹੋਈਏ, ਅਤੇ ਖਿਆਲ ਰੱਖਿਓ ਅਸੀਂ ਆਪਣੇ ਆਪ ਨਾਲ ਇਮਾਨਦਾਰ ਹੋ ਜਾਈਏ, ਆਪਣੇ ਆਪ ਨੂੰ ਧੋਖਾ ਦੇਣਾ ਬੰਦ ਕਰ ਦਈਏ, ਅੱਜ ਨਹੀਂ ਤਾਂ ਕੱਲ੍ਹ ਸਾਰਾ ਸੱਚ ਜਿਹੜਾ ਸਾਹਮਣੇ ਆਉਣਾ, ਕੁਛ ਵੀ ਹੋ ਜਾਏ, ਸਾਰੀ ਦੁਨੀਆ ਇੱਕ ਪਾਸੇ ਖੜ੍ਹੀ ਹੋਵੇ, ਪਰ ਸਮਾਂ ਜਿਹੜਾ ਆ ਉਹ ਤੁਹਾਡੇ ਹੱਕ ਦੇ ਵਿੱਚ ਗਵਾਈ ਦਊਗਾ ਵੀ ਜੋ ਮਰਜ਼ੀ ਸੀਗਾ, ਹਾਲਾਤ ਵੀ ਖਰਾਬ ਸੀਗੇ, ਦੁਨੀਆ ਵੀ ਸਾਰੀ ਇੱਕ ਪਾਸੇ ਸੀ, ਕੋਈ ਇੱਦਾਂ ਦਾ ਸਾਧਨ ਹੈ ਨਹੀਂ ਸੀ, ਫਿਰ ਵੀ ਦ੍ਰਿੜਤਾ ਜਿਹੜੀ ਆ ਨਾ ਅੰਦਰਲੀ ਇਮਾਨਦਾਰੀ ਜਿਹੜੀ ਆ, ਇਸ ਬੰਦੇ ਦੇ ਅੰਦਰ ਇਸ ਗੱਲੋਂ ਸੱਚ ਸੀ, ਸਵਾਰਥ ਨਹੀਂ ਸੀਗਾ, ਲਾਹਾ ਨਹੀਂ ਲਿਆ ਕਿਤੇ, ਆਪਣੀ ਆਪਣੇ 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 ਹਿੱਤ ਦੇ ਲਈ ਕੋਈ ਇੱਦਾਂ ਦਾ ਫੈਸਲਾ ਨਹੀਂ ਲਿਆ ਜਦੋਂ, ਪਰ ਜਦੋਂ 78 ਵਰਗੀਆਂ ਘਟਨਾਵਾਂ, 84 ਵਰਗੀਆਂ ਘਟਨਾਵਾਂ, ਉਦੋਂ ਇਹਨਾਂ ਦਾ ਅੱਜ ਜਦੋਂ 78-84 ਦੀ ਗੱਲ ਕਰਦੇ ਕੀ ਕਾਰਨ ਆ ਵੀ ਸਵੇਗ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਸੁਖਦੇਵ ਸਿੰਘ ਬੱਬਰ, ਮਾਲ ਸਿੰਘ ਬੱਬਰ, ਇਹ ਬਾਕੀ ਬਿੱਟੂ ਹੋਈ ਜਿੰਨੇ ਲੀਡਰ ਆ ਉਸ ਵੇਲੇ ਦੇ, ਇਹਨਾਂ ਦੇ ਨਿਆਣਿਆਂ ਨੂੰ ਆਂਚ ਕਿਉਂ ਨਹੀਂ ਆਈ? ਕਿਉਂ ਕੋਨਵੈਂਟ ਸਕੂਲਾਂ 'ਚ ਪੜ੍ਹ ਪੜ੍ਹ ਕੇ ਦੁਨੀਆਂ ਦੇ ਬਾਹਰਲੇ ਮੁਲਕਾਂ 'ਚ ਐਡੇ ਐਡੇ ਬਿਜ਼ਨਸ? ਇੰਦਰਾ ਗਾਂਧੀ ਦਾ ਮੁੰਡਾ ਜੇ ਮਰੂਤੀ ਕਾਰ ਦੀ ਏਜੰਸੀ ਲੈ ਕੇ, ਮਸਕੀਨ ਦਾ ਨਿਆਣਾ ਜੇ ਮਰੂਤੀ ਦੀ ਏਜੰਸੀ ਲੈ ਕੇ ਉਹ ਬੈਠਾ ਆ, ਉਹ ਤਾਂ ਸਮਝ ਪੈਂਦੀ ਆ। ਪਰ ਜਿਹੜੇ ਸੰਘਰਸ਼ੀਲ ਆ, ਜਿਹੜੇ ਇਨਕਲਾਬੀ ਆ, ਜਿਹੜੇ ਬਗਾਵਤ ਕਰਕੇ ਬੈਠੇ ਸੀ, ਜਿਹੜੇ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਸੀ, ਜਿਨ੍ਹਾਂ ਦੇ ਨਾਂ ਦੇ ਉੱਤੇ ਲੱਖਾਂ ਕਤਲ ਹੋ ਗਏ, ਜੇ ਉਹਨਾਂ ਦੇ ਨਿਆਣੇ ਵੀ ਇੱਦਾਂ ਵੱਡੀਆਂ ਵੱਡੀਆਂ ਏਜੰਸੀਆਂ ਲੈ ਕੇ, ਫਾਈਨੈਂਸ ਏਜੰਸੀਆਂ ਖੋਲ੍ਹ ਕੇ ਬੈਠੇ ਆ, ਫਿਰ ਤਾਂ ਸ਼ੱਕ ਦੀ ਸੂਈ ਜਾਣੀ ਆ ਨਾ ਭਾਈ। ਅਸੀਂ ਸਾਨੂੰ ਦਬਾ ਲਉਂਗੇ, ਸਾਨੂੰ ਰੋਕ ਲਉਂਗੇ, ਪਰ ਜਿਹੜਾ ਆਉਣੇ ਵਾਲਾ ਤੂਫਾਨ ਆ ਇਹ ਨਹੀਂ ਠੱਲਣਾ। ਆਉਣੇ ਵਾਲੀਆਂ ਪੀੜ੍ਹੀਆਂ ਨੇ, ਜਿਹੜੇ ਨਿਆਣੇ ਇੱਥੇ ਜੰਮ ਰਹੇ ਆ, ਉਹਨਾਂ ਨੇ ਪਤਾ ਨਹੀਂ ਇਹਨਾਂ ਮੁਲਕਾਂ ਦੇ ਪ੍ਰਧਾਨ ਮੰਤਰੀ ਬਣਨਾ, ਪਤਾ ਨਹੀਂ ਉਹਨਾਂ ਨੇ ਡੋਨਲਡ ਟਰੰਪ ਜਿਹੜਾ ਇਹਨਾਂ ਦੀਆਂ ਥਾਵਾਂ ਦੇ ਉੱਤੇ ਭਲਕੇ ਨੂੰ ਬੈਠਣਾ, ਅਮਰੀਕਾ ਵਰਗੀਆਂ ਫੌਜਾਂ ਦੇ ਜਰਨੈਲ ਬਣ ਕੇ ਬੈਠਣਾ, ਉਹਨਾਂ ਨੂੰ BBC ਵਰਗੇ ਚੈਨਲ ਜਿਹੜੇ ਆ, ਜਦੋਂ ਉਹਨਾਂ ਦੇ ਉੱਤੇ ਉਹਨਾਂ ਦੇ CEO ਬਣ ਕੇ ਸਾਡੇ ਨਿਆਣੇ ਬੈਠਣਗੇ, ਉਹ ਖੋਜਾਂ ਕਰਨਗੇ, ਲਾਇਬ੍ਰੇਰੀਆਂ ਸਾਰੀ ਦੁਨੀਆਂ ਦੀਆਂ ਸਾਹਮਣੇ ਹੋਣੀਆਂ, ਦੋ ਸੌ ਸਾਲ ਪੁਰਾਣਾ ਇਤਿਹਾਸ ਜਿਹੜਾ ਲਿਟਰੇਚਰ ਉਹਨਾਂ ਦੇ ਸਾਹਮਣੇ ਹੋਣਾ ਆ। ਇਹਨਾਂ ਮੁਲਕਾਂ ਦੇ ਵਿੱਚ ਤਾਂ 30-35 ਸਾਲ ਤੋਂ ਬਾਅਦ ਵੈਸੇ ਜਿਹੜਾ ਮੁਲਕ ਦਾ ਸਾਰਾ ਸੀਕਰਟ ਜੋ ਕੁਛ ਹੁੰਦਾ ਆ ਉਹਨੂੰ ਪਬਲਿਕ ਕਰ ਦਿੰਦੇ ਆ, ਪਬਲਿਕ ਦੇ ਸਾਹਮਣੇ ਰੱਖ ਦਿੰਦੇ ਆ, ਲਾਇਬ੍ਰੇਰੀਆਂ 'ਚ ਪਿਆ ਹੁੰਦਾ ਆ, ਤਾਂ ਫਿਰ ਇੰਡੀਆ ਵਰਗੇ ਰਿਕਾਰਡ ਘੜਾਉਣੇ ਉਹਨਾਂ ਨੂੰ ਕੀ ਔਖੇ ਹੋਣੇ ਆ। ਔਰ ਜਿਹੜੀ ਛਵੀ ਆ ਜਿਹਨਾਂ ਨੂੰ ਅਸੀਂ ਦੁਸ਼ਟ ਜ਼ਾਲਮ ਕਹਿ ਕੇ ਦੁਨੀਆਂ ਦੇ ਸਾਹਮਣੇ ਅੱਜ ਗਦਾਰ ਕਹਿ ਕੇ ਪੇਸ਼ ਕਰਦੇ ਹਾਂ, ਉਹਨਾਂ ਦੀ ਛਵੀ ਵੀ ਸਾਹਮਣੇ ਹੋਣੀ ਆ। ਜਿਹਨਾਂ ਨੂੰ ਮਹਾਨ ਸ਼ਹੀਦ, ਅਮਰ ਸ਼ਹੀਦ ਕਹਿ ਕੇ ਅਸੀਂ ਰੱਖਦੇ ਹਾਂ, ਬ੍ਰਹਮ ਗਿਆਨੀ ਬਣਾ ਕੇ ਪੇਸ਼ ਕਰਦੇ ਹਾਂ, ਉਹ ਵੀ ਇਹਨਾਂ ਨੇ ਸਾਡੇ ਨਿਆਣਿਆਂ ਦੇ ਸਾਹਮਣੇ ਹੋਣੀ ਆ। ਬੈਲੈਂਸ ਕਰ ਲੈਣਾ, ਉਹਨਾਂ ਅਨੁਪਾਤ ਲਾਉਣਾ ਆਉਂਦਾ ਉਹਨਾਂ ਨੂੰ, ਪਤਾ ਦੁਨੀਆਂ ਕਿੱਦਾਂ ਚੱਲਦੀ ਆ, ਲੱਭ ਲੈਣਾ ਉਹਨੀ, ਔਰ ਸਾਰਿਆਂ ਦੇ ਸਾਹਮਣੇ ਆ। ਜਿੱਦਣ ਸਾਡੇ ਆਪਣਿਆਂ ਨੇ, ਸਾਡਿਆਂ ਨੇ ਦੁਨੀਆਂ ਦੇ ਮੂਹਰੇ ਰੱਖਿਆ, ਉੱਦਣ ਧਰਤੀ ਨੇ ਵੇਲ ਨਹੀਂ ਦੇਣਾ। ਸਾਡੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਨੰਗੀਆਂ ਕਿਰਪਾਨਾਂ ਗੱਤ ਕੇ ਸਾਡੇ ਕੋਈ ਕਿਸੇ ਕੰਮ ਨਹੀਂ ਆਉਣੇ, ਚਾਹੇ ਸਵਰਗਾਂ ਦੀਆਂ ਡੀਂਗਾਂ ਮਾਰ ਲਈਏ, ਜੋ ਮਰਜ਼ੀ ਕਰ ਲਈਏ। ਇਹ ਜ਼ਿੰਮੇਵਾਰੀ ਜਿਹੜੀ ਆ, ਇਹ ਜਿਹੜੇ ਖਾਲਿਸਤਾਨ ਦੇ ਆਗੂ ਜਿਹੜੇ ਟਕਸਾਲਾਂ ਨੂੰ, ਡੇਰਿਆਂ ਨੂੰ ਚਲਾ ਰਹੇ, ਉਹਨਾਂ ਦੇ ਉੱਤੇ ਵੀ ਬਣਦੀ ਆ, ਉਹਦੇ ਨਾਲ ਜਾਗਰੂਕ ਪ੍ਰਚਾਰਕ ਜਿਹੜੇ ਆ ਉਹਨਾਂ ਦੇ ਉੱਤੇ ਵੀ ਬਣਦੀ ਆ, ਚਾਹੇ ਉਹ ਕਥਾਕਾਰ ਹੋਣ ਸਾਡੇ, ਚਾਹੇ ਦਲਗੀਰ ਹੋਣਾ ਵਰਗੇ ਵਿਦਵਾਨ ਹੋਣ, ਜਿਹੜਾ ਵੀ ਪਾਸਾ ਫੋਲ ਕੇ ਦੇਖ ਲਿਓ, ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ। ਆਓ ਆਪਾਂ ਆਪਣਾ ਫਰਜ਼ ਨਿਭਾਈਏ, ਆਉਣੇ ਵਾਲਾ ਸਮਾਂ ਜਿੱਦਾਂ ਦਾ ਹੋਊਗਾ, ਕੋਈ ਦੁਨੀਆਂ ਦੀ ਐਸੀ ਲਹਿਰ ਨਹੀਂ, ਕੋਈ ਦੁਨੀਆਂ ਦਾ ਐਸਾ ਤੂਫਾਨ ਨਹੀਂ ਜਿਹੜਾ ਤੁਹਾਨੂੰ ਠੱਲ ਸਕੇ, ਕੋਈ ਪਰਬਤ ਨਹੀਂ ਜਿਹਨੂੰ ਪਾਰ ਨਹੀਂ ਕੀਤਾ ਜਾ ਸਕਦਾ। ਅੱਜ ਤਾਂ ਦੁਨੀਆਂ ਚੰਦ ਦੇ ਉੱਤੇ ਜਾ ਕੇ ਚੜ੍ਹ ਕੇ ਬਹਿ ਗਈ, ਅਗਲੇ ਸੂਰਜ ਨੂੰ ਟੱਕਰਾਂ ਮਾਰਨੇ ਨੂੰ ਫਿਰਦੇ ਆ, ਜੋ ਮਰਜ਼ੀ ਕਰ ਲਿਓ, ਸਾਰਾ ਕੁਛ ਵਾਜਬੇ ਆ, ਜਾਣੀ ਸਾਰਾ ਕੁਛ ਕੰਟਰੋਲ ਦੇ ਵਿੱਚ ਆ ਤੁਹਾਡੇ, ਲੱਭਿਆ ਜਾ ਸਕਦਾ, ਉੱਤੇ ਪਹੁੰਚ ਕੀਤੀ ਜਾ ਸਕਦੀ ਹੈ। ਇੰਨੇ ਕੁ ਸਾਧਨ ਅੱਜ ਹੋ ਗਏ ਆ, ਅੱਜ ਤਾਂ ਰੱਬ ਨੂੰ ਦੁਨੀਆਂ ਛੋਣ ਨੂੰ ਫਿਰਦੀ ਆ,
ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਡੀਆਂ ਨੇ ਪਤਾ ਨਹੀਂ ਜਿੱਦਣ ਉਹਨਾਂ ਨੇ ਪੁੱਛਣਾ ਜਸਵਿੰਦਰ ਸਿੰਘ ਭੂਟ ਵਰਗਿਆਂ ਨੂੰ ਵੀ ਦੱਸ ਮੈਂ ਜਾਂ ਪਲਾੜ ਦੇ ਵਿੱਚ ਮੈਂ ਤਾਂ 15 ਸਾਲ ਹੋ ਗਏ ਵੀ ਦੱਸ ਕਿੱਥੇ ਆ ਉਹ ਸਵਰਗ ਤੇਰਾ ਕਿੱਥੇ ਆ ਉਹ ਰੱਬ ਬੈਠਾ ਤੇਰਾ ਬਸ ਫਿਰ ਜਦੋਂ ਉਹਨਾਂ ਨੇ ਖੁਦ ਰੱਬ ਬਣ ਕੇ ਸਾਰਾ ਕੁਛ ਤੁਹਾਡਾ ਦੁਨੀਆਂ ਦੇ ਸਾਹਮਣੇ ਤੁਹਾਡੀਆਂ ਪੀੜ੍ਹੀਆਂ ਨੇ ਰੱਖਣਾ ਬਚ ਕੇ ਭਾਈ ਸੰਭਲ ਕੇ ਬਹੁਤੀਆਂ ਗੱਪਾਂ ਨਾ ਮਾਰੀਏ ਬਾਕੀ ਕੱਲ੍ਹ ਨੂੰ ਆਪਾਂ 5 ਵਜੇ ਮਿਲਾਂਗੇ ਤੁਹਾਨੂੰ ਸਪੈਸ਼ਲ ਪ੍ਰੋਗਰਾਮ ਆਹੀ ਹੁਣ ਇਸ ਵੇਲੇ 5:11 ਹੋ ਗਏ ਆ 10 ਮਿੰਟ ਪਹਿਲਾਂ ਜਾਣੀ ਅੱਜ ਤੋਂ ਆਪਾਂ ਸ਼ੁਰੂ ਕਰਾਂਗੇ ਵੀਡੀਓ ਲਾਈਵ ਅਤੇ ਸਾਡਾ ਅੰਦਾਜ਼ਾ ਜਿਹੜਾ ਸਾਡਾ 4 ਘੰਟੇ ਦੇ ਪ੍ਰੋਗਰਾਮ ਦਾ ਆ ਉਹ ਤੋਂ ਵੱਧ ਘੱਟ ਹੋਵੇ ਕੋਈ ਨਹੀਂ ਦੇਖਾਂਗੇ ਘੱਟ ਹੋਇਆ 4 ਘੰਟੇ ਆਪਾਂ ਲਾ ਲਾਂਗੇ ਜੇ ਘੱਟ ਲੱਗਦਾ ਹੋਇਆ ਅਤੇ ਆਪਾਂ ਫੋਨ ਕਾਲਾਂ ਲੈ ਲਵਾਂਗੇ ਜੇ ਵੱਧ ਹੋਇਆ ਅਤੇ ਫਿਰ ਉਹ ਜਿਹੜਾ ਆ ਰਿਸਕ ਤੁਹਾਡਾ ਆ ਤੁਹਾਨੂੰ ਆਪ ਦੇਖਣਾ ਪੈਣਾ ਆਪਣੀ ਅਸੀਂ ਆਪਣਾ ਜਿਹੜਾ ਵਾਧਾ ਘਾਟਾ ਸੋਚ ਲਈਦਾ ਆ ਅਤੇ ਤੁਸੀਂ ਸੋਚ ਲਿਓ ਜਿੰਨਾ ਕੁ ਰਿਹਾ ਤੁਹਾਤੋਂ ਜਾਣਾ ਨਹੀਂ ਉੱਦਾਂ ਪਰ ਫਿਰ ਵੀ ਜ਼ਰੂਰੀ ਨਹੀਂ ਹੈਗਾ ਰਿਕਾਰਡਿੰਗ ਜਿਹੜੀ ਉਹ ਪਈ ਹੋਣੀ ਆ ਜ਼ਰੂਰ ਤੁਹਾਡੇ 'ਤੇ ਪਹੁੰਚ ਜੂਗੀ ਧੰਨਵਾਦ ਜੀ ਮਿਲਾਂਗੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ